ਭਾਈ 10 ਕਰੋੜ ਰੁਪਇਆ ਸਾਨੂੰ ਇੱਕ ਬੰਦੇ ਕੋਲ ਵੱਜ ਜਾਂਦਾ ਜੀ న్యూਰਲ ਨੈਟਵਰਕ ਨਵੀਂ ਪੜਾਈ ਆ ਗਈ ਜੀ ਉਹ ਕੀ ਆ ਉਹ ਇੱਕ ਵਾਲ ਜਾਂ ਲਾਉਂਦੇ ਭਾਈ ਦਿਮਾਗ ਦੇ ਵਿੱਚ ਇੱਥੇ ਇੱਕ ਚਿਪ ਲਾ ਦੇਣੀ ਉਹਨੇ ਉਹ ਇਹ ਤੁਸੀਂ ਕੰਪਿਊਟਰ ਚਾਲੂ ਕਰੋਗੇ 7 ਲੱਖ ਰੁਪਇਆ ਮਹੀਨਾ ਤਨਖਾਹ ਹੈ ਅਟਵਾਈ ਦੀ 5 ਲੱਖ ਰੁਪਇਆ ਮਹੀਨਾ ਤਨਖਾਹ ਹੈ ਵਾਲ ਕੱਟਣ ਵਾਲੇ 10 ਲੱਖ ਰੁਪਇਆ ਤਨਖਾਹ ਹੈ ਨਰਸ ਦੀ ਇੱਕ ਪਿਓ ਆਪਣੇ ਬੱਚੇ ਨੂੰ ਕਦੀ ਜਹਰ ਲਿਆ ਕੇ ਦਊਗਾ ਇੱਥੇ ਦੇ ਰਿਆ ਪੰਜਾਬ 'ਚ ਪੂਰੇ ਪੰਜਾਬ 'ਚ ਕੋਈ ਦੱਸੋ ਇੱਕ ਜ਼ਿਮੀਦਾਰ ਜਿਹੜਾ ਜ਼ਮੀਨ ਦੀ ਕਮਾਈ 'ਚੋਂ ਆਪਦੇ ਸੁਪਨੇ ਪੂਰੇ ਕਰਦਾ ਹੋਵੇ ਵੀ ਉਹ ਠਾਰ ਲੈ ਲੂਗਾ ਜੀ ਉਹ ਕੈਨੇਡਾ ਘੋਮਾਊਗਾ ਅੱਛਾ ਭਾਜੀ ਕਦੀ ਥੋੜੀ ਹੱਥੋਂ ਪਾਈ ਹੋਈ ਕਿਸੇ ਨਾਲ ਇਹ ਵੀ ਇਹ ਵੀ ਬੋਚਣਾ ਮੈਨੂੰ ਤਾਂ ਕਾਲਜ ਪੜਦਾ ਸੀ ਨਾ ਤੁਹਾਡੇ ਵੀਡੀਓਜ਼ ਦੇਖਦਾ ਸੀਗਾ ਤੁਸੀਂ ਗੱਡੀ ਚੋਂ ਨਿਕਲ ਕੇ ਬਾਹਰ ਲਾਈਵ ਹੁੰਦੇ ਸੀ ਬਾਹਰ ਜਾਓ ਬਾਹਰ ਜਾਓ ਤੁਸੀਂ ਉਦੋਂ ਵੀ ਭਾਰੇ ਸੀ ਅੱਜ ਵੀ ਭਾਰੇ ਹੋ ਤੁਸੀਂ ਇੰਨੇ ਪੈਸੇ ਦੇ ਨਾਲ ਸਿਹਤ ਤੇ ਕੰਮ ਕਿਉਂ ਨਹੀਂ ਕੀਤਾ ਤੇ ਭਾਜੀ ਫੇ ਇੱਕੋ ਚੀਜ਼ ਹੋਣੀ ਨਾ ਜਾਂ ਕੰਮ ਕਰ ਲੋ ਜਾਂ ਸਿਹਤ ਬਣਾ ਲਓ ਤੁਸੀਂ ਦੇਖੋ ਜਿੰਨਾ ਵੀ ਬੰਦਾ ਮੋਟਾ ਹੋਊਗਾ ਨਾ ਫਿਰ ਉਹ ਰੱਜਿਆ ਹੋਊਗਾ ਮਾਲਮੂਲ ਹੋਊਗਾ ਮਤਲਬ ਤੁਸੀਂ ਹੈਲਥ ਦਾ ਸ਼ੌਂਕ ਹੈ ਨਹੀਂ ਤੁਹਾਨੂੰ ਨਹੀਂ ਭਾਜੀ ਬੜਾ ਸ਼ੌਂਕ ਹੈ ਮੈਂ ਵੀ ਹੈਲਦੀ ਚੀਜ਼ਾਂ ਖਾਣਾ ਮੈਂ ਵੀ ਕਦੀ ਕਦੀ ਆਵਾ ਕਾਡੂ ਖਾਣਾ ਹੈ ਇੱਕ ਕੁੜੀ ਨੇ ਜਦੋਂ ਘਰੋਂ ਨਿਕਲ ਕੇ ਆਪਦੇ ਕਾਲਜ ਤੱਕ ਜਾਣਾ ਬਾਜ਼ਾਰ ਚ ਜੀ ਲੈਣ ਜਾਣਾ ਉਹ ਆਪਣੀ ਆਪ ਨੂੰ ਪਹਿਲਾਂ ਤਾਂ ਸੇਫ ਹੀ ਨਹੀਂ ਸਮਝਦੀ ਇੱਕ ਘਰ ਚਾਹੀਦਾ ਹੁੰਦਾ ਰਹਿਣ ਮੇਰੇ ਕੋਲ ਚਾਰ ਨਹੀਂ ਬਈ ਇੱਕ ਗੱਡੀ ਚਾਹੀਦੀ ਹੁੰਦੀ ਚਲਾਨ ਨੂੰ ਮੇਰੇ ਕੋਲ 10 ਨਹੀਂ ਪੜੜੀਆਂ ਸੇ ਵੀਡੀਓਜ਼ ਦੇਖਦੇ ਆ ਠੱਗੀਆਂ ਦੀਆਂ ਕੋਈ 20 ਲੱਖ ਦੀ ਠੱਗੀ 25 ਅਸਲ ਚ ਠੱਗੀ ਹੁੰਦੀ ਕੀ ਪਹਿਲਾਂ ਤਾਂ ਇਹੀ ਸਮਝਾ ਦੋ ਸਤਿ ਸ਼੍ਰੀ ਅਕਾਲ ਜੀ ਇੱਕ ਵਾਰੀ ਫੇਰ ਸਵਾਗਤ ਹੈ ਤੁਹਾਡੇ ਆਪਣੇ ਏਕੇ ਟਾਕ ਸ਼ੋਅ ਦੇ ਵਿੱਚ ਜਿਹੜੇ ਸ਼ਖਸ ਨਾਲ ਅੱਜ ਮੈਂ ਤੁਹਾਨੂੰ ਪੋਡਕਾਸਟ ਤੇ ਰੂਬਰੂ ਕਰਾਉਣ ਜਾ ਰਿਹਾ ਇਨਾਂ ਨੂੰ ਮੈਂ ਸਭ ਤੋਂ ਪਹਿਲੀ ਵਾਰੀ ਮਿਲਿਆ ਆਪਣੀ ਐਨਜੀਓ ਵਾਲੀ ਜਗ੍ਹਾ ਤੇ ਸੇਵਾ ਕਰਨ ਆਏ ਜਾਣਿਆ ਪਛਾਣਿਆ ਚਿਹਰਾ ਬਹੁਤ ਧੇਰ ਤੋਂ ਦੇਖਦੇ ਸੀ ਕਾਲਜ ਦੇ ਵਿੱਚ ਮੈਂ ਪੜਿਆ ਦੇਖਦਾ ਆਂ ਭਾਜੀ ਨੂੰ ਫੇਸਬੁਕ ਤੇ YouTube ਤੇ ਪਰ ਕਦੀ ਸੋਚਿਆ ਨਹੀਂ ਸੀਗਾ ਕਿ ਅਮਨੇ ਸਾਹਮਣੇ ਹੋਵਾਂਗੇ ਪੰਜਾਬ ਦਾ ਬਹੁਤ ਚਰਚਿਤ ਮੁੱਦਾ ਜਿਹਦੇ ਫੀਲਡ ਦੇ ਵਿੱਚ ਭਾਜੀ ਕੰਮ ਕਰਦੇ ਨੇ ਤਾਂ ਮੇਰੇ ਮਨ 'ਚ ਕੁਝ ਸਵਾਲ ਥੀ ਜਿਹੜੇ ਮੈਂ ਸੋਸ਼ਲ ਮੀਡੀਆ ਤੋਂ ਹੀ ਸੁਣੇ ਸੀਗੇ ਕਿਉਂਕਿ ਮੈਂ ਕਦੀ ਪਰਸਨਲੀ ਵਰਤੀ ਨਹੀਂ ਸੀ ਤੇ ਮੇਰਾ ਮਨ ਕੀਤਾ ਮੈਂ ਭਾਈ ਨੂੰ ਸਵਾਲ ਪੁੱਛਾਂ ਤਾਂ ਮੇਰੇ ਮਨ 'ਚ ਮੇਰੇ ਨਾਲ ਨਾਲ ਹੋਰ ਵੀ ਜਨਤਾ ਦੇ ਬਹੁਤ ਸਵਾਲ ਹੋਣੇ ਨੇ ਤਾਂ ਕਿਉਂ ਨਾ ਭਾਜੀ ਨੂੰ ਆਪਣੇ ਸ਼ੋਅ ਤੇ ਬੁਲਾ ਕੇ ਡਾਇਰੈਕਟ ਹੀ ਬਿਟਾ ਕੇ ਪੁੱਛ ਲਵਾਂ ਔਰ ਮੈਂ ਇਹਨਾਂ ਨੂੰ ਪੁੱਛਿਆ ਕਿ ਮੈਂ ਕਿਸੇ ਵੀ ਤਰ੍ਹਾਂ ਦਾ ਸਵਾਲ ਤੁਹਾਡੇ ਕੋਲ ਪੁੱਛ ਸਕਦਾ ਉਹ ਕਹਿੰਦੇ ਕਿਸੇ ਵੀ ਤਰ੍ਹਾਂ ਦਾ ਮੇਰੇ ਨਾਲ ਬੱਚਾ ਬਣ ਜਾਓ ਮੇਰੇ ਨਾਲ ਦੋਸਤ ਬਣ ਜਾਓ ਮੇਰੇ ਨਾਲ ਮੈਨੂੰ ਵੱਡਾ ਬਣਾ ਲਓ ਮੈਨੂੰ ਛੋਟਾ ਬਣਾ ਲਓ ਤਾਂ ਸਾਡੇ ਸਟੂਡੀਓ 'ਚ ਅੱਜ ਪਹੁੰਚੇ ਨੇ ਵਿਨੇ ਹਰੀ ਭਾਜੀ ਨਾਮ ਤੁਸੀਂ ਸੁਣਿਆ ਹੀ ਹੋਵੇਗਾ ਅਸੀਂ ਕਾਲਜ 'ਚ ਭਾਜੀ ਦੀਆਂ ਵੀਡੀਓਜ਼ ਦੇਖਦੇ ਸੀਗੇ ਕਿ ਇੱਕ ਬੰਦਾ ਹੈ ਭਾਰਾ ਜਿਆ ਤੇ ਉਹਨੇ ਬਸ ਕਹਿਣਾ ਸਵੇਰੇ ਸ਼ਾਮ ਬਾਹਰ ਜਾਓ ਬਾਹਰ ਜਾਓ ਬਾਹਰ ਜਾਓ ਅੱਜ ਇਮੀਗ੍ਰੇਸ਼ਨ ਵਾਲਿਆਂ ਤੇ ਪੰਜਾਬ ਦੇ ਵਿੱਚ ਕਿ ਇਹਨਾਂ ਨੇ ਬਾਹਰ ਭੇਜ ਤੇ ਪੰਜਾਬ ਖਾਲੀ ਕਰਤਾ ਅੱਜ ਮੈਨੂੰ ਮੌਕਾ ਮਿਲਿਆ ਆਪਣੇ ਸਟੂਡੀਓ ਚ ਬੁਲਾ ਕੇ ਡਾਇਰੈਕਟ ਸਵਾਲ ਜਵਾਬ ਕਰਨ ਦਾ ਤੇ ਸਵਾਗਤ ਕਰਦੇ ਹਾਂ ਜੀ ਉਹਨਾਂ ਦਾ ਸਵਾਗਤ ਹੈ ਬੜੀ ਤੁਹਾਡਾ ਇੱਕ ਟਾਕ ਧੰਨਵਾਦ ਤੁਹਾਡਾ ਵੀ ਕਿਵੇਂ ਹੋ ਜਾਰੀ ਹੈ ਜੀ ਤੁਹਾਨੂੰ ਪੰਜਾਬ ਦਾ ਸਭ ਤੋਂ ਵੱਡਾ ਠੱਗ ਕਿਉਂ ਕਿਹਾ ਜਾਂਦਾ ਇਸ ਇੰਡਸਟਰੀ ਦਾ ਕਿਉਂਕਿ ਕੰਮ ਕੀਤੇ ਆ ਜੀ ਲੋਕਾਂ ਦੇ ਰੋਟੀ ਖੋਈ ਆ ਲੋਕਾਂ ਦੀ ਏਜੰਟਾਂ ਨੂੰ ਮੱਚਦੇ ਆ ਮੇਰੇ ਨਾਂ ਤੋਂ ਲੋਕੀ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਇਹਦੀ ਇਨਵੈਂਸ਼ਨ ਕੀਤੀ ਸੀ ਮੈਂ 2013 ਚ ਕਿ ਜਦੋਂ ਪੈਸੇ ਕੰਮ ਹੋ ਗਿਆ ਉਦੋਂ ਦੇਣੇ ਆ ਉਹ ਹੱਲਮ ਨਹੀਂ ਹੁੰਦਾ ਕਿਸੇ ਨੂੰ ਏਦਾਂ ਕਿਦਾਂ ਯਾਰ ਏਦਾਂ ਹੁੰਦਾ ਹੀ ਨਹੀਂ ਜਿਹਦੇ ਕਰਕੇ ਏਜੰਟਾਂ ਨੂੰ ਦਿੱਕਤ ਹੈ ਪੰਜਾਬ ਨੂੰ ਪੰਜਾਬੀਆਂ ਨੂੰ ਦਿੱਕਤ ਹੈ ਅਸੀਂ ਹਜ਼ਾਰਾਂ ਹੀ ਲੋਕ ਬਾਹਰ ਭੇਜਦੇ ਮਾਪੇ ਤੰਗ ਹੈ ਕਹਿੰਦਾ ਮੇਰਾ ਜਵਾਕ ਬਾਹਰ ਭੇਜ ਤਾਂ ਲੋਕ ਜਿਹੜੇ ਬਾਹਰ ਜਾਣਾ ਚਾਹੁੰਦੇ ਆ ਉਦੋਂ ਪੂਰੇ ਤਰਲੋ ਮੱਚੀ ਹੋਏ ਹੁੰਦੇ ਵੀ ਕਿਸੇ ਤਰੀਕੇ ਕੋਈ ਬੰਦਾ ਸਾਨੂੰ ਭੇਜ ਦੇਵੇ ਜਦੋਂ ਚਲੇ ਜਾਂਦੇ ਆ ਉੱਥੇ ਜਾ ਕੇ ਫੇਰ ਉਹ ਨਿੰਦਦੇ ਆ ਯਾਰ ਇੱਥੇ ਤਾਂ ਹੈ ਹੀ ਕੁਛ ਨਹੀਂ ਆਏ ਕਿਉਂ ਆਣਾ ਹੀ ਨਹੀਂ ਚਾਹੀਦਾ ਸੀ ਸਾਡਾ ਹਾਲ ਨਾ ਵਿਚੋਲੇ ਵਾਲਾ ਹੁੰਦਾ ਉਹ ਕਹਿੰਦੇ ਲਾਗੀਆਂ ਨੇ ਲਾਗ ਲੈ ਲਿਆ ਜਾਂਦੇ ਰਹੀ ਹੋ ਜਾਈ ਅਸੀਂ ਜਦੋਂ ਕਿਸੇ ਨੂੰ ਭੇਜ ਦਿੰਨੇ ਆ ਨਾ ਜੀ ਉਹ ਤੋਂ ਬਾਅਦ ਅਗਲੇ ਨੂੰ ਅਸੀਂ ਚੰਗੇ ਨਹੀਂ ਲੱਗਦੇ ਅਗਲਾ ਕਹਿੰਦਾ ਯਾਰ ਮੈਂ ਜਦੋਂ ਕਿਸੇ ਦਾ ਵੀਜ਼ਾ ਲਵਾਣਾ ਹੁੰਦਾ ਨਾ ਅਗਲਾ ਕਹਿੰਦਾ ਭਾਜੀ ਕਿੰਨੇ ਲੱਖ ਸਾਡਾ ਨਾ ਕਾਰੋਬਾਰ ਹਜ਼ਾਰਾਂ ਵਾਲਾ ਹੈ ਹੀ ਨਹੀਂ ਇਹਦੇ ਤੋਂ ਲੱਖਾਂ ਦੀ ਪੈਸੇ ਮਿਲਦੇ ਆ ਕਿੰਨੇ ਲੱਖ ਭਾਜੀ 5-10 ਲੱਖ 15 ਲੱਖ 20 ਲੱਖ ਸੌਦਾ ਹੋ ਗਿਆ ਤਿਆ ਹੋ ਗਿਆ ਭਾਜੀ ਇੰਨੇ ਪੈਸੇ ਲੈਣੇ ਕੰਮ ਹੋ ਜਾਊਗਾ ਦੇ ਦਿਓ ਉਹ ਨੂੰ ਉਹ ਲੱਗਦਾ ਮੇਰਾ ਕੰਮ ਤਾਂ ਹੋਣਾ ਨਹੀਂ ਕਿਤੇ ਦੋ ਦੋ ਚਾਰ ਚਾਰ ਵਾਰ ਲੋਕੀ ਰਿਫਿਊਜ਼ ਹੋ ਜਾਂਦੇ ਆ ਉਹ ਲੱਗਦਾ ਹੌਸਲਾ ਹਾਰ ਕੇ ਬੈਠੇ ਮੈਂ ਜਾ ਹੀ ਨਹੀਂ ਸਕਦਾ ਅਗਲੇ ਸਾਡੇ ਕੋ ਪਹੁੰਚਦਾ ਸੀ ਸਾਨੂੰ ਪਤਾ ਸੀ ਵੀਜ਼ਾ ਲੱਗਣਾ ਕਿਦਾ ਸੀ ਉਹਦਾ ਵੀਜ਼ਾ ਲਵਾਤਾ ਉਹ ਜਿੰਨੇ ਪੈਸੇ ਸਾਨੂੰ ਟੁੱਕੇ ਸੀ ਦੇ ਕੇ ਚਲਾ ਗਿਆ ਹੁਣ ਜਿਹੜਾ ਕੰਮ ਬਾਜ਼ਾਰ ਚ 10 ਵੀ 50000 ਰੁਪਏ ਦਾ ਹੁੰਦਾ ਸੀ ਅਸੀਂ ਉਸ ਕੰਮ ਦਾ 5 ਲੱਖ ਰੁਪਏ ਲਿਆ ਹੁੰਦਾ ਸੀ ਜਦੋਂ ਬਾਹਰ ਪਹੁੰਚ ਜਾਂਦਾ ਲੱਗਦਾ ਮੈਂ ਤਾਂ ਠੱਗਿਆ ਗਿਆ ਹੁਣ ਠੱਗੀ ਹੋਈ ਕੀ ਲੋਕਾਂ ਦੇ ਨਾਲ ਕਿ ਪਹਿਲਾਂ ਤਾਂ ਲੋਕ ਬਾਹਰ ਚਲੇ ਗਏ ਇਹ ਸੋਚ ਕੇ ਕਿ ਬਾਹਰ ਜ਼ਿੰਦਗੀ ਬਣ ਜੂਗੀ ਇਹ ਤੇ ਕਦੀ ਕੰਮ ਨਹੀਂ ਕੀਤਾ ਹੁੰਦਾ ਬੰਦੇ ਨੇ ਉੱਥੇ ਜਾ ਕੇ ਜਦੋਂ ਕੁਝ ਨਹੀਂ ਆਉਣਾ ਚਾਹ ਰੰਦਾ ਉਹਨੂੰ ਕਹਿੰਦਾ ਲੱਗਦਾ ਮੈਂ ਠੱਗ ਗਿਆ ਗਿਆ ਦੂਸਰੀ ਠੱਗੀ ਉਦੋਂ ਸਮਝਦੇ ਆ ਜਦੋਂ ਕਹਿੰਦੇ ਲੈ ਇਹ ਤਾਂ ਕੰਮ ਹੀ ਕੁਝ ਨਹੀਂ ਸੀ ਹੁਣ ਅਮਰੀਕਾ ਦਾ ਵੀਜ਼ਾ ਲਵਾਣਾ ਉਹ 10-15000 ਰੁਪਏ ਮੈਸੀ ਦੀ ਫੀਸ ਤੇ ਲੱਗ ਜਾਣਾ ਤੁਸੀਂ ਗਏ ਅਮਰੀਕਾ ਮੈਸੀ ਜਾ ਕੇ ਇੰਟਰਵਿਊ ਦੇ ਆ ਤੁਹਾਡਾ ਵੀਜ਼ਾ ਲੱਗ ਗਿਆ ਤੁਸੀਂ ਗੱਲ ਸੋਖਾ ਹੀ ਬੜਾ ਕੰਮ ਹੈ ਭਾਜੀ ਤੁਸੀਂ ਦੋ ਵਾਰੀ ਚਾਰ ਵਾਰੀ ਅਮਰੀਕਾ ਮੈਸੀ ਜਾਏ ਤੁਹਾਨੂੰ ਵੀਜ਼ਾ ਨਹੀਂ ਮਿਲਦਾ ਪਿਆ ਫਿਰ ਆਏ ਤੁਸੀਂ ਵਿਨੇ ਹਰੀ ਕੋ ਵਿਨੇ ਹਰੀ ਨੇ ਮੰਗਿਆ 5 ਲੱਖ ਰੁਪਇਆ ਤੁਸੀਂ ਕਹਾ ਮੇਰੀ ਜਾਨ ਵੀ ਲੈ ਲੈ ਨਾਲ ਮੈਨੂੰ ਬਾਹਰ ਭੇਜ ਦੇ ਤੁਸੀਂ ਵੀਜ਼ਾ ਭਾਜੀ ਲਵਾਤਾ ਚਲਾ ਗਿਆ ਅਗਲਾ ਹਸੋ ਖੜੀ ਚਲਾ ਗਿਆ ਤੁਹਾਡੇ ਨਾਲ ਫਿਲਮ ਵੀ ਬਣਾ ਗਿਆ ਚੀਕਾ ਮਾਰ ਮਾਰ ਕੇ ਜੀ ਬੱਲੇ ਬੱਲੇ ਜੀ ਬਿਹਨਾਰੀ ਨੇ ਮੇਰਾ ਇਹ ਕਰਾਤਾ ਉਹ ਕਰਾਤਾ ਉਹ ਬਾਹਰ ਚਲਾ ਗਿਆ ਉਤਰ ਗਿਆ ਉੱਥੇ ਜਾ ਕੇ ਉਹਨੇ ਲੋਕ ਦੇਖੇ ਜਿਹੜੇ ਬਗੈਰ 5-5 ਲੱਖ ਦਿੱਤੇ ਆਏ ਲੋਕ ਕਹਿੰਦਾ ਮੈਂ ਤਾਂ ਠੱਗਿਆ ਗਿਆ ਮੈਨੂੰ ਤਾਂ ਠੱਗ ਲਿਆ ਇਹ ਠਗੀ ਕਰਕੇ ਅਸੀਂ ਮਸ਼ਹੂਰ ਆ ਕਿ ਅਸੀਂ ਵੀਜ਼ਾ ਲਵਾ ਕੇ ਪੈਸੇ ਲੈਨੇ ਆ ਜਦੋਂ ਕੋਈ ਵਪਾਰ ਕਰੂਗਾ ਹੀ ਨਹੀਂ ਜਦੋਂ ਕਿਸੇ ਨੇ ਕੋ ਬੰਦਾ ਚੜਾਇਆ ਹੀ ਨਹੀਂ ਤੁਸੀਂ ਉਹਨੂੰ ਠੱਗ ਕਿਦਾਂ ਕਹ ਲੋਗੇ ਤੁਸੀਂ ਕਹੋਗੇ ਉਹਨੂੰ ਹੀ ਨਾ ਜੀ ਜਿਨੇ ਬੰਦੇ ਚੜਾਏ ਐ ਜੇ ਭਾਜੀ ਇੱਕ ਡਾਕਟਰ ਸਾਹਿਬ پیسے ਲੈ ਸਕਦੇ ਐ ਇੱਕ ਵਕੀਲ ਸਾਹਿਬ پیسے ਲੈ ਸਕਦੇ ਐ ਅਸੀਂ ਕਿਉਂ ਨਹੀਂ ਲੈ ਸਕਦੇ ਅਸੀਂ ਵੀ ਟੈਕਸ ਦੇਣਾ ਸਾਡੇ ਕੋ ਵੀ ਮੁਲਾਜ਼ਮ ਕੰਮ ਕਰਦੇ ਇੰਡਸਟਰੀ ਐ ਜਦੋਂ ਏਜੰਟ ਪੈਸੇ ਲੈ ਲਵੇ ਨਾ ਉਹ ਹਜਮ ਨਹੀਂ ਹੁੰਦਾ ਕਿਸੇ ਨੂੰ ਯਾਰ ਇਹ ਪੈਸੇ ਕਿਦਾਂ ਲੈ ਲਵਾਂ ਹਰ ਵਪਾਰ ਦੇ ਵਿੱਚ ਇੱਕ ਰੇਟ ਹੁੰਦਾ ਨਾ ਜੀ ਇੱਕ ਨਾਰਮਲ ਜੀ ਟੀ-ਸ਼ਰਟ 100 ਰੁਪਏ ਦੀ 200 ਰੁਪਏ ਦੀ ਲੁਧਿਆਣੇੋਂ ਬਣ ਜਾਂਦੀ ਜਿਹੜੀ ਮਰਜ਼ੀ ਹੋ ਜੀ ਫੈਕਟਰੀ ਜਾ ਕੇ ਬਣਵਾ ਲਓ। ਉਹੀ ਟੀ-ਸ਼ਰਟ ਦੇ ਉੱਤੇ ਜਦੋਂ ਬ੍ਰਾਂਡ ਦੀ ਮੋਹਰ ਲੱਗ ਜਾਂਦੀ ਉਹ ਟੀ-ਸ਼ਰਟ 5000 ਰੁਪਏ ਦੀ ਹੋ ਜਾਂਦੀ। ਹੁਣ 100 ਰੁਪਏ ਦੀ ਚੀਜ਼ 5000 ਰੁਪਏ ਦੀ ਵਿਖਦੀ ਹੈ। ਲੋਕੀ ਲੂਈ ਬਟੂਨ ਦਾ ਬੈਗ ਲੈਂਦੇ ਆ ਉਹ 3 ਲੱਖ ਰੁਪਏ ਦਾ ਬੈਗ ਹੈ ਭਾਜੀ। ਮੈਂ ਵੀ ਜਦੋਂ ਨਵਾਂ ਨਵਾਂ ਅਮੀਰ ਹੋਇਆ ਨਾ ਮੈਂ ਵੀ ਲਿਆ ਸੀ। ਦੱਸਦਾ ਭਾਜੀ ਨੇ ਨਾਲ-ਨਾਲ ਕਿਵੇਂ ਕੋ ਬਹੁਤ ਪੈਸਾ ਹੈ। ਨਹੀਂ ਨਹੀਂ ਜਦੋਂ ਨਵਾਂ ਨਵਾਂ ਅਮੀਰ ਹੋਇਆ ਜੀ ਭਾਜੀ। ਮੈਂ ਇਲੈਕਸ਼ਨ ਸਾਰੇ 2015 ਜ ਹੁਣ ਉਹ ਲੈ ਲਿਆ ਤੇ ਮੱਥੇ ਦੇ ਹੱਥ ਮਾਰੀਏ ਵੀ ਇਹਦੇ 'ਚ ਹੈਗਾ ਕੀ ਐ ਰਹਿ ਹੋ ਜਾ 4000 ਰੁਪਏ ਤੋਂ ਬਾਅਦ ਦਾ ਭਾਜੀ ਬੈਗ ਬੈਗ ਨਹੀਂ ਹੋਣਾ ਚਾਹੀਦਾ ਤੇ ਅਸੀਂ ਉਹਦਾ 4 ਲੱਖ ਰੁਪਏ ਦੇ ਕੇ ਜਾਂਦੇ ਆ ਉਹ ਕਾਹਦਾ ਦਿੰਨੇ ਆ ਉਹ ਸਾਡੇ ਘਰ ਠੱਗੀ ਮਾਰਨ ਤਾਂ ਨਹੀਂ ਆਂਦੇ ਕੋਈ ਲੂਈ ਬਟੂਨ ਕਿਸੇ ਦੇ ਘਰ ਆਂਦਾ ਕਿ ਲੈ ਆ ਮੈਂ ਤੇਰੇ ਕੋਲ 4 ਲੱਖ ਰੁਪਏ ਲੁੱਟ ਕੇ ਲੈ ਜਾਵਾਂ ਭਾਜੀ ਅਸੀਂ 18% GST ਨਾਲ ਲੈ ਕੇ ਜਾਂਦੇ ਆ ਸ਼ੋਰੂਮ 'ਚ ਉਸੇ ਜਗ ਕਹਿੰਦੇ ਆ ਕਿ ਹਾਂਜੀ ਮੈਂ ਬੈਗ ਲੈਣਾ ਮੁੰਡਾ ਕਹਿੰਦਾ ਪੈਸੇ ਜਮ੍ਹਾਂ ਕਰਾ ਦੇ 15 ਦਿਨ ਬਾਅਦ ਮਿਲੂਗਾ ਹੂੰ 15 ਦਿਨ ਬਾਅਦ ਲਾਇਨਾ ਲੱਗਦੀ ਹੈ 15 ਦਿਨ ਬਾਅਦ ਤੁਹਾਨੂੰ ਚੀਜ਼ ਮਿਲਦੀ ਹੈ ਔਰ 10 ਗੁਣਾ ਵੱਧ ਰੇਟ ਤੇ ਮਿਲਦੀ ਹੈ ਤੁਸੀਂ ਉਹਨੂੰ ਠੱਗੀ ਕਿਉਂ ਨਹੀਂ ਕਹਿੰਦੇ ਜੀ ਤੁਸੀਂ 5 ਸਟਾਰ ਹੋਟਲ 'ਚ ਰੋਟੀ ਖਾਂਣ ਜਾਂਦੇ ਹੋ 5000 ਰੁਪਏ ਦਾ ਬਫੇ ਹੁੰਦਾ ਤੁਸੀਂ ਢਾਬੇ ਦੇ 150 ਰੁਪਏ ਦੀ ਰੋਟੀ ਖਾ ਲੈਣੀ ਹੈ ਢਾਬੇ ਦੀ ਰੋਟੀ ਜ਼ਿਆਦਾ ਸਵਾਲ ਹੁੰਦੀ ਹੈ ਤੁਸੀਂ 5000 ਰੁਪਏ ਦੇ ਵਾਲੇ ਬਫੇ ਵਾਲੇ ਨੂੰ ਕਹਿੰਦੇ ਹੋ ਕਿ ਉਹ ਠੱਗ ਹੈ ਤੁਸੀਂ ਮਰਚਰੀ ਦੀ ਗੱਡੀ ਕਰੋੜ ਰੁਪਏ ਦੀ ਲੈਣ ਜਾਂਦੇ ਹੋ ਨਾਰਮਲ ਗੱਡੀ 10 ਲੱਖ ਰੁਪਏ ਦੀ ਉਹਨੂੰ ਤੁਸੀਂ ਠੱਗ ਨਹੀਂ ਕਹਿੰਦੇ ਜਦੋਂ ਇੱਕ 50000 ਰੁਪਏ ਵਾਲਾ ਕੰਮ 5000 ਰੁਪਏ ਵਾਲੇ ਦਾ ਕੰਮ ਦਾ ਹੀ 5 ਲੱਖ ਰੁਪਏ ਲਈ ਅਹੀ ਠੱਗੋਗੇ ਜੀ ਜਦੋਂ ਵੀਜ਼ਾ ਲੱਗ ਜਾਂਦਾ ਨਾ ਸਾਡੇ ਕੋਈ ਚੋਧਰ ਆਂਦੇ ਆ ਇੱਕ ਥਰਡ ਪਰਸਨ ਆਂਦਾ ਸਾਡੇ ਕੋਲ ਜਿਹਨੇ ਵੀਜ਼ਾ ਲਵਾਇਆ ਨਹੀਂ ਹੁੰਦਾ ਉਹਦਾ ਕੋਈ ਰਿਸ਼ਤੇਦਾਰ ਹੁੰਦਾ ਲੱਗਦਾ ਜੀ ਇਸਕੇ ਇਸਕੇ ਪੈਸੇ ਕੈਸੇ ਲੈ ਲੀਏ ਤੁਸੀਂ ਉਹ ਦਿਖਾਈਦੀ ਪੁਰਾਵਾ ਅਗਰੀਮੈਂਟ ਹੈ ਅਲੱਗ ਕਹਿੰਦਾ ਨਹੀਂ ਨਹੀਂ ਇਹ ਤਾਂ ਤੁਸੀਂ ਉਹਦਾ ਹੀ ਸਾਈਨ ਕਰਾ ਲਿਆ ਫਿਲਮ ਦਿਖਾਈਦੀ ਉਹਦੀ ਕੱਢ ਗਏ ਜਦੋਂ ਕੋਈ ਸਾਡੇ ਕੋਲ ਵੀਜ਼ਾ ਅਪਲਾਈ ਕਰਨਾ ਸੀ ਉਹਦੀ ਫਿਲਮ ਬਣਾਣੇ ਜਿੱਦੇ ਪੁੱਛ ਕੇ ਭਾਜੀ ਲਿਖ ਕੇ ਪੂਰੇ ਉਹਦੇ ਪਿੱਛੇ ਕਮਰੇ ਲੱਗੇ ਆ ਜਿਹੜੇ ਕਮਰੇ ਚ ਬੰਦੀ ਉਹ ਤੇ ਲਿਖਿਆ ਹੋਇਆ ਕਿ ਤੇਰੀ ਮਰਜ਼ੀ ਤੋਂ ਬਿਨਾ ਹੁੰਦੀ ਵੀ ਉਹ ਲਿਖਦੇ ਲਿਖਦੇ ਲਖਾਨੇ ਪਿਆ ਜਿਹ ਚ ਕਹਿੰਦਾ ਮੈਂ ਇੰਨੇ ਪੈਸੇ ਤਾਰੂੰਗਾ ਜੀ ਕੰਮ ਹੋਏ ਤੇ ਤਾਰੂੰਗਾ ਸੈਂ ਮੈਂ ਕੀਤੇ ਆ ਉਹ ਵੀਡੀਓ ਬਣਾ ਲਿਆ ਸੀ ਗੱਲ ਤੈ ਹੋ ਗਈ ਬੀਜਾ ਲੱਗ ਗਿਆ ਉਹਨੂੰ ਕਹੀਦਾ ਭਾਜੀ ਪੈਸੇ ਦੇਣਾ ਉਹ ਨਾਲ ਦੋ ਲੈ ਕੇ ਜਾਂਦਾ ਪ੍ਰੈਸ਼ਰ ਕੋਟਰ ਉਹ ਨਾਲ ਲੈ ਕੇ ਜਾਂਦਾ ਦੋ ਲੀਟਰ ਉਹ ਲੈ ਕੇ ਜਾਂਦਾ ਪੁਲਿਸ ਵਾਲਾ ਅਫਸਰ ਅਲਾ ਕਹਿੰਦਾ ਜੀ ਇਹ ਇੰਨੇ ਪੈਸੇ ਹੁੰਦੇ ਹੀ ਨਹੀਂ ਕੈਮਰਾ ਉਹਨਾਂ ਹੱਥ 'ਚ ਬੰਦੇ ਦੇ ਮੈਂ ਨਾ ਸਰ ਆਪਕਾ ਵਰਜਨ ਲੈਣਾ ਹੈ ਆਪਨੇ 5 ਲੱਖ ਰੁਪਏ ਕੀ ਠਗੀ ਮਾਰ ਲਈ ਬੰਦੇ ਮੈਂ ਠਗੀ ਮਾਰੀ ਨਹੀਂ ਯਾਰ ਇਹ ਮੱਝ ਨਹੀਂ ਹੈ ਅਜੇ ਤੂੰ 5 ਲੱਖ ਰੁਪਏ ਦੇਣਾ ਹੈ ਬਟ ਇਹ 5 ਲੱਖ ਰੁਪਏ ਕਿਸ ਚੀਜ਼ ਕਾ ਹੈ ਕੈਮਰੇ 'ਵਿ ਬਤਾਈਏ ਕੀ ਕਹਾਂ ਜੀ ਮੈਨੂੰ ਇਸ ਕਰਕੇ ਅਸੀਂ ਠੱਗ ਬਣੇ ਜਾਂਦੇ ਹਾਂ ਕਿਉਂਕਿ ਅਸੀਂ ਵੀਜਲ ਲਵਾਨੇ ਆ ਕਿੰਨੇ ਸਾਲ ਹੋ ਗਏ ਤੁਹਾਨੂੰ ਇਸ ਇੰਡਸਟਰੀ ਦੇ ਵਿੱਚ ਹੋ ਗਏ 16 17 ਸਾਲ ਹੋ ਗਏ ਜੀ ਹਜ਼ਾਰਾਂ ਹੀ ਪਿੰਦਾ ਚੜਾਤਾ ਜੀ ਇੰਨੀ ਨੈਗੇਟਿਵਿਟੀ ਭਾਜੀ ਜਦੋਂ ਤੁਹਾਡੇ ਵੱਲ ਆਂਦੀ ਤੁਹਾਡੇ ਖਿਲਾਫ ਵੀਡੀਓਜ਼ ਕਮੈਂਟਸ ਰਾਤ ਨੂੰ ਸੌਣੇ ਕਿਵੇਂ ਆ ਮੈਂ ਹੁੰਦਾ ਹੀ ਨਹੀਂ ਮੈਂ ਸੋ ਦੋ ਦਿਨ ਨਹੀਂ ਸੋਣਾ ਜੀ ਹਫਤੇ ਹਾਂ ਜੀ ਪੰਜ ਦਿਨ ਮੈਂ ਕੰਮ ਹੀ ਕਰਦਾ ਕਿਵੇਂ ਮਹਿਸੂਸ ਕਰ ਰਹੇ ਹੋ ਇੰਨੀ ਦੇਰ ਤੋਂ ਇੰਡਸਟਰੀ ਦੇ ਵਿੱਚ ਆ ਗਿਓ ਪਿੱਛੇ ਮੁੱਦਾ ਚੱਲਿਆ ਪੰਜਾਬ ਦੇ ਵਿੱਚ ਬਹੁਤ ਵੱਡੇ ਲੈਵਲ ਤੇ ਜੀ ਮੈਨੂੰ ਲੱਗਦਾ ਕਿ ਬੱਚੇ-ਬੱਚੇ ਨੂੰ ਪਤਾ ਲੱਗ ਗਿਆ ਕਿ ਪੰਜਾਬ ਦਾ ਸੀਐਮ ਕੌਣ ਹੈ ਇਹ ਭਾਵੇਂ ਨਾ ਪਤਾ ਹੋਵੇ ਪਰ ਏਜੰਟ ਚੋਰ ਨੇ ਪਤਾ ਲੱਗ ਗਿਆ ਹਾਂ ਜੀ ਭਾਜੀ ਏਜੰਟਾਂ ਖਿਲਾਫ ਮੁੱਦਾ ਚੱਲਿਆ ਤਾਂ ਲੱਗਦਾ ਕੋਈ ਇਹਦਾ ਹੱਲ ਹੋਇਆ ਅੱਜ ਵੀ ਜਨਤਾ ਹਟ ਨਹੀਂ ਰਹੀ ਬਾਹਰ ਜਾਣੋ ਨਹੀਂ ਭਾਜੀ ਕਾਰੋਬਾਰ ਹੈ ਨਹੀਂ ਨਾ ਜੀ ਹੋਰ ਪੰਜਾਬ 'ਚ ਕੀ ਕਾਰੋਬਾਰ ਬਜਿਆ ਖੇਤੀ ਕੀ ਕਰ ਲੂਗਾ ਪੰਜਾਬ ਦਾ ਬੱਚਾ ਖੇ ਯਾ ਤਾਂ ਮੌਸਮ ਖਰਾਬ ਹੋ ਜਾਊਗਾ ਕਿਤੇ ਮੌਸਮ ਦੀ ਮਾਰ ਵੱਜ ਗਈ ਜੇ ਉਹਨੇ ਫਸਲ ਵਾਹੀ ਲਈ ਫਸਲ ਵਿਕਦੀ ਨਹੀਂ ਕਿਹਨੂੰ ਵੇਚ ਲੋਗੇ ਕਿਹੜਾ ਜ਼ਿਮੀਦਾਰ ਹੈ ਦੱਸੋ ਅੱਜ ਦੀ ਰੇਟ 'ਚ ਪੂਰੇ ਪੰਜਾਬ 'ਚ ਕੋਈ ਦੱਸੋ ਇੱਕ ਜ਼ਿਮੀਦਾਰ ਜਿਹੜਾ ਜ਼ਮੀਨ ਦੀ ਕਮਾਈ 'ਚੋਂ ਆਪਦੇ ਸੁਪਨੇ ਪੂਰੇ ਕਰਦਾ ਹੋਵੇ ਕਿ ਉਹ ਠਾਰ ਲੈ ਲੂਗਾ ਜੀ ਉਹ ਕੈਨੇਡਾ ਘੋਮਾਊਗਾ ਰੋਟੀ ਨਹੀਂ ਦੀਸੀਂ ਹੁੰਦੀ ਲੋਕਾਂ ਨੂੰ ਕਰਜ਼ਾ ਚੜਿਆ ਪਿਆ ਹਰ ਜ਼ਿਮੀਦਾਰ ਦੇ ਉੱਪਰ ਕਿ ਇਹਦੀ ਵੀ ਜ਼ਮੀਨ ਇਸ ਟਾਈਮ ਬਗੈਰ ਕਰਜ਼ੇ ਤੋਂ ਨਹੀਂ ਹੈਗੀ ਪਰ ਪੰਜਾਬ ਚ ਜੇ ਭਾਜੀ ਜ਼ਮੀਨਾਂ ਵੇਚ-ਵੇਚ ਕੇ ਬਾਹਰ ਜਾਣਗੇ ਤਾਂ ਪਿੱਛੋਂ ਪੰਜਾਬ ਕਿਦੇ ਹਵਾਲੇ ਛੱਡ ਕੇ ਜਾਣਗੇ ਪੰਜਾਬ ਭਾਜੀ ਇੱਕ ਕਿਲਾ ਵੇਚ ਕੇ ਜਾਂਦਾ ਅਗਲਾ ਮੁੜ ਕੇ 10 ਕਿਲੇ ਲੈ ਲੈਂਦਾ ਜੀ ਬਾਕੀ ਪਿੱਛੇ ਕਿੱਲੋਂ ਕਾਊਂਟ ਕਿੱਲੇ ਕੌਣ ਸਾਹਮਣੇ ਕੋ ਉਹਨਾਂ ਦੇ ਸਾਹਮਣੇ ਵੀ ਭਾਜੀ ਸਾਹਮਣੇ ਵਾਲੇ ਇਹਨੀ ਦੁਨੀਆ ਬਾਹਰੋਂ ਆ ਰਹੀ ਏ ਪ੍ਰਵਾਸੀ ਮਜ਼ਦੂਰ ਆ ਰਹੇ ਹਨ ਅਰੇ ਤੁਸੀਂ ਗੱਲ ਕੀਤੀ ਭਾਜੀ 5-10 ਲੱਖ ਦੀ ਕਿ ਮੈਂ 5 ਲੱਖ ਲੈ ਲਿਆ ਅਮਰੀਕਾ ਦੇ ਵੀਜ਼ੇ ਜਾਂ ਜਾਂ ਇੰਗਲੈਂਡ ਦੇ ਵੀਜ਼ੇ ਦਾ ਪਰ ਜਿਹੜੀਆਂ ਅਸੀਂ ਵੀਡੀਓਜ਼ ਦੇਖਦੇ ਹਾਂ ਠੱਗੀਆਂ ਦੀਆਂ ਕਿ 20 ਲੱਖ ਦੀ ਠੱਗੀ 25 ਅਸਲ 'ਚ ਠੱਗੀ ਹੁੰਦੀ ਕੀ ਪਹਿਲਾਂ ਤਾਂ ਕੀ ਏਜੰਟ ਜਿਹੜਾ ਭਜੀ ਠੱਗੀ ਠੱਗੀ ਹੁੰਦੀ ਆ ਵੀ ਕਿਸੇ ਕੋ ਕੰਮ ਪੈਸੇ ਲੈ ਲੇ ਔਰ ਕੰਮ ਨਹੀਂ ਕਰਾਣਾ ਠਗੀ ਇਹੀ ਹੁੰਦੀ ਆ ਪੂਰੀ ਦੁਨੀਆ ਚ ਯੂਨੀਵਰਸਲ ਠੱਗੀ ਦੀ ਆਪਾਂ ਕਹੀਏ ਡੈਫੀਨੇਸ਼ਨ देयर विल बी ਯੂਨੀਵਰਸਲ ਠੱਗੀ ਥੋੜੀ ਥੋੜੀ ਅੰਗਰੇਜ਼ੀ ਬੋਲਾਂਗਾ ਮੈਨੂੰ ਆਂਦੀ ਘੱਟ ਆ ਤੇ ਜ਼ਿਆਦਾਤਰ ਆਪਾਂ ਪੰਜਾਬੀ ਲੋਕ ਸ਼ਾਮ ਨੂੰ ਹੀ ਅੰਗਰੇਜ਼ੀ ਬੋਲਦੇ ਆ ਆਪਾਂ ਦਿਨੇ ਬੋਲਣ ਦੀ ਕੋਸ਼ਿਸ਼ ਕਰਦੇ ਯੂਨੀਵਰਸਲ ਠੱਗੀ ਕੀ ਹੁੰਦੀ ਆ ਪੂਰੀ ਦੁਨੀਆ 'ਚ ਠੱਗੀ ਦਾ ਕੀ ਮਤਲਬ ਆ ਕਿ ਮੈਂ ਤੁਹਾਡੇ ਕੋ ਸੌਦਾ ਲੈਣ ਆਇਆ ਤੁਸੀਂ ਮੇਰੇ ਕੋਲੋਂ ਪੈਸੇ ਲੈ ਲੇ ਤੇ ਮੈਨੂੰ ਸੌਦਾ ਦਿੱਤਾ ਰੀ ਇਹ ਠਗੀ ਹੁੰਦੀ ਹੈ ਅਸੀਂ ਤਾਂ ਭਾਜੀ 2014 ਤੋਂ ਮਸ਼ਹੂਰੀ ਕਰਨ ਨੇ ਆ ਪੈਸੇ ਵੀਜ਼ਾ ਲੱਗਣੇ ਕੇ ਬਾਅਦ ਪਹਿਲੇ ਹੀ ਨਹੀਂ ਭਜ ਗਏ ਕੋ ਅੱਜ ਕੱਲ ਤਾਂ ਇਹ ਵੀ ਕਹਿ ਰਹੇ ਨੇ ਕਿ ਵੀਜ਼ਾ ਤਾਂ ਫ੍ਰੀ ਲਵਾਓ ਨਾਲ ਮੇਰੇ ਕੋਲ 50000 ਵੀ ਲੈ ਕੇ ਜਾਓ ਉਹ ਚਲੋ ਭਾਜੀ ਹੁਣ ਜਦੋਂ ਕਿਸੇ ਨੂੰ ਨਹੀਂ ਸਮਝ ਲੱਗਦਾ ਕੁਝ ਤਾਂ ਕਰਨਾ ਹੀ ਇਹਦੇ ਚ ਕੀ ਹੈ ਵੈਸੇ ਮੈਂ ਪਿੱਛੇ ਇੱਕ ਵੀਡੀਓ ਦਿੱਤਾ ਉਹ ਕਹਿੰਦਾ ਆ ਤਾਂ ਸਹੀ ਤੂੰ ਇੱਕ ਵਾਰੀ ਆਉ ਤੂੰ ਇੱਕ ਵਾਰੀ ਪਹੁੰਚ ਸਾਡੇ ਕੋ ਫਿਰ ਦੇਖਦੇ ਹਾਂ ਕੀ ਕਰਨਾ ਇੱਥੇ ਆਂਦਾ ਕੋਈ ਨਹੀਂ ਅੱਜ ਕੱਲ ਇੱਕ ਸਮਾਂ ਹੁੰਦਾ ਸੀ ਕਹਿੰਦੇ ਸੀ ਏਜੰਟ ਲੱਭਣਾ ਪੈਂਦਾ ਸੀ ਲੋਕੀ ਤਸੀਲਾਂ ਤੋਂ ਪਿੰਡਾਂ ਤੋਂ ਸ਼ਹਿਰ ਸ਼ਹਿਰ ਤੋਂ ਵੱਡੇ ਸ਼ਹਿਰ ਪਸਾ ਫੜ ਫੜ ਕੇ ਚੰਡੀਗੜ੍ਹ ਪਹੁੰਚਦੇ ਸੀ ਵੀਜ਼ਾ ਲਵਾਉਣ ਵਾਸਤੇ ਲੱਭਣਾ ਪੈਂਦਾ ਸੀ ਏਜੰਟ ਫਿਰ ਲੱਭਦਾ ਸੀ ਫਿਰ ਕਹਿੰਦੇ ਸੀ ਇੱਟ ਪੁੱਟੋ ਦਾ ਏਜੰਟ ਆ ਜਾਂਦਾ ਜੀ ਅੱਜ ਦੀ ਡੇਟ 'ਚ ਇੱਟ ਪੁੱਟਣ ਦੀ ਵੀ ਲੋੜ ਨਹੀਂ ਇੱਟ ਦੇ ਉੱਤੇ ਬੈਠਾ ਜਿਵੇਂ ਪੌਡਕਾਸਟਰ ਹੋਏ ਪਨੇ ਭਾਜੀ ਅੱਜ ਦੀ ਡੇਟ 'ਚ ਪੰਜਾਬ 'ਚ ਕੋਈ ਕੰਮ ਰਹਿ ਗਿਆ ਬੰਦੇ ਬਾਹਰ ਭੇਜਦਾ ਜਿਹੜਾ ਵੀ ਇਨਸਾਨ ਅਸੀਂ ਅੱਜ ਤੱਕ ਬਾਹਰ ਭੇਜਿਆ ਉਹਦਾ ਕੋਈ ਨਾ ਕੋਈ ਬੰਦਾ ਹੁਣ ਆਪਣਾ ਹੀ ਕੰਮ ਕਰਦਾ ਪਿਆ ਜਿੰਨੇ ਕ ਲੋਕ ਵੀ ਸਾਡੀ ਵੀਡੀਓ ਦੇਖਦੇ ਜਿੰਨੀਆਂ ਵੀ ਅਸੀਂ ਪ੍ਰੋਮੋਸ਼ਨ ਕਰਦੇ ਜਿੰਨੇ ਵੀ ਬਾਹਰ ਜਾਣਾ ਹੈ ਨਾ ਜੀ ਪਹਿਲੀ ਵਾਰੀ ਉਹ ਵੀਜ਼ਾ ਆਪਦੇ ਰਿਸ਼ਤੇਦਾਰ ਕੋਈ ਅਪਲਾਈ ਕਰਦਾ ਕਿਉਂਕਿ ਹਰ ਕਿਸੇ ਦਾ ਰਿਸ਼ਤੇਦਾਰ ਭੈਣ ਭਰਾਜ ਦੀ ਜੇੜ ਚ ਇਸ ਕੰਮ ਚ ਇਨਵੋਲ ਹੈ ਅਗਲਾ ਇੱਕ ਵਾਰੀ ਉੱਥੋਂ ਅਪਲਾਈ ਕਰਦਾ ਜੇ ਨਹੀਂ ਲੱਗਾ ਫਿਰ ਉਹ ਕਿਸੇ ਦੂਜੇ ਬੰਦੇ ਕੋ ਜਾਂਦਾ ਮੇਰੇ ਫਸ ਸਰਕਲ ਚ ਜੇ ਪੰਜ ਬੰਦੇ ਨੇ ਜੀ ਉਹਨਾਂ ਚ ਤਿੰਨ ਬੰਦੇ ਇੰਗਲਿਸ਼ਨ ਦਾ ਕੰਮ ਕਰ ਰਹੇ ਨੇ ਹਾਂ ਜੀ ਕੀ ਕਮਾਈ ਬਹੁਤ ਜ਼ਿਆਦਾ ਭਾਜੀ ਇਹ ਸੌਖਾ ਕੰਮ ਹੈ ਭਾਜੀ ਈਜ਼ੀ ਕੰਮ ਹੈ ਨਾ ਕਰਨਾ ਹੀ ਕੁਝ ਨਹੀਂ ਹੈਗਾ ਮਝੂਰੀ ਦੇਣੀ ਹੈ ਬੰਦਾ ਆ ਗਿਆ ਮੁਰਗਾ ਲਪੇਟ ਕੇ ਅੱਗੇ ਫੁੱਟ ਛੁੱਟ ਦੇਣਾ ਜੀ ਇਹ ਕੰਮ ਚੱਲਦਾ B2B ਦੇ ਨਾਲ ਡਿਸਟ੍ਰੀਬਿਊਟਰ ਹੁੰਦੇ ਨਾ ਜੀ ਸਿਕਟਾ ਬਣੀਆਂ ਕਿਤੇ ਮਹਾਰਾਸ਼ਟਰ ਦੇ ਵਿੱਚ ਉਥੋਂ ਸਿਕਟਾ ਵਾਲੀ ਕੰਪਨੀ ਪੰਜਾਬ ਚ ਆ ਗਈ ਉਹਨੇ ਇੱਕ ਡਿਸਟ੍ਰੀਬਿਊਟਰ ਬਣਾਤਾ ਉਹਨੇ ਚਾਲ ਕੇ ਗਲੀ 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 ਜਾ ਕੇ ਸਾਰੇ ਖੋਖਿਆਂ ਦੇ ਸਿਕਟਾ ਵੰਡਦੀ ਆ ਚੈਨਲਾਈਜ਼ ਕਰਤਾ ਸਾਰਾ ਚੈਨਲਾਈਜ਼ ਹੋ ਗਿਆ ਹੁਣ ਕੀ ਹੋਇਆ ਵੱਡੇ ਏਜੰਟ ਜਿਹੜੇ ਕੋਈ ਬੰਬੇ ਬੈਠਾ ਕੋ ਦਿੱਲੀ ਬੈਠਾ ਗੁਜਰਾਤ ਬੈਠਾ ਉਹ ਯੂਨੀਵਰਸਟੀਆਂ ਨਾਲ ਟਾਇਪ ਕਰਦੇ ਨੇ ਉਹ ਮੁੜ ਕੇ ਉਹ ਮਾਲ ਲੈ ਕੇ ਪੰਜਾਬ ਚ ਆ ਜਾਂਦੇ ਨੇ ਪੰਜਾਬ ਦੇ ਜਿੰਨੇ ਬੰਦੇ ਇਮੀਗ੍ਰੇਸ਼ਨ ਦਾ ਕੰਮ ਕਰਦੇ ਸਾਰੇ ਅੱਜ ਦੀ ਡੇਟ 'ਚ ਵੈਬਸਾਈਟਾਂ ਤੇ ਨੇ ਹਰ ਬੰਦੇ ਦਾ ਡਾਟਾ ਕਿਸੇ ਨਾ ਕਿਸੇ ਸਰਕਾਰੀ ਸਾਈਟ ਤੇ ਕੋਈ ਲਾਇਸੈਂਸ ਮਿਲਿਆ ਜਾਂ ਲੁਧਿਆਣੇ ਦੀ ਗੱਲ ਕਰਦੇ ਤੂੰ ਲੁਧਿਆਣੇ ਦੇ ਵਿੱਚ 11500 ਬੰਦਾ ਰਜਿਸਟਰਡ ਟਰੈਵਲ ਏਜੰਟ ਜਿਹਦੇ ਕੋਲ ਲਾਇਸੈਂਸ ਆ ਉਹ 1500 ਬੰਦਿਆਂ ਦੇ ਕੋਲ ਹੀ ਇਹਨਾਂ ਨੇ ਬੰਦੇ ਭੇਜ ਦੇਣ ਕਿ ਲਓ ਜੀ ਇਹ ਸਾਡੇ ਕੋਲ ਸਮਾਨ ਹੈ ਇਸ ਤੇ ਬੱਚਾ ਭੇਜੋ ਹੁਣ ਤੁਸੀਂ ਸਵੈ ਰੇ ਇਮੀਗ੍ਰੇਸ਼ਨ ਦਾ ਕੰਮ ਸ਼ੁਰੂ ਕਰਨਾ ਤੁਹਾਨੂੰ ਕੁਝ ਕਰਨਾ ਹੀ ਨਹੀਂ ਪੈਣਾ ਬੈਠੇ ਬਿਠਾਏ ਤੋ ਅਸੀਂ ਸਵੈ ਰੇ ਬੋਰਡ ਲਾਓ ਤੁਹਾਡੇ ਕੋ ਆਪਣੇ ਆਪ ਲੋਕਾਂ ਨੇ ਆਣਾ ਸ਼ੁਰੂ ਹੋ ਜਾ ਤੇ ਨੂੰ ਸਾਰਾ ਕੁਝ CRM ਵੀ ਅਸੀਂ ਦਿਨੇ ਆ ਤੇਰੀ Facebook ਤੇ ਐਡ ਵੀ ਇਹੀ ਚਲਾਵਾਂਗੇ ਇਤਰਾ ਸਾਰਾ ਕੁਝ ਇਹੀ ਚਲਾਵਾਂਗੇ ਤੂੰ ਸਿਰਫ ਦੁਕਾਨ ਖੋਲ ਕੇ ਬੈਠ ਤੂੰ ਲੋਕਾਂ ਨਾਲ ਪੈਸੇ ਲਈ ਜਾ ਇਹ B2B ਦਾ ਧੰਦਾ ਹੋ ਗਿਆ ਇਹਦੇ ਵਿੱਚ ਡਾਇਰੈਕਟ ਕੰਮ ਕਰਨ ਵਾਲੇ ਲੋਕ ਹੀ ਨਹੀਂ ਅੱਗੇ ਤੋਂ ਅੱਗੇ ਅੱਗੇ ਤੋਂ ਅੱਗੇ ਫਾਈਲ ਜਾਈ ਜਾਂਦੀ ਪਈ ਆ ਹੁਣ ਕੀ ਕੈਨੇਡਾ ਨੂੰ ਲੋਡ ਸੀ ਤਾਂ ਅਗਰ ਵੀਜੇ ਵੰਡਣੇ ਸ਼ੁਰੂ ਕਰਤੇ ਤਾਂ ਹਰ ਬੰਦਾ ਹੀ ਲੜੀਆਂ ਦਿਖਾਈ ਜਾਂਦਾ ਕੋਈ ਕਹਿੰਦਾ ਮੇਰੇ 10 ਵੀਜੇ ਆ ਗਏ ਕੋਈ ਕਹਿੰਦਾ ਮੇਰੇ 50 ਵੀਜੇ ਆ ਗਏ ਕੋਈ ਬੰਦਾ 100 ਵੀਜੇ ਆ ਗਏ ਇੱਕ ਟਾਈਮ ਤੇ STD PCIO ਦਾ ਕੰਮ ਚੱਲ ਰਿਹਾ ਸੀ ਫਿਰ ਮੋਬਾਈਲਾਂ ਦਾ ਕੰਮ ਸ਼ੁਰੂ ਹੋ ਗਿਆ ਕਦੋਂ ਤੋਂ ਇੰਟਰਨੈਟ ਦਾ ਕੰਮ ਸ਼ੁਰੂ ਹੋਇਆ ਪੂਲ ਟੇਬਲਾਂ ਦਾ ਕੰਮ ਸ਼ੁਰੂ ਹੋਇਆ ਜਿੱਦਾਂ ਜਿੱਦਾਂ ਰਵਾਜ ਅੱਜ ਦੀ ਰੇਟ ਦੇ ਵਿੱਚ ਇਮੀਗ੍ਰੇਸ਼ਨ ਦਾ ਕੰਮ ਬੰਦ ਹੋ ਗਿਆ ਹੁਣੇ ਹੁਣ ਪਿਛਲੇ 6 ਮਹੀਨੇ ਤੋਂ ਦਫ਼ਤਰ ਬੰਦ ਹੁੰਦੇ ਪਏ ਆ ਕਿਉਂਕਿ ਵੀਜ਼ਾ ਲਵਾਉਣਾਂ ਦੇ ਕਿਸੇ ਨੂੰ ਆਂਦਾ ਹੀ ਨਹੀਂ ਵੀਜ਼ੇ ਤੱਕ ਤਾਂ ਕੋ ਪਹੁੰਚਦਾ ਹੀ ਨਹੀਂ ਉਹਦੇ ਇੱਥੇ ਬੱਸ ਚੁੱਕਿਆ ਉਹ ਤੇ ਸੇਲ ਕਾਊਂਟਰ ਹੈ ਸੇਲ ਕਾਊਂਟਰ ਆ ਤੁਸੀਂ ਕਹੇ ਤੁਸੀਂ ਜਾ ਕਾਗਜ਼ ਦਿੱਤੇ ਲੈਣ ਤੁਹਾਡੇ ਕਾਗਜ਼ ਫੜੇ ਅੱਗੇ ਤੋਂ ਅੱਗੇ ਅੱਗੇ ਤੋਂ ਅੱਗੇ ਜਾਣੇ ਸ਼ੁਰੂ ਕਰਦੇ ਜਦੋਂ ਕਿਸੇ ਦਾ ਰਿਫਿਊਜ਼ਲ ਹੋ ਜਾਂਦਾ ਉਹਦੇ ਹੱਥ ਫੜਾ ਦਿੰਦੇ ਆ ਸਾਡੀ ਸਪੈਸ਼ਲਾਈਜ਼ੇਸ਼ਨ ਹੈ ਅਸੀਂ ਕੇਸ ਜਿੰਦੇ ਤੇ ਸਾਨੂੰ ਪਤਾ ਵੀਜਾ ਲੱਗ ਜਾਣਾ ਅਸੀਂ ਟਿੱਡੇ ਕੇਸ ਫੜਦੇ ਹਾਂ ਸਾਡੇ ਕੋਲ ਕਦੀ ਵੀ ਕੋਈ ਪਹਿਲੀ ਵਾਰ ਹੀ ਨਹੀਂ ਆਂਦਾ ਕੋਈ 2 4 5 ਵਾਰੀ ਅਗਲਾਂ ਟਰਾਈ ਕੀਤਾ ਅਗਲਾਂ ਨਹੀਂ ਕੰਮ ਬਣਿਆ ਫੇਰ ਉਹ ਸਾਡੇ ਕੋਲ ਪਹੁੰਚਦਾ ਜੀ ਪੰਜਾਬ ਚ ਰੋਕ ਕੇਵੇਂ ਸਕਦੇ ਆ ਭਾਜੀ ਬਾਹਰ ਜਾਣ ਵਾਲਾ ਕਲਚਰ ਕੀ ਕਰਨਾ ਭਾਜੀ ਰੋਕ ਕੇ ਰੋਕ ਕੇ ਦੱਸੋ ਪੰਜਾਬ ਵੱਜ ਜਾਵੇ ਸਾਡਾ ਵੱਜਿਆ ਬੜਾ ਵਧੀਆ ਭਾਜੀ ਹਰ ਬੰਦਾ ਸ਼ਰਾਬੀ ਕੇ ਸੌਂਦਾ ਰਾਤ ਨੂੰ ਇਹਨੂੰ ਵੱਜਿਆ ਕਹਿੰਦੇ ਨੇ ਪੰਜਾਬ ਆ ਭਾਜੀ ਇੰਜੋਏ ਕਰਦਾ ਪਿਆ ਹਰ ਬੰਦਾ ਕਿਹਨੂੰ ਪ੍ਰੋਬਲਮ ਹੈ ਦੱਸੋ ਪੰਜਾਬ ਚ ਇਹ ਦੁਹੀ ਕੋਣ ਹੈ ਜਿਹੜੇ ਪੰਜਾਬ ਚ ਯੂਥ ਬਾਹਰ ਗਈ ਕੈਨੇਡਾ ਦੀਆਂ ਵੀਡੀਓਜ਼ ਦੇਖਦੇ ਆ ਕਿਉਂ ਕੰਮ ਨਹੀਂ ਮਿਲ ਰਿਹਾ ਵਾਪਸ ਭੇਜ ਰਹੇ ਨੇ ਪਿੱਛੇ ਗੱਲ ਚੱਲਿਆ ਸੀ ਨਾ ਦੇਖਿਆ ਤੁਸੀਂ ਕਦੀ ਵਾਪਸ ਆਇਆ ਹੈ ਰਿਵਰਸ ਮਾਈਗ੍ਰੇਸ਼ਨ ਤਾਂ ਸ਼ੁਰੂ ਹੋਈ ਗਈ ਹੈ 5 7 10 ਕਰੋੜ ਰੁਪਏ ਲੈ ਕੇ ਆਂਦਾ ਨਾ ਜੀ ਉਹ ਕਿਹੜਾ ਭੁੱਖਾ ਨੰਗਾ ਆਂਡਿਆ ਪਹਿ ਕਮਾ ਕੇ ਆ ਰਹੇ ਭਾਜੀ ਪੂਰਾ 10 ਕਰੋੜ ਰੁਪਇਆ ਹੁੰਦਾ ਜਿਹੜਾ ਬੰਦਾ ਬਾਹਰੋਂ ਆਂਦਾ ਉੱਥੇ ਕੋਈ ਭੁੱਖਾ ਨੰਗਾ ਦੇਖਿਆ ਜਿਹੜੇ ਦੇਖੋ ਜਿਹੜਾ ਇੱਥੋਂ 25 ਲੱਖ ਲਾ ਕੇ ਗਿਆ ਹੁਣ ਉਹ ਕਹਿੰਦਾ ਮੇਰੇ ਕੋਲ ਕੰਮ ਹੈ ਨਹੀਂ ਉੱਥੇ ਕੰਮ ਕਿਉਂ ਨਹੀਂ ਹੈ ਕੰਮ ਕਰਨਾ ਨਹੀਂ ਨਾ ਪਰ ਲੋਕ ਕਹਿੰਦੇ ਨਾ ਆਇਓ ਬੜੀ ਲੋਕ ਆਪਾ ਵੀਡੀਓਸ ਨਾ ਆਇਓ ਕੈਨੇਡਾ ਨਾ ਆਇਓ ਉਧਰ ਬੈਠ ਕੇ ਕਹਿੰਦੇ ਨਾ ਉਹਨੂੰ ਕੋ ਲੁਧਿਆਣੇ ਬੈਠ ਕੇ ਨਾ ਆਇਓ ਕਿਉਂਕਿ ਉਹ ਮੈਨੂੰ ਲੱਗਦਾ ਕਿ ਤੂੰ ਤੂੰ ਤਾਂ ਹੀ ਬਪਸਾ ਜੰਦਾ ਆ ਜਾ ਤੂੰ ਹੀ ਆਪ ਆਪਸੇ ਤੂੰ ਹੀ ਇੱਥੇ ਪਾਣੀ ਪੀਂਜੇ ਦਾ ਲੱਭਦਾ ਮਿਲਦਾ ਇੱਥੇ ਤੂੰ ਵੀ ਇੱਥੇ ਹਵਾ ਦੇ ਵਿੱਚ ਹੋ ਖਜਲ ਹੋ ਤੂੰ ਵੀ ਚਲਾਨ ਕਟਾ ਇੱਥੇ ਤੂੰ ਵੀ ਛਤਰੋ ਛਤਰੀ ਹੋ ਸਾਹਮਣੇ ਤੈਨੂੰ ਲੱਗ ਜੂਗਾ ਪਤਾ ਕੱਲ ਕੋਰੋਨਾ ਹੋ ਗਿਆ ਵੈਕਸੀਨ ਤੇਰੇ ਵੀ ਨਹੀਂ ਲੱਗਣੀ ਭਾਜੀ ਜਿਹੜਾ ਬੰਦਾ ਜਾਂਦਾ ਨਾ ਉਹ ਆਪਦੀ ਬੈਟਰਮੈਂਟਲੀ ਜਾਂਦਾ ਨਿੰਦਣ ਵਾਲੇ ਦੇਖੋ ਨ ਉਹਟੂ ਹਾਈਲਾਈਟ ਹੋ ਜਾਂਦੇ ਆ ਅੱਜ ਲੁਧਿਆਣੇ ਦੇ ਵਿੱਚ 10 ਬੱਚਿਆਂ ਨੇ ਡੀ ਐਮ ਸੀ ਹੋਟਲ 'ਚ ਜਨਮ ਲਿਆ ਇਹ ਕੋ ਖਬਰ ਹੈ ਨਹੀਂ ਇੱਕ ਬੱਚਾ ਡੀ ਐਮ ਸੀ 'ਚ ਮਰ ਗਿਆ ਤੜਫ ਕੇ ਮਰਿਆ ਇਹ ਖਬਰ ਹੈ ਵਾਜੀ ਕੈਨੇਡਾ ਨੇ 70000 ਬੰਦੇ ਰਿਪੋਰਟ ਕਰ ਦੇਣੇ ਆ ਹੋ ਇਹ ਤਾਂ ਨਹੀਂ ਉਹ ਦਬਕਾ ਮਾਰਿਆ ਉਹ ਹਲਾਰਾ ਮਾਰਿਆ ਉੱਥੇ ਦੇ ਮਨਿਸਟਰਾਂ ਨੇ ਕਿ ਇੰਨਾ ਆਵਾਜ਼ ਮਾਰ ਦਿੰਨੇ ਆ ਸ਼ਾਇਦ ਵੋਟਾਂ ਵਹਿ ਜਾਣ ਜਦੋਂ ਪਾਜੀ ਵੋਟਾਂ ਹੁੰਦੀਆਂ ਨਾ ਉਦੋਂ ਸ਼ੋਰ ਮੱਚਦੇ ਆ ਇਹ ਹੋਰ 6 ਮਹੀਨੇ ਬਾਅਦ ਵੋਟਾਂ ਆ ਜਾਣੀ ਖਤਮ ਹੋ ਜਾਣਾ ਇਹ ਕੈਨੇਡਾ ਨੇ ਫਿਰ ਲੈਣ ਲੱਗਾ ਵੈਲਕਮ ਈਅਰ ਵੈਲਕਮਿੰਗ ਸਟੂਡੈਂਟਸ ਆ ਜਾਓ ਕੰਮ ਹੀ ਪੜਿਓ ਪਾਜੀ ਅੱਜ ਉਸ ਮੁਲਕ ਦੀ ਇਕਨੋਮੀ ਬੰਦਿਆਂ ਦੇ ਆ ਉਹਨਾਂ ਦੇ ਆਪ ਦੇ ਲੋਕਾਂ ਨੂੰ ਤੇ ਹੱਡ ਰਾਂ ਪਏ ਕੈਨੇਡੀਅਨ ਬੰਦਾ ਜਦੋਂ ਕੋਰੋਨਾ ਆਇਆ ਉਹ ਘਰ ਬਹਿ ਗਿਆ ਉਹਨੂੰ ਰਾਜ ਕੇ ਰੋਟੀ ਖਵਾਈ ਸਰਕਾਰਾਂ ਨੇ ਉਹਨੂੰ ਕੰਮ ਤੇ ਲਿਆਣਾ ਸੀ ਉਹਨੂੰ ਕਹਿੰਦੇ ਕੰਮ ਤੇ ਨਾਲ ਥੋੜੀ ਦਰ ਵਰਕ ਫਰੋਮ ਹੋਮ ਕਰ ਲਾ ਆ ਨਵੀਂ ਸਿਆਪਾ ਆ ਗਿਆ ਅੱਜ ਕੱਲ ਵਰਕ ਫਰੋਮ ਹੋਮ ਉਹ ਜਿਹਨੂੰ ਇੱਕ ਵਾਰ ਲੱਗ ਜਾਂਦਾ ਉਹ ਨਸ਼ੇ ਚੋਂ ਬਾਹਰ ਹੀ ਨਿਕਲਦਾ ਮੇਰੇ بڑے ਰਿਸ਼ਤੇਦਾਰ ਭੈਣ ਭਰਾ ਕੈਨੇਡਾ ਚ ਰਹਿੰਦੇ ਆ بڑے ਦੋਸਤ ਰਹਿੰਦੇ ਆ ਉਹ ਕਹਿੰਦੇ ਸਾਨੂੰ ਅੱਜ ਕੋਈ ਕਹਿ ਦੇਵੇ ਨਾ ਕੰਮ ਤੇ ਆਣਾ ਸੀ ਅਗਲੇ ਦਿਨ ਡਿਜ਼ਾਈਨ ਦੇ ਦਿੰਨੇ ਫਿਜ਼ੀਕਲੀ ਨਹੀਂ ਜਾਣਾ ਨਾ ਨਾ ਜਾਣਾ ਹੀ ਨਹੀਂ ਅਸੀਂ ਤਾਂ ਅਗਲਾ ਕਹਿੰਦਾ ਦੇਵਤੇ ਹੈਗੇ ਆ ਜੀ ਇਹ ਮਾਲਕ ਆ ਇਸ ਮੁਲਕ ਦੇ ਜਿਹਦੀ ਪੀਅਰ ਹੋ ਜਾਂਦੀ ਨਾ ਉਹਨੂੰ ਲੱਗਦਾ ਵੀ ਮੇਰੇ ਤੋਂ ਉੱਤੇ ਬੰਦਾ ਹੀ ਕੋਈ ਨਹੀਂ ਹੈਗਾ ਜੀ ਉਹ ਆਪਣੇ ਮਾਲਕ ਨੂੰ ਕਹਿੰਦਾ ਮੈਂ ਵਰਕ ਫਰੋਮ ਹੋਮ ਕੰਮ ਕਰਨਾ ਹੀ ਘਰਾਣਾ ਖਰਾ ਨਹੀਂ ਕਰਨਾ ਨਾ ਕਰਾ। ਅੱਜ ਵੀ ਕੈਨੇਡਾ ਦੇ ਵਿੱਚ ਕੰਮ ਕਰਨ ਵਾਲਿਆਂ ਦੀ ਸ਼ਾਰਟੇਜ ਹੈ। ਇਥੋਂ ਜਿਹੜੇ 10% ਵੇਲੜ ਗਏ ਆ ਨਾ ਜੀ ਜਿਨ੍ਹਾਂ ਨੂੰ ਕੰਮ ਕੋਈ ਨਹੀਂ ਕਰਨਾ ਆਂਦਾ ਉਹ ਰੋਲਾ ਪਾਉਂਦੇ ਆ। ਜੇ ਉਹ ਇੰਨੇ ਤੰਗ ਨੇ ਫਿਰ ਵਾਪਸ ਕਿਉਂ ਨਹੀਂ ਆ ਜਾਂਦੇ? ਮੇਰਾ ਪਰਸਨਲ ਓਪੀਨੀਅਨ ਵੀ ਹੈ ਭਾਜੀ ਇੱਕ ਇਹ ਥੱਗੀ ਨੂੰ ਲੈ ਕੇ ਕਿਉਂਕਿ ਮੈਂ ਪਿੱਛੇ ਸਾਰਿਆਂ ਨਾਲ ਹੀ ਪੋਡਕਾਸਟ ਕੀਤਾ ਭਾਨੇ ਨਾਲ ਵੀ ਕੀਤਾ ਭਾਨੇ ਨੇ ਮੁੱਦਾ ਚੱਕਿਆ ਸੀ ਪੰਜਾਬ 'ਚ। ਮੇਰੇ ਵੀ ਦਿਮਾਗ 'ਚ ਇਹ ਮੁੱਦਾ ਸੀਗਾ ਲੋਕ ਭਾਵੇਂ ਨੂੰ ਐਗਰੀ ਕਰਨ ਨਾ ਕਰਨ ਕਿ ਜਿਵੇਂ ਤੁਸੀਂ ਕਿਹਾ ਕਿ ਲੋਈ ਬਤੌਣ ਵਾਲੇ ਤੁਹਾਡੇ ਘਰ ਬੈਠਾ ਲੈ ਕੇ ਆਂਦੇ ਨੇ ਤਾਂ ਜੇ ਆਪਾਂ ਇੰਨੇ ਪੋਡਕਾਸਟਾਂ 'ਚ ਰੌਲਾ ਪਾਣੇ ਕਿ ਬਾਹਰ ਨਹੀਂ ਜਾਣਾ ਚਾਹੀਦਾ ਨਹੀਂ ਜਾਣਾ ਚਾਹੀਦਾ ਤਾਂ ਕਿਉਂ ਜਾਂਦੇ ਨੇ ਪਰ ਮੇਰਾ ਸਵਾਲ ਇਹ ਹੈ ਕਿ ਸਹੀ ਤਰੀਕਾ ਕੀ ਹੈ ਜੇ ਕੋਈ ਇਹ ਪੋਡਕਾਸਟ ਸੁਣ ਰਿਹਾ ਵੈਸੇ ਤਾਂ ਮੈਂ ਹੱਕ 'ਚ ਨਹੀਂ ਬਾਹਰ ਜਾਣਦੇ ਪਰ ਜੇ ਜਾਣਾ ਚਾਹੁੰਦਾ ਤੁਸੀਂ ਇਹਨੂੰ ਆਪਣੇ ਮੈਂ ਕਹਿੰਦਾ ਆਪਾਂ ਬਾਹਰ ਜਾਣ ਦੀ ਗੱਲ ਹੀ ਨਹੀਂ ਕਰਦੇ ਆਪਾਂ ਕਹਿੰਦੇ ਨਹੀਂ ਬਾਹਰ ਜਾਓ ਕੋ ਮੇਰੇ ਕੋਲ ਤਜਰਬਾ ਹੈ ਮੈਂ ਇਹ ਦੱਸ ਸਕਦਾ ਕਿ ਬਾਹਰ ਕਿਉਂ ਜਾਣਾ ਪਹਿਲਾਂ ਤੁਸੀਂ ਕਿਉਂ ਦੱਸੋ ਫਿਰ ਕਿਵੇਂ ਭਾਜੀ ਬੰਦਾ ਆਪਾਂ ਕਹਿੰਨੇ 25 ਲੱਖ ਰੁਪਏ ਲੱਗਦਾ ਜੀ ਅਜ ਬਾਹਰ ਜਾਂਦਾ ਜੀ 25 ਲੱਖ ਲਾ ਕੇ ਕਿਹੜਾ ਕੰਮ ਇੱਥੇ ਸ਼ੁਰੂ ਕਰ ਲੋਗੇ ਤੇ ਉੱਚ ਕੀ ਕਮਾਈ ਹੋਊਗੀ ਦੱਸੋ بڑے ਕੰਮ ਨੇ ਭਾਜੀ ਅੱਛਾ ਚਲੋ ਇੱਕ ਕੰਮ ਦਾ ਨਾਮ ਲਓ ਜੀ ਕੋਈ ਜਿਵੇਂ ਜੇ ਤੁਸੀਂ ਫੂਡ ਦੇ ਕੰਮ ਦੇ ਇੰਟਰਸਟਿਡ ਹੋ ਤਾਂ ਫੂਡ ਦਾ 카ਟ ਲਾ ਲਓ ਫੂਡ ਦਾ 카ਟ ਲਾ ਲਿਆ ਸ਼ਾਮੀ ਬੁਗਾਰ ਪੈਣੀ ਭਾਜੀ ਕੌਣ ਬੁਗਾਰ ਭੁਗਤੂਗਾ ਉਹ ਤਾਂ ਫੇਰ ਸਿਸਟਮ ਨਾਲ ਤਾਂ ਲੜਨਾ ਹੀ ਪੈਣਾ ਤੇ ਸਿਸਟਮ ਭਾਜੀ ਲੜਨ ਬੰਦਾ ਲੜਨਾ ਹੀ ਤੇ ਨਹੀਂ ਨਾ ਚਾਹਦਾ ਆ ਉਹ ਤਾਂ ਹਰ ਰੋਜ਼ ਦੀ ਲੜਾਈ ਹੈ ਨਾ ਭਾਜੀ ਇੱਥੇ ਤੋਂ ਭਾਜੀ ਤੁਹਾਡੀਆਂ ਰੋਜ਼ ਅਸੀਂ ਵੀਡੀਓ ਦੇਖੀ ਦੀਆਂ ਬੇਫਕੂਫੀ ਬਣਾਈ ਜਾਂਦੇ ਡਾਕਟਰ ਜਿਹੜੇ ਟੈਸਟ ਦੀ ਲੋੜ ਹੀ ਨਹੀਂ ਉਹ ਟੈਸਟ ਹੀ ਕਰਾਈ ਜਾਂਦੇ ਵੇ ਮਹਿੰਗਾ ਹੀ ਜਾਂਦਾ ਭਾਜੀ ਗਰੀਬ ਬੰਦਾ ਤਾਂ ਕਰਾਈ ਨਹੀਂ ਸਕਦਾ ਭਾਜੀ ਜਦੋਂ ਪਤਾ ਲੱਗ ਜਾਂਦਾ ਨਾ ਡਾਕਟਰਾਂ ਨੂੰ ਕਿ ਇਹ ਚੰਗੇ ਘਰੋਂ ਆਇਆ ਇਹਦੇ ਪਿੱਛੇ ਬੈਕਗ੍ਰਾਉਂਡ ਤੇ ਪੈਸਾ ਹੈਗਾ ਉਹਦੇ ਟੈਸਟ ਹੀ ਕਰਾਈ ਜਾਂਦੇ 100% ਤੁਸੀਂ ਮੈਡੀਕਲ ਨਾਲ ਹੀ ਨਹੀਂ ਲੜ ਸਕਦੇ ਯਾਰ ਤੁਸੀਂ ਹੋਰ ਕਿੱਥੇ ਕਿੱਥੇ ਲੜ ਲੈਣਾ ਤੂੰ ਸੜਕ ਤੇ ਜਾ ਰਹੇ ਹੋ ਤੁਹਾਡੇ ਸੱਟ ਲੱਗ ਗਈ ਤੁਹਾਨੂੰ ਚੁੱਕਣਾ ਹੀ ਨਹੀਂ ਕਿਸੇ ਨੇ ਇਨਸਾਨੀਅਤ ਤਾਂ ਭਾਜੀ ਮਾਰੀ ਗਈ ਨਾ ਅਸੀਂ ਆਪਦੇ ਬੱਚੇ ਕਿਉਂ ਬਾਹਰ ਭੇਜਦੇ ਆਂ ਤੁਸੀਂ ਇੱਥੇ ਬੱਚੇ ਨੂੰ ਕਰਾਣਾ ਕੀ ਆ ਜੇ ਕਿਸੇ ਦੀ ਧੀ ਭੈਣ ਨੇ ਕਿਸੇ ਕਾਲਜ ਜਾਣਾ ਪੜ੍ਹ ਲੀ ਪਹਿਲਾਂ ਤਾਂ ਭਾਜੀ ਉਹ ਕਾਲਜ ਤੱਕ ਜਾਣਾ ਹੀ ਔਖਾ ਹੈ ਉਹਦੇ ਵਾਸਤੇ ਤੁਹਾਡੀ ਭੈਣ ਆ ਮੇਰੀ ਭੈਣ ਆ ਸਾਡੀਆਂ ਭੈਣਾਂ ਸੋਹਂਦੀਆਂ ਇੱਕ ਕੁੜੀ ਨੇ ਜਦੋਂ ਘਰੋਂ ਨਿਕਲ ਕੇ ਆਪਦੇ ਕਾਲਜ ਤੱਕ ਜਾਣਾ ਬਾਜ਼ਾਰ ਚ ਜੀ ਲੈਣ ਜਾਣਾ ਉਹ ਆਪਣੇ ਆਪ ਨੂੰ ਪਹਿਲਾਂ ਤਾਂ ਸੇਫ ਹੀ ਨਹੀਂ ਸਮਝਦੀ ਬਿਲਕੁਲ ਜੇ ਉਹੀ ਬੱਚੇ ਨੂੰ ਤੁਸੀਂ ਸਵੇਰੇ ਬਾਹਰ ਭੇਜ ਦੋਗੇ ਉਹਦਾ ਕੌਨਫੀਡੈਂਸ ਇੰਕਰੀਜ਼ ਹੋ ਜਾਂਦਾ ਬਾਹਰਲੀ ਸਰਕਾਰਾਂ ਸੰਭਦੀਆਂ ਲਾਰਡ ਰਗਾ ਇਥੇ ਇੱਕ ਲੜਕੀ ਕਿਸੇ ਨੂੰ ਜਾ ਕੇ ਕਵੇ ਸ਼ਿਕਾਇਤ ਕਰੇ ਕਿ ਮੈਨੂੰ ਫੁਲਾਣਾ ਮੁੰਡਾ ਛੇੜਦਾ ਉਹ ਸ਼ਿਕਾਇਤ ਕਿੱਥੇ ਕਰਨ ਜਾਊਗੀ ਦੱਸੋ ਥਾਣੇ 'ਚ ਜਾਊਗੀ ਕਦੀ ਸੁਣਿਆ ਕੁੜੀਆਂ ਗਈਆਂ ਥਾਣਿਆਂ ਦੇ ਵਿੱਚ ਸ਼ਿਕਾਇਤ ਕਰਨ ਇੱਥੇ ਬੰਦਾ ਘੁਟੀ ਜਾ ਰਿਹਾ ਭਾਜੀ ਹਰ ਮਾਪੇ ਪਰੇਸ਼ਾਨ ਹੈ ਅੱਜ ਕੀ ਮੈਂ ਕਰਾਂਗੀ ਮੈਂ ਆਪਣੇ ਬੱਚੇ ਨੂੰ ਪੜ੍ਹਾਵਾਂ ਕਿੱਥੇ ਤੁਸੀਂ ਕਿਹੜੇ ਸਕੂਲ 'ਚ ਪੜ੍ਹਾ ਲੈਣਾ ਜਲੰਧਰ ਲੁਧਿਆਣਾ ਅਮਰitsar 'ਚ ਜਿੱਥੇ ਪੜ੍ਹ ਕੇ ਬੱਚਾ ਤੁਹਾਡਾ ਕੋ 50 ਹਜ਼ਾਰ ਲੱਖ ਦੀ ਨੌਕਰੀ ਲੱਗ ਜਾਊਗਾ ਇਹ ਤੇ ਤਾਂ ਭਾਜੀ ਮਾਸਟਰ ਡਿਗਰੀ ਕਰਕੇ ਵੀ ਵੇਲੇੜੇ ਸਾਰੇ ਕਮੀ ਐ ਨਹੀਂ ਕਿਸੇ ਕੋ। ਦੇਖੋ ਸਿਸਟਮ ਦੇ ਹਾਰ ਭਾਜੀ 15-20000 ਰੁਪਏ ਦੀ ਨੌਕਰੀ ਹੈ ਨਾ ਕਿਸੇ ਬੰਦੇ ਨੇ ਮਾਸਟਰ ਡਿਗਰੀ ਕਰ ਲਈ। ਬਹੁਤ ਸਾਰੇ ਲੋਕ ਕਹਿੰਦੇ ਹੋ ਤੁਸੀਂ ਭਾਨਾਬੀਰ ਕਹਿੰਦਾ ਵਾ ਹੋਰ ਤੁਹਾਡੇ ਕੋ ਬੜੇ ਪੋਡਕਾਸਟਰ ਆਂਦੇ ਸਾਡੇ ਮੁੱਖ ਮੰਤਰੀ ਸਾਹਿਬ ਹਰ ਵਾਰ ਬਾਹਰ ਨਾ ਜਾਓ ਠੀਕ ਹੈ ਨਹੀਂ ਭਜਦੇ ਭਾਜੀ ਮੈਂ ਵੀ ਨਹੀਂ ਭਜਦਾ ਮੈਂ ਦੁਕਾਨ ਬੰਦ ਕਰ ਲੈਂਦਾ ਮੈਂ ਸਾਰਿਆਂ ਦੀ ਸੁਣ ਲੈਣਾ ਕਿਉਂਕਿ ਅਕਸਰ ਮੇਰੇ ਤੇ ਐਲੀਗੇਸ਼ਨ ਲੱਗਦੇ ਕਿ ਤੁਸੀਂ ਵੀ ਸ਼ਾਮਲ ਹੋ ਤੁਸੀਂ ਬਾਹਰ ਭੇਜਦੇ ਹੋ ਮੈਂ ਭਾਜੀ ਨਹੀਂ ਭੇਜਦਾ ਸਵੇਰ ਨੂੰ ਮੈਂ ਕਿ ਤੋ ਹੋਰ ਰੋਟੀ ਖਾ ਲੂੰਗਾ ਮੈਂ ਕੋ ਹੋਰ ਕੰਮ ਕਰ ਲੂੰਗਾ ਸਵੇਰ ਨੂੰ ਜਿਹੜਿਆਂ ਨੂੰ ਮੈਂ ਭੇਜਦਾ ਉਹਨਾਂ ਕੋ ਇੱਥੇ ਕੀ ਕੰਮ ਕਰਾਓਗੇ ਤੁਸੀਂ 5 ਲੱਖ ਰੁਪਈਆ ਕਮਾਉਂਦਾ ਆਸਟ੍ਰੇਲੀਆ ਜਾ ਕੇ 6 ਮਹੀਨਿਆਂ ਚ ਮਰਛੜੀ ਚ ਗੱਡੀ ਲੈ ਲੈਂਦਾ ਉਹ ਉਹ ਬਾਪ ਦਾ ਕਰਜ਼ਾ ਲਾ ਲੈਂਦਾ ਉਹਦੀ ਭੈਣ ਦਾ ਵਿਆਹ ਹੋ ਜਾਂਦਾ ਉਹ ਕੋਠੀ ਨਵੀਂ ਪਾ ਦਿੰਦਾ ਇੱਥੇ ਦੇਣਾ ਕਿਸੇ ਨੇ ਕੁਝ ਸਾਡੀ ਐਨ ਜੀਓ ਚ 90% ਡੋਨਰਸ ਵੀ ਐਨ ਆਰ ਆਈ ਹੈ ਭਾਜੀ ਮੋਟੀਵੇਟ ਕਰੋ ਬਿਲਕੁਲ ਅਸੀਂ ਗਰੀਬ ਬੱਚਿਆਂ ਨੂੰ ਬਾਹਰ ਭੇਜਣ ਦੀ ਮੁਹਿੰਮ ਚਲਾਈ ਹੈ ਜਿਦੇ ਕੋ ਪੈਸੇ ਨਹੀਂ ਹੈਗੇ ਅਸੀਂ ਉਹਨੂੰ ਭੇਜਦੇ ਆਂ ਪ੍ਰੋਸੈਸ ਕੀ ਪਾਜੀ ਬਾਹਰ ਭੇਜਣ ਦਾ ਜਦ ਤੋਂ ਲੋਕ ਠੱਗੀ ਤੋਂ ਬਚਣ ਜੇ ਕੋਈ ਪੋਡਕਾਸਟ ਸੁਣ ਰਿਹਾ ਉਹਦੇ ਨਾਲ ਠੱਗੀ ਨਾ ਹੋਵੇ ਸੁਪੋਜ਼ ਮੈਂ ਆਵਾ ਮੈਂ ਵੀਜ਼ਾ ਲਵਾਣਾ ਮੈਨੂੰ ਤੁਸੀਂ ਇਹ ਅਵੇਅਰ ਕਰੋ ਕਿ ਮੈਂ ਠੱਗੀ ਤੋਂ ਕਿੱਦਾਂ ਬਚਣਾ ਮੈਂ ਏਜੰਟ ਕਿਵੇਂ ਪਰਖਣਾ ਏਜੰਟ ਕੋਲ ਕਿਹੜੇ ਸਵਾਲ ਪੁੱਛਣ ਨੇ ਤੇ ਕਿਹੜੀ ਚੀਜ਼ ਨਹੀਂ ਕਰਨੀ ਮੈਂ ਏਜੰਟ ਕੋਲ ਜਾ ਕੇ ਇਹ ਵੀ ਦੱਸੋ ਸਭ ਤੋਂ ਪਹਿਲਾ ਕੰਮ ਪਾਜੀ ਵੀਜ਼ਾ ਉੱਥੋਂ ਲਵਾਓ ਜਿਨ੍ਹਾਂ ਨੇ ਕੋ ਵੀਜ਼ੇ ਲਵਾਏ ਹੈ ਜਿਦੀ ਕੋਈ ਹਿਸਟਰੀ ਹੈਗੀ ਮੈਕਸਿਮਮ ਏਜੰਸੀਆਂ 6 ਮਹੀਨੇ ਸਾਲ 2 ਸਾਲ ਚ ਪਹਿ ਲੈ ਕੇ ਭੱਜ ਜਾਂਦੀਆਂ ਜਿਹੜੇ ਵੀ ਬੰਦੇ ਨਾਲ ਠੱਗੀ ਹੋਈ ਆ ਜਿਹਦੇ ਨਾਲ ਹੁੰਦੀ ਪਈ ਆ ਜਾਂ ਫਿਊਚਰ ਚ ਠੱਗੀ ਤੋਂ ਬਚਣਾ ਤੁਸੀਂ ਜਿਸ ਕੰਪਨੀ ਦੇ ਕੋਲੋਂ ਜਿਸ ਦੁਕਾਨ ਤੋਂ ਤੁਸੀਂ ਸੌਦਾ ਲੈਣ ਗਏ ਹੋ ਤੁਹਾਨੂੰ ਉਸ ਦੁਕਾਨ ਦੇ ਮਾਲਕ ਦਾ ਪਤਾ ਹੋਣਾ ਚਾਹੀਦਾ ਹੂੰ ਬਿਲਕੁਲ ਕਿ ਇਹ ਫਲਾਣਾ ਫਲਾਣਾ ਸਵੀਟ ਸ਼ਾਪ ਹੈ ਇਹ ਸਵੀਟ ਸ਼ਾਪ ਦਾ ਮਾਲਕ ਕੌਣ ਫਲਾਣਾ ਫਲਾਣਾ ਬੰਦਾ ਉਹਦਾ ਮਾਲਕ ਹੈ ਔਰ ਕਦੋਂ ਦਾ 40 ਸਾਲ ਪੁਰਾਣੀ ਦੁਕਾਨ ਹੈ ਹੁਣ ਜਿਹਨੇ 40 ਸਾਲ ਪੁਰਾਣੀ ਦੁਕਾਨ ਖਰੀਦ ਖੋਲੀ ਹੈ ਉਹ ਤੁਹਾਨੂੰ ਮਾੜੀ ਚੀਜ਼ ਥੋੜੀ ਦੇਊਗਾ ਜਿਹੜੀ ਦੁਕਾਨ ਕੱਲ੍ਹ ਖੁੱਲੀ ਐ ਸਵੇਰੇ ਅਜੇ ਉਹਨੇ ਮਜੂਰੀ ਦੇ ਦਿੱਤੀ ਆ ਕਿ ਭਾਜੀ ਅਸੀਂ ਪੈਸੇ ਬਾਅਦ ਚ ਲੈ ਲਾਂਗੇ ਅਸੀਂ 50000 ਰੁਪਇਆ ਤੁਹਾਨੂੰ ਹੱਥੋਂ ਮੋੜ ਦੇਾਂਗੇ ਉਹ ਭਾਜੀ ਉਹ ਤੁਹਾਨੂੰ ਕਿਤੇ ਨਾ ਕਿਤੇ ਉਹਨੇ ਕਿਸੇ ਪਾਸੇ ਤੋਰਨਾ ਹੈ ਹੂੰ ਫਸਾਣਾ ਇੱਕ ਵਾਰੀ ਠੱਗੀ ਕਿਹਦੇ ਨਾਲ ਹੁੰਦੀ ਆ ਠੱਗੀ ਹੁੰਦੀ ਕਦੋਂ ਆ ਜਦੋਂ ਤੁਸੀਂ ਨਵੇਂ ਨਵੇਕਲੀਆਂ ਦੁਕਾਨਾਂ ਦੇ ਜਾ ਕੇ ਸੌਦਾ ਲੈ ਲੈਂਦੇ ਹੋ ਜਿਨ੍ਹਾਂ ਦਾ ਕੋਈ ਵजूद ਹੀ ਨਹੀਂ ਹੁੰਦਾ ਦੁਕਾਨਾਂ ਉਹ ਕਰਾਇਦੇ ਹੁੰਦੀਆਂ ਤੁਸੀਂ ਜਿਹੜੀ ਦੁਕਾਨ ਤੋਂ ਜਿਹੜੇ ਜਿਹੜੇ ਵੀ ਏਜੰਟ ਕੋ ਵੀਜ਼ਾ ਲਵਾਉਣਾ ਘਟੋ ਘਟੇ ਇਹ ਤਾਂ ਦੇਖ ਲਓ ਨਾ ਵੀ ਰਹਿਣ ਵਾਲਾ ਕਿੱਥੇ ਆ ਪਾਜੀ ਜੂਪੀ ਤੋਂ ਆ ਕੇ ਦਿੱਲੀ ਤੋਂ ਆ ਕੇ ਠੱਗਾ ਨੇ ਇੱਥੇ ਦਫਤਰ ਖੋਲੇ ਹੋਏ ਜਿਨ੍ਹਾਂ ਲੋਕਾਂ ਦਾ ਪੰਜਾਬ ਨਾਲ ਲੈਣ ਦੇ ਨਹੀਂ ਕੋਈ ਨਹੀਂ ਜਿਨ੍ਹਾਂ ਨੂੰ ਪੰਜਾਬੀ ਬੋਲਣੀ ਲਿਖਣੀ ਨਹੀਂ ਆਉਂਦੀ ਉਹ ਵੀ ਦਫਤਰ ਖੋਲ ਕੇ ਬੈਠੇ ਚੱਲ ਰਹੇ ਨੇ ਲੋਕ ਲੁਧਿਆਣੇ 'ਚ ਪਾਜੀ ਹਰ ਦੂਜੇ ਚੌਥੇ ਮਹੀਨੇ ਪੁਲਿਸ ਵਾਲੇ ਕਿਸੇ ਨਾ ਕਿਸੇ ਦੇ ਉੱਤੇ ਐਕਸ਼ਨ ਲੈਂਦੇ ਆ ਪਿਛੇ 5-7 ਕੰਪਨੀਆਂ ਫੜੀਆਂ ਉਹ ਸਾਰੇ ਜੂਪੀ ਬਿਹਾਰ ਤੋਂ ਲੋਕ ਆਏ ਹੋਏ ਇੱਥੇ ਆ ਕੇ ਦਫਤਰ ਖੋਲੇ ਹੋਏ ਉਹਨਾਂ ਨੇ ਜਿਹੜੇ ਬੰਦਿਆਂ ਦਾ ਪੰਜਾਬ ਦਾ ਲੈਣ ਦੇ ਨਹੀਂ ਕੋਈ ਨਹੀਂ ਜਿਹਦੀ ਹਿਸਟਰੀ ਕੋਈ ਨਹੀਂ ਮੈਨੂੰ ਕਹਿੰਦਾ ਸਾਰੇ ਜਣੇ ਮੇਰੇ ਕੋਲ ਆਜੋ ਮੈਂ ਇਹ ਕੰਮ 24 ਦਸੰਬਰ 2008 ਨੂੰ ਸ਼ੁਰੂ ਕੀਤਾ ਸੀ ਜਿੱਥੇ ਮੈਂ ਕੰਮ ਸ਼ੁਰੂ ਕੀਤਾ ਸੀ ਅੱਜ ਵੀ ਮੇਰਾ ਦਫ਼ਤਰ ਉੱਥੇ ਹੀ ਹੈ ਮੇਰਾ ਇੱਕ ਦਫ਼ਤਰ ਸੀ ਅੱਜ ਮੇਰੇ ਚਾਰ ਦਫ਼ਤਰ ਨੇ ਮੇਰੇ 24 ਲੱਖ ਫੋਲੋਅਰ ਨੇ ਕੱਲੇ ਫੇਸਬੁੱਕ ਤੇ ਐਨੀ ਦੁਨੀਆ ਸੀ ਚੜਾਤੀ ਉਹ ਕੋਈ ਅੱਜ ਨਹੀਂ ਬਏ ਫੋਲੋਅਰ ਵਧੇ ਵਾਹੇ ਤੋਂ 10 ਸਾਲ ਪਹਿਲਾਂ 12 ਲੱਖ ਹੁੰਦੇ ਸੀ ਕਿਸੇ ਟਾਈਮ ਤੇ 4 ਲੱਖ ਹੁੰਦੇ ਸੀ ਅਸੀਂ ਕੇਕ ਕੱਟਦੇ ਹਾਂ ਜਦੋਂ ਲੱਖ ਲੱਖ ਸਾਡਾ ਵਧ ਜਾਂਦਾ ਹੈ ਉਹ ਦੇ ਵਦੇ ਨਾ ਜੀ ਲੋਕਾਂ ਦਾ ਵਿਸ਼ਵਾਸ ਹੋਏ ਨਹੀਂ ਦੁਨੀਆ ਚਲੇਗੀ ਕਿੰਨੇ ਕ ਬੰਦੇ ਭੇਜਤੇ ਭਾਜੀ ਹੁਣ ਤੱਕ ਹਜ਼ਾਰਾਂ ਜੀ ਚਲੇ ਗਏ ਭਾਜੀ ਤੇ ਰਿਫਿਊਜ਼ ਕਿੰਨੇ ਹੋਏ ਵੀਜ਼ੇ ਰਿਫਿਊਜ਼ਲ ਰੇਟ ਕੀ ਹੈ ਤੁਹਾਡੀ ਕੰਪਨੀ ਉਹ ਭਾਜੀ ਰਿਫਿਊਜ਼ ਸਾਡਾ ਨਹੀਂ ਹੁੰਦਾ ਉਹ ਤਾਂ ਸਟੂਡੈਂਟ ਦਾ ਹੁੰਦਾ ਨਾ ਜੀ ਸਾਡਾ ਤਾਂ ਕਦੇ ਰਿਫਿਊਜ਼ ਹੋ ਜੀ ਜੇਕਰ ਉਹ ਮੇਰਾ ਹੋਊਗਾ ਜੇ ਕਿਰਪਾ ਹੋ ਗਈ ਤਾਂ ਬਾਬਾ ਜੀ ਦਾ ਰੋਲ ਹੈ ਜੇ ਨਾ ਹੋਈ ਤਾਂ ਫਿਰ ਜਦੋਂ ਜਦੋਂ ਵੀਜ਼ਾ ਲੱਗ ਜਾਂਦਾ ਨਾ ਜਿਵੇਂ ਲੱਗਦਾ ਤਾਂ ਮੇਰਾ ਲੱਗਾ ਯਾਰ ਜੋ ਰਿਫਿਊਜ਼ ਹੋ ਜਾਂਦਾ ਉਹ ਤਾਂ ਵਿਨੇਹਰੀ ਦਾ ਰਿਫਿਊਜ਼ ਹੋਇਆ ਤੁਹਾਡੀ ਪਿੱਛੇ ਮੈਂ ਵੀਡੀਓ ਵੀ ਦੇਖੀ ਸੀ ਤੁਸੀਂ 100 ਘਰਵਾਰਾਂ ਨੂੰ ਫ੍ਰੀ ਵੀ ਭੇਜਿਆ ਉਹਦੇ ਪਿੱਛੇ ਕੀ ਗੱਲ ਨਹੀਂ ਸੀ ਉਹ ਚ ਕਿਵੇਂ ਪੈਸੇ ਕਮਾਈ ਮੋਟੀਵੇਟ ਹੋਏ ਤੁਹਾਡੇ ਤੋਂ ਦੇਖਿਆ ਸਮਾਜ ਚ ਅਨਮੋਲ ਜੀ ਲੱਗੇਗੇ 100 ਘਰਵਾਰ ਫ੍ਰੀ ਭੇਜ ਤੇ ਨਹੀਂ ਰੋਜ਼ ਭੇਜਦੇਵੇਂ ਭਾਜੀ ਹਰ ਰੋਜ਼ ਤੁਸੀਂ ਮਤਲਬ ਦੂਰ ਦੂਰ ਤੱਕ ਕੋਈ ਇਹਦੇ ਚ ਬ੍ਰੈਂਡਿੰਗ ਨਹੀਂ ਕੋਈ ਪੈਸੇ ਨਹੀਂ ਭਾਜੀ ਇੱਕ ਬੰਦੇ ਨੇ ਇਲਾਜ ਕਰਾਣਾ ਹੁੰਦਾ ਤੁਹਾਡੇ ਕੋਲ ਪਹੁੰਚਦਾ ਹੁਣ ਇਲਾਜ ਫ੍ਰੀ ਤਾਂ ਨਹੀਂ ਹੁੰਦਾ ਕਦੇ ਵੀ ਨਾ ਜੀ ਪੈਸੇ ਤਾਂ ਲੱਗਦੇ ਨਾ ਜਿਹੜਾ ਇਲਾਜ ਅਗਲੇ ਦਾ 10 ਲੱਖ ਰੁਪਏ ਦਾ ਅਸੀਂ ਤੁਹਾਨੂੰ ਫੋਲੋ ਕਰਦੇ ਆ ਉਹਦੇ ਸਾਨੂੰ ਦੋ ਫਾਇਦੇ ਆ ਨੰਬਰ 1 ਸਾਡੀ ਦੁਕਾਨਦਾਰੀ ਵਧੀਆ ਚੱਲਦੀ ਹੈ ਸਾਡੇ ਗਾਕੀ ਬਣੀ ਰਹਿੰਦੀ ਹੈ ਦੂਸਰਾ ਅਸੀਂ ਸੇਵਾ ਕਰਦੇ ਆ ਹੁਣ ਮੈਂ ਭਾਜੀ ਕਿਸੇ ਮੰਦਰ ਚ ਜਾ ਕੇ ਦਾਨ ਦੇਵਾਂ ਮੈਂ ਕਿਤੇ ਲੰਗਰ ਲਾਵਾਂ ਉਹ ਨਾਲੋਂ ਵਧੀਆ ਨਹੀਂ ਮੈਂ ਕਿ ਗਰੀਬ ਦਾ ਨਿਆਣਾ ਫਰੀ ਭੇਜ ਦਵਾਂ ਪਰਿਵਾਰ ਵਾਲਾ ਫਰੀ ਦਾ ਲਾਜਿਕ ਕੀ ਹੁੰਦਾ ਹੁਣ ਕਿਸੇ ਨੇ ਅਮਰੀਕਾ ਜਾਣਾ ਉਹ ਕਿਸੇ ਏਜੰਟ ਕੋ ਗਿਆ ਏਜੰਟ ਕਹਿੰਦਾ ਮੈਂ 20 ਲੱਖ ਰੁਪਇਆ ਲਵਾਂਗਾ ਅੱਜ ਪੰਜਾਬ ਦੇ ਲੋਕਾਂ ਨੂੰ ਲੱਖਾਂ ਦੀ ਸਮਝ ਲੱਗਦਾ ਮੈਂ 2008 ਚ ਜਦੋਂ ਕੰਮ ਸ਼ੁਰੂ ਕੀਤਾ ਉਦੋਂ ਅਮਰੀਕਾ ਭੇਜਣ ਦਾ ਰੇਟ ਸੀ 20 ਲੱਖ ਰੁਪਇਆ 2015 ਚ ਅਮਰੀਕਾ ਭੇਜਣ ਦਾ ਰੇਟ ਸੀ 20 ਲੱਖ ਰੁਪਇਆ ਅੱਜ 2024 ਹੋ ਗਈ ਅੱਜ ਵੀ ਅਮਰੀਕਾ ਭੇਜਣ ਦਾ ਰੇਟ 20 ਲੱਖ ਰੁਪਇਆ ਹੀ ਹੈ ਜਾਇ ਤਰੀਕੇ ਨਾਲ ਜਾਇ ਇਸੇ ਤਰੀਕੇ ਨਾਲ 20 ਲੱਖ ਰੁਪਇਆ ਲੱਗ ਜਾਂਦਾ ਇੰਨੇ ਕੁ ਲੋਕ ਦੇ ਦਿੰਦੇ ਪੈਸੇ ਲੱਗਦੇ ਕਿੰਨੇ ਪੈਸੇ 200 200 ਡਾਲਰ 15000 14-15000 ਰੁਪਏ 'ਚ ਵੀਜ਼ਾ ਲੱਗਦਾ ਹੁਣ 15000 ਰੁਪਏ 'ਚ ਜਿਹੜਾ ਵੀਜ਼ਾ ਲੱਗਦਾ ਤੁਸੀਂ ਉਸ ਕੰਮ ਦਾ 20 ਲੱਖ ਰੁਪਇਆ ਖੁਸ਼ੀ ਨਾਲ ਦੇਣ ਲਈ ਤਿਆਰ ਜੇ ਹਾਂ ਖੁਸ਼ੀ ਖੁਸ਼ੀ ਦੇ ਦਿੰਦਾ ਬੰਦਾ ਯਾਰ ਸਾਡਾ ਮੁੰਡਾ ਅਮਰੀਕਾ ਚੱਲਾ ਸੀ 20 20 ਲੱਖ ਰੁਪਏ ਦੇ ਦੇ ਦਿੰਦਾ ਏਜੰਟ ਨੇ ਪੈਸੇ ਲੈਣਾ ਹੀ ਬਾਅਦ ਚੋਂ ਕਹਿੰਦੇ ਜੀ ਈ ਕਹਿੰਦੇ ਏਜੰਟ ਨੇ ਕਿਹਾ ਪੈਸੇ ਬਾਅਦ ਚੋਂ ਲਵਾਂਗਾ ਤੁਸੀਂ 15000 ਰੁਪਏ ਦੀ ਚੀਜ਼ ਦਾ 20 ਲੱਖ ਰੁਪਏ ਖੁਸ਼ੀ ਖੁਸ਼ੀ ਦੇਣ ਨੂੰ ਤਿਆਰ ਜੇ ਮੈਂ ਮੋਟੀਵੇਟ ਕਰਦਾ ਲੋਕਾਂ ਨੂੰ ਜਿਨ੍ਹਾਂ ਦੇ ਵੀਜ਼ੇ ਲੱਗ ਜਾਣੇ ਆ ਹਰ ਬੰਦੇ ਦਾ ਭਾਜੀ ਵੀਜ਼ਾ ਨਹੀਂ ਲੱਗਦਾ ਬਹੁਤ سارے ਲੋਕ ਹੁੰਦੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਹੁੰਦਾ ਸਾਡਾ ਵੀਜ਼ਾ ਲੱਗ ਜਾਣਾ ਅਸੀਂ ਅਸੀਂ ਉਹਨੂੰ ਕਹਿੰਦੇ ਤੂੰ ਸਾਨੂੰ 50000 ਰੁਪਏ ਦੇ ਦੀ ਕਿੱਦਾਂ ਪਤਾ ਲੱਗਦਾ ਭਾਜੀ ਉਹ ਕਹਿੰਦੇ ਆ ਕਰਾ ਦੀ ਦਿਖਾਈ ਜੀ ਆ ਉਹ ਕੰਨ ਦੇਖਦੇ ਆ ਐਦਾਂ ਪਟਕ ਦੇਦੇ ਆ ਇੱਕ ਥੋੜੀ ਜੀ ਹੁੰਦੀ ਉਹਨਾਂ ਕੋ ਉਹ ਐਦਾਂ ਹੱਡੀਆਂ ਤੇ ਮਾਰ ਮਾਰ ਕੇ ਦੇਦੇ ਆ ਇੱਕ ਮੀਟਰ ਹੁੰਦਾ ਕੰਨਾਂ ਤੇ ਲਾ ਲਾਣਾ ਉਹ ਇੱਥੇ ਇੱਥੇ ਕਰਕੇ ਲਾਉਂਦੇ ਆ ਕਈ ਪਿੱਠ ਤੇ ਵੀ ਹੱਥ ਮਾਰਦੇ ਆ ਰਾਤੀ ਕੀ ਖਾਦਾ ਸੀ ਚਿਹਰੇ ਖੁੱਲ ਕੇ ਆਈ ਕਿ ਨਹੀਂ ਆਈ ਪਛਾਹ ਆ ਕਿ ਨਹੀਂ ਮੈਨੂੰ ਜਾਣਦੇ ਹੋ ਲੰਬੇ ਲੰਬੇ ਸਾਲ ਹੈ ਲੰਬਾ ਸਾਲ ਹੈ ਛੱਡ ਦੇ ਡਾਕਟਰ ਤੁਹਾਡੇ ਤੇ 2 4 5 ਮਿੰਟ ਲਾਂਦਾ ਫਿਰ ਉਹਨੂੰ ਸਮਝ ਲੱਗਦੀ ਇਹਨੂੰ ਹੋਇਆ ਕੀ ਇਹ ਜਦੋਂ ਉਹਨੂੰ ਸਮਝ ਨਹੀਂ ਲੱਗਦੀ ਨਾ ਫਿਰ ਹੋਰ ਪੁੱਛੀ ਜਾਂਦਾ ਸਵਾਲ ਜਦੋਂ ਕੁਝ ਵੀ ਨਹੀਂ ਸਮਝ ਲੱਗਦੀ ਉਹ ਲੰਕਦਾ ਯਾਰ ਮੌਸਮ ਹੀ ਵਾਇਰਲ ਦਾ ਹੈ ਵਾਇਰਲ ਹੀ ਹੋਇਆ ਉਹਨੂੰ ਵਾਇਰਲ ਦੀ ਵਾਇਰਲ ਸੜੇ ਗੰਭੀਰ ਜਿਹਾ ਮਿਲ ਰਹਾ ਹੜੇ ਕੋ ਬੰਦਾ ਆਂਦਾ ਇਹਨੇ ਵਾਟ ਯੂਅਰ ਨੇਮ ਮੈਂ ਪੰਜਾਬੀ ਚ ਪੁੱਛਦਾ ਤਿੰਨ ਵਾਰੀ ਪੁੱਛਦਾ ਇੱਕੋ ਗੱਲ ਤਿੰਨ ਵਾਰੀ ਪੁੱਛਦਾ ਹਰ ਬੰਦੇ ਨੂੰ ਤੁਸੀਂ ਬਾਹਰ ਕਿਉਂ ਜਾਣਾ ਮੈਨੂੰ ਪੁੱਛਣਾ ਹਾਂ ਨਹੀਂ ਮੈਂ ਤੁਸੀਂ ਇੱਕ ਸਟੂਡੈਂਟ ਹੋ ਮੈਂ ਕੁਮਣ ਜਾਣਾ ਜਾਂ ਮੈਂ ਪੜਨ ਜਾਣਾ ਮੈਂ ਕਿਸੇ ਨੂੰ ਪੁੱਛਦਾ ਜਾਣ ਲਈ ਅਸੀਂ ਸਟੂਡੈਂਟ ਵੀ ਜਿਹੜਾ ਜ਼ਿਆਦਾ ਕੰਮ ਕਰਦੇ ਹਾਂ ਮੈਂ ਪੁੱਛਦਾ ਤੁਸੀਂ ਬਾਹਰ ਕਿਉਂ ਜਾਣਾ ਤੁਸੀਂ ਕੀ ਜਵਾਬ ਦੋਗੇ ਇੱਕ ਸਟੂਡੈਂਟ ਕੀ ਜਵਾਬ ਦੇਊਗਾ ਮੈਂ ਪੜਨਾ ਜੀ ਓਕੇ ਮੈਂ ਦੁਬਾਰਾ ਪੁੱਛਣ ਲੱਗਾ ਮੈਂ ਉਹਨੂੰ ਕਹਿੰਦਾ ਹੁਣ ਜਵਾਬ ਸਹੀ ਨਹੀਂ ਹੋਣਾ ਚਾਹੀਦਾ ਬੇਟਾ ਤੁਸੀਂ ਬਾਹਰ ਕਿਉਂ ਜਾਣਾ ਮੈਂ ਜੀ ਬਸ ਜਾਣਾ ਹੈ ਜੀ ਅੱਛਾ ਮੈਂ ਬੇਟਾ ਤੀਸਰੀ ਵਾਰੀ ਪੁੱਛਣ ਲੱਗਾ ਤੁਸੀਂ ਬਾਹਰ ਕਿਉਂ ਜਾਣਾ ਸਵਾਲ ਦਾ ਜਵਾਬ ਪਹਿਲੇ ਵਾਲਾ ਨਹੀਂ ਹੋਣਾ ਚਾਹੀਦਾ ਮੈਂ ਪੈਸੇ ਕਮਾਣ ਜਾਣਾ ਜੀ ਬਸ ਜਿੱਦਾਂ ਹੀ ਤੁਸੀਂ ਕਹਿ ਦਿੱਤਾ ਪੈਸੇ ਕਮਾਣ ਜਾਣਾ ਤਾਂ ਮੈਂ ਕਿਹਾ ਹਾਂ ਜੀ ਭੇਜ ਦਾਂਗੇ 20 ਲੱਖ ਲੱਗੂਆ ਓਕੇ ਇੱਥੇ ਭਾਜੀ ਭੇਤ ਦੇਈ ਜਾਂਦੇ ਆਪਣੇ ਸਮਝਣਾ ਹੁੰਦਾ ਕਿ ਪੜਨ ਵਾਲਾ ਨਿਆਣਾ ਨਹੀਂ ਹੈਗਾ ਲੋਕ ਐਟੀਟਿਊਡ ਜਾਂਦੇ ਆ ਤੁਸੀਂ ਬਿਮਾਰ ਹੋ ਮੈਂ ਇਲਾਜ ਕਰਨਾ ਮੈਨੂੰ ਇਲਾਜ ਕਰਨਾ ਆਂਦਾ ਤੁਹਾ ਨੂੰ ਮੰਨਣਾ ਤੇ ਪਊਗਾ ਨਾ ਤੁਸੀਂ ਬਿਮਾਰ ਹੋ ਸੱਚ ਦੱਸਣਾ ਭਾਈ ਤੁਸੀਂ ਮੇਰੇ ਸਾਹਮਣੇ ਕੋ ਆ ਕੇ ਕਿ ਭਾਜੀ ਯਾਰ ਮੈਂ ਬਾਹਰ ਜਾਣਾ ਮੈਨੂੰ ਭੇਜ ਦੇ ਜਿੱਦਾਂ ਮਰਜ਼ੀ ਭੇਜ ਦੇ ਮੈਂ ਪੈਸੇ ਦੇ ਦਊਂਗਾ ਸ਼ਰਤ ਹੈ ਭਾਜੀ ਮੈਂ ਪੈਸੇ ਬਾਅਦ ਚ ਦੇਊਂਗਾ ਮੈਨੂੰ ਪਤਾ ਮੈਂ ਵੀਜ਼ਾ ਲੈ ਹੀ ਲੈਣਾ ਹਾਂ ਠੀਕ ਹੈ ਭਾਜੀ ਬਾਅਦ ਚ ਦੇ ਦਿਓ ਮੈਨੂੰ ਪਤਾ ਨਾ ਕਿਹੜਾ ਟੀਕਾ ਲਾਣਾ ਤੁਹਾਨੂੰ ਮੈਂ ਉਹ ਟੀਕੇ ਨਾ ਤੁਹਾਨੂੰ ਠੀਕ ਕਰ ਹੀ ਲੈਣਾ ਕਿਉਂਕਿ ਮੇਰੀ ਤਾਂ ਰੋਜ਼ ਦੀ ਦੁਕਾਨਦਾਰੀ ਹੈ ਤੁਸੀਂ ਜ਼ਿੰਦਗੀ ਚ ਪਹਿਲੀ ਵਾਰ ਹੀ ਵੀਜ਼ਾ ਲਵਾਣ ਆਏ ਹੋ ਮੈਂ ਤਾਂ ਰੋਜ਼ ਰਿਫਿਊਜ਼ ਵੀ ਕਰਨਾ ਹਾਂ ਹਾਂ ਜਿੰਨੇ ਜਿਆਦਾ ਭਾਜੀ ਵਧੀਆ ਡਾਕਟਰ ਹੁੰਦੇ ਨਾ ਉਹਨਾਂ ਦੇ ਸਕਸੈਸ ਰੇਟ ਘਟ ਹੁੰਦੇ ਆ ਉਹਨਾਂ ਦੇ ਨੈਗੇਟਿਵ ਰੇਟ ਜਿਆਦਾ ਹੁੰਦੇ ਆ ਉਹ ਕਿਉਂ ਭਾਜੀ ਜਦੋਂ ਆਪਾਂ ਆਈਸੀਯੂ 'ਚ ਜਾਂਦੇ ਆ ਆਈਸੀਯੂ 'ਚ ਹਰ ਬੰਦਾ ਵੱਜਦਾ ਥੋੜੀਏ ਨਹੀਂ ਵੱਜਦਾ ਸਾਡੇ ਕੋਲ ਜਿੰਨੇ ਲੋਕ ਆਂਦੇ ਆ ਪੰਜਾਬੀ ਲੋਕ ਵੈਸੇ ਹੀ ਜਿਆਦਾ ਪੜੇ ਲਿਖੇ ਨਹੀਂ ਹੁੰਦੇ ਇੰਟੈਲੀਜੈਂਟ ਨਹੀਂ ਹੁੰਦੇ ਸਾਡੇ ਲੋਕ ਨੰਬਰ ਘਟ ਹੁੰਦੇ ਆ ਡ੍ਰੌਪ ਆਊਟ ਹੁੰਦੇ ਆ ਨਲਾਇਕ ਹੁੰਦੇ ਆ ਬਸ ਪੈਸਾ ਹੁੰਦਾ ਚਲੋ ਪੈਸਾ ਤਾਂ ਨਹੀਂ ਵੀ ਹੁੰਦਾ ਕਰਜ਼ਾ ਵੀ ਚੁੱਕ ਲੂਗਾ ਬਾਹਰ ਜਾਣਾ ਹੁੰਦਾ ਅਸੀਂ ਜਿਹੜੀ ਪ੍ਰੈਕਟਿਸ ਕਰਦੇ ਆ ਸਾਡੇ ਕੋਲ 네ਗੇਟਿਵ ਕੈਰੈਕਟਰ ਜ਼ਿਆਦਾ ਆਉਂਦੇ ਆ ਮੈਂ ਜਦੋਂ ਭਾਜੀ ਇਹ ਕੰਮ ਕਰਨਾ ਸ਼ੁਰੂ ਕੀਤਾ ਮੈਂ ਦੇਖਿਆ ਕਿਹੜੇ ਕਿਹੜੇ ਬੰਦੇ ਮੇਰੇ ਕੰਪੀਟੀਟਰ ਆ ਮੈਂ ਭਾਜੀ ਬਾਜ਼ਾਰ ਚ ਗਿਆ ਬੜੇ ਲੋਕਾਂ ਕੋ ਗਿਆ ਮੈਂ ਆਪਣੀ ਇੱਕ ਫਾਈਲ ਬਣਾਈ ਮੈਂ ਬੱਕਰੀ ਕਿਸੇ ਏਜੰਟ ਕੋ ਜਾਇਆ ਕਰਨਾ ਕਦੀ ਕਿਸੇ ਕੋ ਕਿ ਮੈਨੂੰ ਆ ਸਮਝਾਓ ਮੈਨੂੰ ਆ ਸਮਝਾਓ ਜਿਸ ਵੀ ਏਜੰਟ ਕੋ ਜਾਇਆ ਕਰਨਾ ਲੋਕ ਪੈਸੇ ਬਹੁਤ ਜ਼ਿਆਦਾ ਮਿਲਿਆ ਕਰਨ ਲੋਕ ਪਹਿਲਾਂ ਮੰਗੀ ਜਾਣ ਔਰ ਲੋਕ ਨਾ ਗੱਲ ਕਰਨ ਕਿ ਬੱਸ ਜੀ ਕੁਆਲਿਟੀ ਕੁਆਲਿਟੀ ਦੀ ਗੱਲ ਕਰਨ ਮਤਲਬ ਵਧੀਆ ਬੰਦੇ ਨੂੰ ਵੀ ਬਾਹਰ ਭੇਜਣਾ ਹੈ ਓਕੇ ਹੁਣ ਅਜਲੂਧਿਆਨੇ ਚ ਕੀ ਸਿਸਟਮ ਹੈ ਲੁਧਿਆਣਾ ਜਲੰਧਰ ਅਮਰਸਰ ਇਹਨਾਂ ਸ਼ਹਿਰਾਂ ਦੇ ਵਿੱਚ ਜਿਹੜਾ ਤੇ ਬੰਦੇ ਦੀ ਕਰੀਮ ਹੈ ਲੇਅਰ ਹੈ ਵਧੀਆ 5 ਸਟਾਰ ਹੋਟਲ ਆ ਕਿਸੇ ਦਾ ਆਪ ਦਾ ਰਿਜ਼ੋਰਟ ਆ ਵਧੀਆ ਦੁਕਾਨਦਾਰੀ ਹੈ ਉਹਨੇ ਵੀਜ਼ਾ ਲਵਾਣਾ ਉਹ ਕਿਸੇ ਏਜੰਟ ਨੂੰ ਕਹਦਾ ਵੀਜ਼ਾ ਕਿਸੇ ਨੇ ਵੀ ਫੜ ਲੈਣਾ ਹੁਣ ਜਦੋਂ ਬਾਉਜੀ ਨੇ ਵੀਜ਼ਾ ਲਵਾਣਾ ਤਾਂ ਬਾਉਜੀ ਦਾ ਕੇਸ ਕਿਸੇ ਨੇ ਵੀ ਫੜ ਲਿਆ ਜਦੋਂ ਮੁਲਾਜ਼ਮ ਦੀ ਵਾਰੀ ਆਈ ਉਹਦਾ ਕੇਸ ਹੀ ਕੋਈ ਨਹੀਂ ਫੜਦਾ ਪਿਆ ਅਸੀਂ ਉਹ ਆਡੀਅנס ਫੜੀ ਜਿਹਦਾ ਕੰਮ ਕੋਈ ਨਹੀਂ ਸੀ ਕਰਦਾ ਉਹਦਾ ਵੀਜ਼ਾ ਵੀ ਨਹੀਂ ਸੀ ਲੱਗਦਾ ਪਰ ਉਹਦੇ ਚ ਕਮਾਈ ਘੱਟ ਨਹੀਂ ਹੁੰਦੀ ਉਹਦੀ ਨਹੀਂ ਕਮਾਈ ਉਹਦੇ ਜ਼ਿਆਦਾ ਹੁੰਦੀ ਹੈ ਕਿਉਂਕਿ ਉਹ ਗਰੀਬ ਹੁੰਦਾ ਨਾ ਗਰੀਬ ਬੰਦਾ ਵਿਸ਼ਵਾਸ ਕਰ ਲੈਂਦਾ ਤੁਹਾਡੇ ਤੇ ਉਹ ਪੈਸੇ ਜ਼ਿਆਦਾ ਦਿੰਦਾ ਤੁਹਾਨੂੰ ਹੂੰ ਜਿਹੜੇ امیر ਬੰਦੇ ਹੁੰਦੇ ਨਾ ਭਾਜੀ ਉਹ ਥੈਂਕਲੈਸ ਹੁੰਦੇ ਆ ਵਾਹ ਉਹਨੇ ਕੰਮ ਵੀ ਕਰਾ ਲਿਆ ਨਾ ਤੁਹਾਡੇ ਕੋਲ ਉਹਨੇ ਕੋਰੀ ਵੀ ਜਣਾ ਤੂੰ ਕੀ ਕੀਤਾ ਵੀ ਆ ਤੇ ਮੈਨੂੰ ਮਿਲਿਆ ਫਿਰ ਇਹੋ ਜਿਹੇ ਨੇ ਭਲੇਖੇ ਕੱਢੇ ਆਪਾਂ ਹੂੰ ਮੈਂ ਸੋਚ ਲਿਆ ਵੀ ਨੇ ਕੁਮਾਰ ਜਿੱਦਾਂ ਸਾਰੇ ਏਜੰਟ ਪੰਜਾਬ ਦੇ ਕੰਮ ਕਰਦੇ ਨੇ ਅਜ ਤਾਂ ਤੇਰੇ ਕੋਈ ਕਰ ਹੁਣਾ ਮੈਂ 2008 ਚ ਸ਼ੁਰੂ ਕੀਤਾ 13 ਤੱਕ ਅਸੀਂ ਖੇਡਦੇ ਰਹੇ ਜਿੱਦਾਂ ਸਾਰੇ ਖੇਡਦੇ ਆ ਕਿ ਜਿਹੜਾ ਆਵੇ ਲਿਆ ਦਸ ਹਜ਼ਾਰ ਦੇ ਦੇ। ਅਈ ਵੀ ਸੀਧ ਕੱਟੀ ਅਈ ਵੀ ਫੈਲ ਭਰੀ ਤੇ ਪਾਤਾ ਲੱਗ ਗਿਆ ਤਾਂ ਤੇਰਾ ਨਾ ਲੱਗਾ ਤਾਂ ਤਾਂ ਵੀ ਤੇਰਾ ਸਾਡਾ ਕੀ ਰੋਲ ਹੈ। ਜਿਹੜਾ ਟ੍ਰੈਡੀਸ਼ਨਲ ਬਿਜ਼ਨਸ ਹੈ ਅਸੀਂ ਜਦੋਂ ਕਿਸੇ ਨੂੰ ਬਾਹਰ ਭੇਜਦੇ ਆ ਜਿਹੜੇ ਕਾਲਜ ਯੂਨੀਵਰਸਿਟੀ ਚ ਭੇਜਦੇ ਨੇ ਉਦੋਂ ਕਮਿਸ਼ਨ ਮਿਲਦੀ ਹੈ। ਉਹ ਯੂਨੀਵਰਸਿਟੀ ਨੇ ਤੁਹਾਨੂੰ 5% 10% ਕਮਿਸ਼ਨ ਦੇਦੀ ਹੈ ਉਹਦੇ ਨਾਲ ਤੁਹਾਡੀ ਰੋਟੀ ਚੱਲਨੀ ਹੈ। ਅਸੀਂ ਉਹ 4-5 ਸਾਲ ਕੰਮ ਕਰਕੇ ਦੇਖਿਆ ਸਾਨੂੰ ਸਮਝ ਹੀ ਨਹੀਂ ਲੱਗੀ ਉਹ ਤਾਂ ਭੀਖ ਜੀ ਮਿਲਦੀ ਹੁੰਦੀ ਸੀ ਕਿਸੇ ਨੇ ਤੁਹਾਨੂੰ 10% ਦਿੱਤਾ ਕਹੇ ਨੇ 15% ਹੁੰਦੇ ਸੀ ਮਾੜੇ ਕਾਲਜ ਮਾੜੀਆਂ ਯੂਨੀਵਰਸਿਟੀ ਉਹਨਾਂ 'ਚ ਵੀਜ਼ੇ ਨਹੀਂ ਸੀ ਲੱਗਦੇ ਮੈਨੂੰ ਸਮਝ ਲੱਗ ਗਈ ਕਿ ਵੀਨੇ ਕੁਮਾਰ ਜੇ ਕਾਮਯਾਬ ਹੋਣਾ ਹੈ ਨਾ ਕੁਝ ਵੱਖਰਾ ਕਰਨਾ ਪੈਣਾ ਹੀ ਤੇ ਤੂੰ ਐਂ ਕਰ ਤੂੰ ਉਧਰ ਨੂੰ ਆ ਜਾ ਪੈਸੇ ਵੀਜ਼ਾ ਲੱਗਣੇ ਕੇ ਬਾਅਦ ਇਹ ਦਿਮਾਗ ਚ ਆਈਡੀਆ ਕਿੱਥੋਂ ਆਇਆ ਕੋਈ ਪਾਜੀ ਕੰਪੀਟੀਸ਼ਨ ਬਹੁਤ ਸੀਗਾ ਹਰ ਬੰਦਾ ਇਹ ਕਹਿੰਦਾ ਸੀ ਦੁਕਾਨਦਾਰੀ ਹੈ ਨਾ ਹਰ ਬੰਦੇ ਨੇ ਸਵੇਰੇ ਸ਼ਾਮ ਦੁਕਾਨ ਤੇ ਮਸ਼ਹੂਰੀ ਕਰਨੀ ਆਓ ਜੀ ਆਓ ਸਾਡੇ ਕੋਲ ਜਿਹੜਾ ਹੋਵੇ ਅਲੱਗ ਰਸੀਦ ਕੱਟੋ ਹੁਣ ਜਦੋਂ ਤੁਹਾਨੂੰ ਕੋਈ ਕਵੇ ਹਸਪਤਾਲ ਵਾਲਾ ਬੰਦਾ ਤੁਹਾਡਾ ਸੀਰੀਅਸ ਹੈ ਡਾਕਟਰਾਂ ਨੇ ਦਿੱਤਾ ਜਵਾਬ ਇੱਕ ਹਸਪਤਾਲ ਵਾਲਾ ਕਹਿੰਦਾ ਆ ਜਾਓ ਮੇਰੇ ਕੋਲ ਮੈਂ ਠੀਕ ਕਰ ਦਿੰਦਾ ਬੰਦਾ ਜਾਏਗਾ ਉਹ ਕਹਿੰਦਾ ਮੈਂ 1 ਰੁਪਿਆ ਵੀ ਨਹੀਂ ਲਵਾਂਗਾ ਮੈਂ ਇੰਜੈਕਸ਼ਨ ਵੀ ਕੋਲੋਂ ਲਾਉਂਗਾ ਮੈਂ ਆਕਸੀਜਨ ਵੀ ਕੋਲੋਂ ਲਾਉਂਗਾ ਮੈਂ ਠੀਕ ਕਰਕੇ ਬੁੱਢਾ ਘਰ ਛੱਡ ਕੇ ਜਾਊਂਗਾ ਮੈਂ ਬੁੱਢੇ ਦੀ ਕਮਾਈ ਲੈ ਲਵਾਂਗਾ ਸਾਰੀ ਮੈਂ 10 ਲੱਖ ਰੁਪਏ ਲੈ ਲਊਗਾ ਬੁੱਢਾ ਤੁਹਾਡਾ ਠੀਕ ਕਰ ਦਊਗਾ ਹੁਣ ਭਾਜੀ ਉਸ ਡਾਕਟਰ ਨੇ ساری ਜ਼ਿੰਦਗੀ ਲੋਕਾਂ ਦੇ ਇਲਾਜ ਕੀਤੇ ਆ ਉਸ ਡਾਕਟਰ ਨੂੰ ਪਤਾ ਹੈ ਮੈਂ ਜਾਨ ਕਿਦਾਂ ਬਚਾ ਸਕਦਾ ਹੂੰ ਉਹਦਾ ਆਪਣਾ ਇੰਟਰਸਟ ਨਹੀਂ ਹੈਗਾ ਇਸ ਕਰਕੇ ਤੁਰਦਾ ਨਹੀਂ ਤੁਸੀਂ ਜਦੋਂ ਮੇਰੇ ਕੋਲ ਆਣਾ ਵੀਜ਼ਾ ਲਵਾਉਣ ਵਾਸਤੇ ਮੇਰਾ ਵੀ ਤਾਂ ਇੰਟਰਸਟ ਹੋਣਾ ਚਾਹੀਦਾ ਨਾ ਮੈਨੂੰ ਭਾਜੀ ਤੁਸੀਂ ਦੇਣਾ 10000 ਰੁਪਇਆ ਮੈਂ ਤੁਹਾਡੇ ਨਾਲ ਟਕ ਲਿਆ ਕਿ ਭਾਜੀ ਮੈਂ 10 ਲੱਖ ਰੁਪਏ ਲਵਾਂਗਾ ਮੈਂ ਭਾਜੀ ਆਪਦਾ ਕੰਮ ਛੱਡ ਕੇ ਨਾ ਆਉਂਗਾ ਹੂੰ ਮੈਂ ਤਾਂ ਆਪਣੇ ਤਕੜਮ ਸਾਰੇ ਲਾ ਦੂੰਗਾ ਮੈਂ ਆਪਣੇ ਉਸਤਾਦ ਕੋ ਵੀ ਜਾਊਂਗਾ ਜਿੱਥੋਂ ਮੈਂ ਕੰਮ ਸਿੱਖਿਆ ਜਿਨ੍ਹਾਂ ਨੂੰ ਮੈਂ ਮੰਨਦਾ ਜਿਹੜੇ ਮੇਰੇ ਮੈਂਟਰ ਹੈ ਮੈਂ ਉੱਥੇ ਵੀ ਚਲ ਜੂੰਗਾ ਕਿ ਬਾਬਾ ਜੀ ਆ ਗਾ ਘਾਇ 1 ਰੁਪਈਆ 10 ਲੱਖ ਬਚਣਾ ਉੜਤੀ ਦਿਓ ਕਿੱਦਾਂ ਇਹਦੇ ਚੋਂ ਨਿਕਲਾਂ ਆਲਾ ਕਹਿੰਦਾ ਵੱਡਾ ਟੀਕਾ ਭਰ ਕੇ ਲਾ ਦੇ ਇਹਨੂੰ ਇਹਦੇ ਜਿਹੜਾ ਰਿਐਕਸ਼ਨ ਮੇਰਾ ਜਿਹੜਾ ਰਿਐਕਸ਼ਨ ਕਰ ਦੇਣਾ ਕਹਿੰਦਾ ਬੰਦਾ ਠੀਕ ਹੋ ਜਾਊਗਾ ਇੱਕ ਵਾਰੀ ਇੱਕ ਵਾਰੀ ਠਾ ਦੇ ਇਹਨੂੰ ਮਹਿੰਗਾ ਟੀਕਾ ਭਰ ਕੇ ਲਾ ਦੇ ਅਜੀ ਪਾਜੀ ਮਹਿੰਗੀ ਯੂਨੀਵਰਸਿਟੀ ਚੋਂ ਦਾਖਲਾ ਅਪਲਾਈ ਕਰ ਦੇਣਾ ਦੁਨੀਆ ਦੀਆਂ ਟਾਪ ਯੂਨੀਵਰਸਿਟੀਆਂ ਹੁਣ ਤੁਸੀਂ ਚੱਲੇ ਹੋ ਸੀਐਮ ਸਾਹਿਬ ਨੂੰ ਮਿਲਣ ਤੁਹਾਡੇ ਹੱਥ 'ਚ ਆ ਗਈ ਚਿੱਠੀ ਤੁਹਾਡੀ ਚਿੱਠੀ ਤੇ ਲਿਖਿਆ ਮਿਸਟਰ ਅਰਮੋਲ ਕਰਵਾਤਰਾ ਜੀ ਯੂ ਆਰ ਇਨਵਾਈਟਿਡ ਯੂ ਹੈਵ ਅ ਡਿਨਰ ਵਿਦ ਸੀਐਮ ਸੋ ਯੂ ਆਰ ਕੋਰਡੀਅਲੀ ਇਨਵਾਈਟਿਡ ਸੋ ਕਾਈਂਡਲੀ ਰੀਚ ਐਟ ਸੀਐਮ ਰੈਜ਼ਿਡੈਂਸੀ ਐਟ 9 ਪੀਐਮ ਹੁਣ ਤੁਹਾਨੂੰ ਇਹ ਚਿੱਠੀ ਆ ਗਈ ਤੁਸੀਂ ਸੂਟ ਬੂਟ ਪਾਈ ਟਾਈ ਲਾ ਲਈ ਤਿਆਰ ਹੋ ਗਏ ਮੱਥੇ ਤੇ ਟਿੱਕਾ ਲੱਗ ਗਿਆ ਲੋ ਜੀ ਕੁਆਤਰਾ ਸਾਹਿਬ ਚੱਲੇ ਨੇ ਸੀਐਮ ਸਾਹਿਬ ਨੂੰ ਮਿਲਣ ਕੁਆਤਰਾ ਸਾਹਿਬ ਨੇ ਸੀਟ ਬੈਲਟ ਲਾਣੀ ਸੀ ਕਹਿੰਦਾ ਨਹੀਂ ਲਾਣੀ ਦਫਾ ਕਰ ਮੈਂ ਤਾਂ ਚੱਲਾਂ ਯਾਰ ਸੀਐਮ ਕੋ ਮੈਂ ਸੀਟ ਬੈਲਟ ਲਾਉਂਦਾ ਚਲੋ ਸੀਟ ਬੈਲਟ ਲਾਈ ਨਹੀਂ ਲਾਈ ਗੱਡੀ ਸਟਾਰਟ ਹੋ ਗਈ ਕੁਆਤਰਾ ਸਾਹਿਬ ਸੜਕ ਤੇ ਜਾ ਰਹੇ ਨੇ ਅੱਗੇ ਰੋਕਿਆ ਪੁਲਿਸ ਵਾਲਿਆਂ ਨੇ ਰੋਕ ਓਏ ਲਿਆ ਕਾਗਜ਼ ਦਿਖਾ ਤੇ ਕੁਆਤਰਾ ਸਾਹਿਬ ਕੀ ਕਹਿਣਗੇ ਕੌਨਫੀਡੈਂਸ ਕਿੱਥੇ ਹੋ ਗਿਆ ਓ ਤੁਹਾਨੂੰ ਪਤਾ ਨਹੀਂ ਮੈਂ ਕੌਣ ਆ ਹਾਲਾ ਕਹਿੰਦਾ ਕੋਈ ਵੀ ਹੋਏਗਾ ਤੂੰ ਚੱਲਾ ਕਿੱਥੇ ਆਂ ਕਹਿੰਦਾ ਮੈਂ ਇੱਥੇ ਚੱਲਾਂ ਸੀਮ ਸਰ ਹਾਲਾ ਕਹਿੰਦਾ ਹਟੋ ਹਟ ਚੋ ਜਾਣਦੇ ਹੋ ਇਹਨੂੰ ਇਹ ਸਾਡੀ ਨੌਕਰੀ ਖਾ ਜਾਣੀ ਐਗਜ਼ਾਮਪਲ ਮੇਰੀ ਗਲਤ ਲੈ ਲਈ ਭਾਜੀ ਅਸੀਂ ਮਾਫੀ ਮੰਗਣੀ ਸੀ ਉਤਰ ਕੇ ਚਲੋ ਅਸੀਂ ਭਾਜੀ ਕੀ ਕਰਦੇ ਆ ਅਸੀਂ ਉਹਦਾ ਦਾਖਲਾ ਕਰਾਨੇ ਆ ਟੌਪ ਦੀ ਯੂਨੀਵਰਸਿਟੀ 'ਚ ਉਹ ਟੌਪ ਦੀ ਯੂਨੀਵਰਸਿਟੀ 'ਚ ਦਾਖਲਾ ਹੋ ਗਿਆ ਉਹਦੀ ਫਾਈਲ ਅੰਬੈਸੀ 'ਚ ਗਈ ਵੀਜ਼ਾ ਆਫਸਰ ਨੇ ਦੇਖਿਆ ਉਹ ਹੀ ਬਾਬਾ ਜੀ ਸ਼ਕਲ ਤਾਂ ਮਿਲਦੀ ਨਹੀਂ ਉਹ ਕਹਿੰਦਾ ਵੇਰ ਆ ਜੀ ਕੋਈ ਕਹਿੰਦਾ ਯੂ ਐਸ ਐ ਦਾ ਵਿੱਚ ਯੂਨੀਵਰਸਿਟੀ ਹਾਰਵਰਡ ਯੂਨੀਵਰਸਿਟੀ ਉਹ ਕਹਿੰਦਾ ਇੱਥੇ ਤੋਂ ਜਾ ਕੇ ਦੱਸ ਸਕਦਾ ਵੀਜ਼ਾ ਅਫਸਰ ਕੋ ਪਾਵਰ ਨਹੀਂ ਜਦੋਂ ਤੁਸੀਂ ਅਮਰੀਕਾ ਐਮਬੈਸੀ ਚ ਵੀਜ਼ਾ ਲੈਣ ਜਾਂਦੇ ਹੋ ਤੁਹਾਡੇ ਜਾਣ ਤੋਂ ਪਹਿਲਾਂ ਵੀਜ਼ਾ ਲੱਗਾ ਹੁੰਦਾ ਹੈ ਇਹਦੇ ਬਾਰੇ ਵੀ ਮੈਂ ਗੱਲ ਕਰਨੀ ਤੁਹਾਡੇ ਨਾਲ ਕੀ ਕਹਿੰਦਾ ਮਤਲਬ ਤੁਹਾਡੀ ਸਪਾਰਸ਼ੋ ਤਗੜੀ ਹੈ ਨਾ ਜਦੋਂ ਤੁਹਾਨੂੰ ਪ੍ਰਧਾਨ ਮੰਤਰੀ ਕਾਰ्यालय ਚ ਬੁਲਾਇਆ ਗਿਆ ਕਿ ਤੁਸੀਂ ਜੀ ਅੱਜ ਤੋਂ 15 ਦਿਨ ਬਾਅਦ ਮੋਦੀ ਜੀ ਨਾਲ ਡਿਨਰ ਕਰਨਾ ਹੈ ਤੁਹਾਨੂੰ ਉਥੇ ਬੁਲਾਉਣ ਤੋਂ ਪਹਿਲਾਂ ਤੁਹਾਡੀ ਸਾਰੀ ਪੁਲਿਸ ਵੈਰੀਫਿਕੇਸ਼ਨ ਹੋ ਜਾਣੀ ਤੁਸੀਂ ਕਿਹਨਾ ਨਰ ਸ਼ਾਮ ਨੂੰ ਬੈੰਦੇ ਉੱਠਦੇ ਹੋ ਤੁਹਾਡੇ ਫੋਨ ਟੈਪ ਤੇ ਲੱਗੇ ਹੋਣੇ ਪਹਿਲਾਂ ਹੀ ਹਮ ਤੁਹਾਡੀ ਸਾਰੀ ਇਨਕੁਆਇਰੀ ਹੋ ਜਾਣੀ ਜਦੋਂ ਤੁਸੀਂ ਚੰਗੀ ਯੂਨੀਵਰਸਿਟੀ ਚ ਵੀਜ਼ਾ ਲੈਣ ਜਾਂਦੇ ਹੋ ਤੁਹਾਡੇ ਸਾਰੇ ਤੱਥ ਪਹਿਲਾਂ ਕਲੀਅਰ ਹੁੰਦੇ ਆ ਅਫਸਰ ਦੇ ਕੋਲ ਤੁਹਾਡੇ ਜਾਣ ਤੋਂ ਪਹਿਲਾਂ ਡਿਸੀਜਨ ਲਿਆ ਹੁੰਦਾ ਉਹਨੇ ਵੀਜ਼ਾ ਦੇਣਾ ਕਿ ਨਹੀਂ ਦੇਣਾ ਤੁਹਾਨੂੰ ਹਮ ਜਦੋਂ ਤੁਹਾਡੀ ਫਾਈਲ ਚ ਕਾਗਜ਼ ਅਸਲੀ ਲੱਗੇ ਆ ਭਾਜੀ ਤੁਸੀਂ ਆਸਟ੍ਰੇਲੀਆ ਜਾਣਾ ਤੁਹਾਡਾ ਦਾਖਲਾ ਹੋ ਗਿਆ ਯੂਨੀਵਰਸਿਟੀ ਆਫ ਮੈਲਬੌਰਨ ਚ ਕਿਸੇ ਦੀ ਕਿਉਂ ਕਹਾ ਦੇ ਕੋ ਤੁਹਾਡਾ ਵੀਜ਼ਾ ਰਿਫਿਊਜ਼ ਕਰ ਜਵੇ ਜਿਹਨੂੰ ਅਸੀਂ ਰੱਬ ਸਮਝਦੇ ਆ ਨਾ ਜੀ ਅਸੀਂ ਅੰਬੈਸੀ ਚ ਵੀਜ਼ਾ ਲੈਣ ਜਾਂਦੇ ਆ ਬਹੁਤ سارے ਲੋਕ ਜਿਹੜੇ ਪਹਿਲੀ ਵਾਰੀ ਅੰਬੈਸੀ ਚ ਜਾਂਦੇ ਨੇ ਬਹੁਤ ਸਾਰੇ ਲੋਕ ਜਿਹੜੇ ਗਏ ਹੋਣਗੇ ਜਿਹੜੇ ਗਏ ਆ ਉਹਨਾਂ ਨੂੰ ਮੇਰੀ ਗੱਲ ਸਮਝ ਆ ਜਿਹੜੇ ਨਹੀਂ ਗਏ ਉਹਨਾਂ ਨੂੰ ਦੱਸ ਦੇਣਾ ਜਦੋਂ ਤੁਸੀਂ ਅਮਰੀਕਾ ਅੰਬੈਸੀ ਚ ਇੰਟਰਵਿਊ ਲੈਣ ਵੀਜ਼ਾ ਲੈਣ ਜਾਂਦੇ ਜ ਤੁਹਾਡੇ ਕੋਲ ਬਾਹਰ ਗੇਟ ਦੇ ਉੱਤੇ ਫੋਨ ਰਖਾ ਲੈਂਦੇ ਆ ਫੋਨ ਜਮਾ ਹੋ ਗਏ 4 ਤੋਂ 5 ਘੰਟੇ ਲੱਗਣੇ ਆ 5 ਘੰਟੇ ਤੁਸੀਂ ਜੰਤਰ ਤੋਂ ਬਿਨਾਂ ਜੇ ਹੁਣ ਤੁਹਾਡੇ ਕੋਲ ਜੰਤਰ ਨਹੀਂ ਹੈਗਾ ਇਹੋ ਜਿਹਾ ਜੰਤਰ ਹੈ ਜਿਹਦੇ ਬਿਨਾਂ ਤੁਹਾਡੀ ਜ਼ਿੰਦਗੀ ਨਹੀਂ ਚੱਲਦੀ ਹੂੰ ਤੁਸੀਂ 10 ਮਿੰਟ ਲਈ ਵੀ ਆਪਣਾ ਫੋਨ ਸਾਈਡ ਤੇ ਨਹੀਂ ਰੱਖ ਸਕਦੇ ਅਗਲੇ ਨੇ 4 ਤੋਂ 5 ਘੰਟੇ ਲਈ ਤੁਹਾਡਾ ਫੋਨ ਰੱਖ ਲਿਆ ਔਰ ਤੁਹਾਨੂੰ ਵੀ ਪਤਾ ਹੈ 5 ਘੰਟੇ ਫੋਨ ਮਿਲਣਾ ਨਹੀਂ ਜਿੱਦਾਂ ਤੁਸੀਂ 5 ਘੰਟੇ ਲਈ ਫੋਨ ਜਮ੍ਹਾਂ ਕਰਾਇਆ ਤੁਹਾਨੂੰ ਕਾਲੀਆਂ ਪੈਣੀਆਂ ਸ਼ੁਰੂ ਹੋਈਆਂ ਹਮ ਯਾਰ ਕੀ ਬਣੂਗਾ ਬਦਾ ਓਕੇ ਸੁਕੇ ਅੰਦਰ ਬੈਸੀ ਦੇ ਜਾਂਦਾ ਕਮਰੀਆਂ ਛੱਡ ਜਾਂਦੀਆਂ ਆਹ ਵਾਈਬ੍ਰੇਸ਼ਨ ਨੂੰ ਸ਼ੁਰੂ ਹੋ ਜਾਂਦੀ ਬੰਦੇ ਨੂੰ ਅੰਬੈਸੀ ਜਾਂਦਾ ਪਹਿਲਾਂ ਇੱਕ ਖਿੜਕੀ ਪਹਿਲਾਂ ਇਦਾਂ 3-4 ਵਾਰੀ ਉਹਦੀ ਤਲਾਸ਼ੀ ਹੁੰਦੀ ਹੈ ਫਿਰ ਕਹਿੰਦੇ ਕਾਗਜ਼ ਇੱਥੇ ਰੱਖ ਫੇ ਕਾਗਜ਼ ਉੱਥੇ ਰੱਖ ਫਿਰ ਉਹਨੂੰ ਲੈਨ ਚ ਤੋੜ ਦਿੰਦੇ ਆ ਜਦੋਂ ਤੁਸੀਂ ਅਮਰੀਕਾ ਅੰਬੈਸੀ ਦੇ ਅੰਦਰ ਵੜ ਗਏ ਔਰ ਜਿੱਥੇ ਤੁਸੀਂ ਇੰਟਰਵਿਊ ਦੇਣ ਜਾਣਾ ਹੈ ਜਦੋਂ ਤੁਹਾਨੂੰ ਕਿਸੇ ਨੇ ਇੰਟਰਵਿਊ ਲੈ ਕੇ ਵੀਜ਼ਾ ਦੇਣਾ ਹੈ ਜਾਂ ਰਿਫਿਊਜ਼ ਕਰਨਾ ਉਹਦੇ ਵਿੱਚ ਨਾ ਘੰਟਾ ਡੇਢ ਘੰਟੇ ਦਾ ਸਫ਼ਰ ਹੁੰਦਾ ਔਰ ਉਹ ਸਫ਼ਰ ਦੇ ਵਿੱਚ ਵੱਡੀਆਂ-ਵੱਡੀਆਂ ਸਕਰੀਨਾਂ ਲੱਗੀਆਂ ਹੁੰਦੀਆਂ ਜਿਨ੍ਹਾਂ ਦੇ ਉੱਤੇ ਨਿਊਯਾਰਕ ਚੱਲਦਾ ਪਿਆ ਕੈਲੀਫੋਰਨੀਆ ਚੱਲਦਾ ਪਿਆ ਉਹ ਦਿਖਾਉਂਦੇ ਆ ਤੁਹਾਨੂੰ ਸਾਡਾ ਮੁਲਕ ਕਿਦਾਂ ਦਾ ਹੈ ਵਿੱਚ ਉਹਨਾਂ ਦੇ ਉਹ ਜਿਹੜੇ ਮਾਤਾ ਜੀ ਦੀ ਫੋਟੋ ਜੀ ਲਾਈ ਤੇ ਉਹਨਾਂ ਨੇ ਇੱਕ ਦਿਨਾਂ ਦੀ ਆ ਦਿਨਾਨੀ ਦੀ ਜਿਹੜੀ ਫੋਟੋ ਜੀ ਹੈ ਉਹ ਫਰਾਂਸ ਵਾਲਿਆਂ ਨੇ ਜਾਣ ਕੇ ਕਰਦੇ ਹੋ ਬਾਜੀ ਇਹਦਾ ਨਹੀਂ ਬਾਜੀ ਹਾਂ ਸਟੈਚੂ ਆਵਲੇ ਬਟ ਨਿਊ ਜੋਗ ਤੇ ਉਹ ਮਾਤਾ ਜੀ ਦੀ ਫੋਟੋ ਲੱਗੀ ਹੋਈ ਹੈ ਅੱਗੇ ਜਾਂਦੇ ਅੱਗੇ ਫਿਰ ਉਹ ਕੰਕੜੀ ਦੀ ਫੋਟੋ ਲੱਗੀ ਮੈਡੀਅਨ ਜਿਆਦਾ ਹੁੰਦਾ ਬਾਜੀ ਤੁਸੀਂ ਏਜੰਟ ਘੱਟੋ ਬਾਜੀ ਮਜ਼ਾ ਆਉਂਦਾ ਨਾ ਜਾ ਕੇ ਤੇ ਉਹ ਜਦੋਂ ਤੁਸੀਂ ਉਹ ਮਾਤਾ ਜੀ ਦੀ ਫੋਟੋ ਦੇਖਦੇ ਹੋ ਤੁਹਾਨੂੰ ਆਪਣੀ ਮਾਤਾ ਜੀ ਯਾਦ ਆ ਜਾਂਦੀ ਹੈ ਪਸੀਨੇ ਛੁੱਟਣੇ ਸ਼ੁਰੂ ਹੋ ਜਾਂਦੇ ਬਾਜੀ ਟੈਂਪਰੇਚਰ ਜਾਂ ਉੱਥੇ ਵੱਧ ਹੁੰਦਾ ਜਾਂ ਘੱਟ ਹੁੰਦਾ ਮੈਸੀਜ ਬੁੱਕਲ ਕਰਦੇ ਆ ਤੇ ਜਦੋਂ ਤੁਸੀਂ ਐਮਬੈਸੀ ਦੇ ਅੰਦਰ ਬੈਠੇ ਹੋ ਤੁਸੀਂ ਇਹ ਆ ਦੇਖਦੇ ਹੋ 10 ਖੋਦਰ ਲਾਈਨ ਚ ਲੱਗੇ 10 ਖੋਦਰ 10 ਖੋਦਰ 10 ਖੋਦਰ ਤੁਹਾਡੇ ਮੂਰੇ 20 ਖਿੜਕੀਆਂ 20 ਤੇ 10-10 ਚ ਬੰਦੇ ਲਾਈਨ ਚ ਖੜੇ ਆ ਤੇ ਤੁਸੀਂ ਇਹ ਫਿਲਮ ਦੇਖਦੇ ਪਿਓ ਖੀਤ ਲੈ ਬਾਲਕਨੀ ਚ ਬੈਠ ਗਏ ਤੁਸੀਂ ਜਲਦੀ ਦੀ ਬਾਲਕਨੀ ਚ ਬੈਠੇ ਹੋ ਤੁਹਾਡੇ ਸਾਹਮਣੇ 100 ਬੰਦਾ ਐ ਖੜਾ ਤੁਸੀਂ ਇੱਧਰ ਦੇਖਦੇ ਹੋ ਉਹ ਵਿਕ ਡਿੱਗੀ ਇਹਨੂੰ ਮਿਲ ਗਿਆ ਉਹਨੂੰ ਨਹੀਂ ਮਿਲਿਆ ਮੈਂ ਮੈਨੂੰ ਆਪਣੀ ਸਿਚੁਏਸ਼ਨ ਯਾਦ ਆ ਗਈ ਭਾਈ ਯਾਰ ਮੈਂ ਇੱਧਰ ਦੇਖਦਾ ਨਾ ਹਏ ਤੇ ਹਨਮਾਨ ਗਿਆ ਅਨਕੁੰਚਾ ਕਰ ਹੇ ਮਾਂ ਜੀ ਇਹ ਬ੍ਰਿਸ਼ਰ ਵਾਲੀ ਮਾਤਾ ਜੀ ਮੇਰਾ ਵਾਹਿਗੁਰੂ 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 ਦਾ ਦਾ ਯਾਰ ਮੇਰਾ ਵਿਆਹ ਲੱਗ ਜੇ ਅੱਜ ਮਨ ਤਾਂ ਮੰਗਦੇ ਜੀ ਮੇਰਾ ਵਿਆਹ ਲੱਗ ਗਿਆ ਮੈਂ ਚਲੀ ਜਾ ਸਕਿਆ ਮੈਂ ਮੈਂ ਲੰਗਰ ਲਵਾਉਂਗਾ ਮੈਂ ਗਰੀਬ ਬੰਦਿਆਂ ਨੂੰ ਲਾਲ ਕਰੂਗਾ ਮੈਂ ਜਦੋਂ ਤੁਸੀਂ ਇੰਟਰਵਿਊ ਦੇਣ ਪਹੁੰਚਦੇ ਹੋ ਨਾ ਤੁਹਾਡਾ ਖਿਰਕੀ ਦੇ ਵਾਰੀ ਜਾਂਦੀ ਉਹ ਕਹਿੰਦਾ ਹੈਲੋ ਜੈਂਟਲਮੈਨ ਵਾਟ ਇਜ਼ ਯਰ ਨੇਮ ਇੱਕ ਉਹਨਾਂ ਦੀ ਅੰਗਰੇਜ਼ੀ ਇਹੋ ਜੀ ਹੁੰਦੀ ਉਹ ਸਾਨੂੰ ਸਮਝ ਨਹੀਂ ਲੱਗਦੀ ਉਹ ਕਹਿੰਦੇ ਹਾਊ ਆਰ ਯੂ ਡੂਇੰਗ ਹੁਣ ਅਸੀਂ ਸੁਣਿਆ ਹਾਊ ਆਰ ਯੂ ਮਿਸਟਰ ਕਵਾਤਰਾ ਤੇ ਤੁਸੀਂ ਜਵਾਬ ਦੇ ਦੇਵੋਗੇ ਆਮ ਗੁੱਡ ਆਮ ਗੁੱਡ ਆਈ ਆਸਕ ਯੂ ਵਨ ਕੁਐਸਚਨ ਹਾਊ ਆਰ ਯੂ ਡੂਇੰਗ ਪਾਜੀ ਇਹ ਸੁਣਿਆ ਹੀ ਨਹੀਂ ਹਾਊ ਆਰ ਯੂ ਡੂਇੰਗ ਇਹ ਕਿਹੜੀ ਅੰਗਰੇਜ਼ੀ ਹੈ ਉਹ ਪਾਜੀ ਅਮਰੀਕਨ ਲੈਂਗੁਏਜ ਚ ਗੱਲ ਕਰਦਾ ਪਿਆ ਨਾਲ ਦਿੰਦੇ ਨਹੀਂ ਪਾਜੀ ਟਰਾਂਸਲੇਟਰ ਵੀ ਦੇ ਦਿਓ ਪਾਜੀ ਟਰਾਂਸਲੇਸ਼ਨ ਲੈ ਲਿਆ ਤੇ ਵੈਸੇ ਹੀ ਬਿੜਾ ਕਰ ਕੇ ਪੈ ਗਿਆ ਸਿਰ ਤੇ ਸਵਾਬ ਵਾਲੀ ਤੁਸੀਂ ਹਾਂ ਅੱਛਾ ਤੁਸੀਂ ਅਮਰੀਕਾ ਐਮਬੈਸੀ ਚ ਸਟੂਡੈਂਟ ਵੀਜ਼ੇ ਦੀ ਅਪਾਇੰਟਮੈਂਟ ਤੇ ਗਏ ਤੁਸੀਂ ਪੜ੍ਹਨ ਲਈ ਚੱਲੇ ਹੋ ਤੇ ਤੁਸੀਂ ਟਰਾਂਸਲੇਸ਼ਨ ਤੁਸੀਂ ਆਈ ਡੋਨਟ ਅੰਡਰਸਟੈਂਡ ਹੈ ਨਾ ਯੂ نو ਆਈ ਨੀਡ ਟਰਾਂਸਲੇਟਰ ਦਫਾ ਤੂੰ ਉੱਥੇ ਸਾਡੇ ਮੁਲਕ ਚ ਜਾਣ ਦੇ ਲਾਇਕ ਹੀ ਨਹੀਂ ਹੂੰ ਸੋ ਕਦੀ ਵੀ ਆਪਾਂ ਟਰਾਂਸਲੇਸ਼ਨ ਵਾਲੇ ਪਾਸੇ ਨਹੀਂ ਤਰਨਾ ਜਿੰਨੀ ਕਿ ਟੁੱਟੀ ਫੁੱਟੀ ਜੀ ਆਂਦੀ ਨਾ ਤੇ ਗੱਲ ਕਰਨ ਦੀ ਕੋਸ਼ਿਸ਼ ਕਰਨੀ ਮੂੰਹ ਜਾ ਮਾਰੀ ਦਾ ਹੁੰਦਾ ਥੋੜਾ ਥੋੜਾ ਗੁੱਡ ਯਾ 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 ਨਹੀਂ ਉਹਦੇ ਵੀ ਤਰੀਕਾ ਹੈਗਾ ਸਾਡੇ ਕੋਲ ਮੈਂ ਦੱਸੂਗਾ ਤੁਹਾਨੂੰ ਉਹ ਵੀ ਦੱਸੂਗਾ ਤੇ ਪਹਿਲਾਂ ਤੁਸੀਂ ਜੀ ਉਹ ਜਦੋਂ ਇੰਟਰਵਿਊ ਲਈ ਅੰਕਲ ਨੇ ਤੁਹਾਡੇ ਹਾਲ ਦੇਖਿਆ ਆ ਘਰ ਕੇ ਤੁਸੀਂ ਦੇਖਿਆ ਗੋਰਾ ਹੋਈ ਇਹ ਤਾਂ ਸਾਖਸ਼ਾਤ ਆਖੀ ਭਗਵਾਨ ਆ ਗਏ ਲੱਗੇ ਪ੍ਰਸ਼ਾਦ ਦੇ ਤੁਹਾਡੇ ਮਨ ਚ ਆਏ ਜਿਆ ਮਿਲ ਜਾਣਾ ਮਿਲ ਜਾਣਾ ਉਹ ਕਹਿੰਦਾ ਵੇਅਰ ਵਾਈ ਯੂ ਵਾਂਟ ਟੂ ਗੋ ਯੂਐਸ ਬੰਦਾ ਸੋਣ ਨਾ ਜਾਂਦਾ ਭਾਜੀ 90% ਬੰਦੇ ਪੁੱਲਦੇ ਹੀ ਨਹੀਂ ਉਹ ਕਹਿੰਦਾ ਸੌਰੀ ਨਹੀਂ ਤਾਂ 90% ਬੰਦੇ ਗੂਰਾ ਦੇਖ ਕੇ ਡਰ ਜਾਂਦੇ ਆ ਫਿਰ ਗੂਰਾ ਜਦੋਂ ਅੰਗਰੇਜ਼ੀ ਚ ਸਦੂਜਾ ਸਵਾਲ ਪੁੱਛਦਾ ਬੰਦੇ ਕੋ ਡਾਊਨ ਹੋ ਜਾਂਦਾ ਜੀ ਜਿਨ੍ਹਾਂ ਨੂੰ ਅੰਗਰੇਜ਼ੀ ਵਧੀਆ ਆਉਂਦੀ ਜਿਹੜੇ ਬਹੁਤ ਸਮਾਰਟ ਹੁੰਦੇ ਆ ਉਹਨੂੰ ਪੁੱਛਦਾ ਓਕੇ ਮਿਸਟਰ ਕੁਆਟਰਾ

ਇਹ ਤੇ ਭਾਜੀ ਨੀਲ ਦੀ ਰਿਟਰਨ ਹੀ ਹੁੰਦੀ ਸਾਰਿਆਂ ਦੀ ਮੇਰਾ ਭਾਰਤ ਮਹਾਨ 90% ਲੋਕ ਪਰੇਸ਼ਾਨ ਟੈਕਸ ਦੇਣਾ ਨਹੀਂ ਹਰ ਕੋਈ ਨੀਲ ਦੀ ਰਟਨ ਚੁੱਕੀ ਫਿਰਦਾ ਰਟਣਾ ਹੈ ਨਹੀਂ ਲੋਕਾਂ ਦਾ ਰਟਣਾ ਹੈ ਨਹੀਂ ਉਹ ਕਹਿੰਦਾ ਤੂੰ ਭਲਿਆ ਲੋਕਾਂ 4 ਲੱਖ ਰੁਪਈਆ ਸਾਡੇ ਮੁਲਕ ਚ 15 ਦਿਨ ਚ ਖਰਚ ਲੈਣਾ ਐਨੀ ਤੇ ਤੇਰੀ ਕਮਾਈ ਸਾਲ ਦੀ ਏ ਵਿਆ ਵੀਜ਼ਾ ਬੰਦੇ ਨੂੰ ਪੁੱਛਿਆ ਕਹਿੰਦਾ ਤੁਸੀਂ ਕਿੱਥੇ ਜਾਣਾ ਉਹ ਕਹਿੰਦਾ ਜੀ ਅਸੀਂ ਨਿਊਯਾਰਕ ਜਾਣਾ ਸ਼ਾ ਕਹਿੰਦਾ ਕਿੰਨੇ ਦਿਨ ਲਾਣੇ ਕਹਿੰਦਾ ਜੀ ਨਿਊਯਾਰਕ ਲਾਣੇ 4 ਦਿਨ ਕਹਿੰਦਾ ਫੇਰ ਕਿੱਥੇ ਜਾਣਾ ਕਹਿੰਦਾ ਫੇਰ ਅਸੀਂ ਜਾਣਾ ਡਿਜ਼ਨੀ ਲੈਂਡ ਅੱਛਾ ਕਹਿੰਦਾ ਉਹ ਕਿੱਦਾਂ ਜਾਣਾ ਕਦੇ ਟੈਕਸੀ ਜਾਣਾ ਵਾਓ ਕਹਿੰਦਾ ਕਿੱਥੋਂ ਟੈਕਸੀ ਲਵੋ ਕਹਿੰਦਾ ਨਿਊਯਾਰਕ ਤੋਂ ਉਹ ਭਾਜੀ ਨਿਊਯਾਰਕ ਤੋਂ ਡਿਜ਼ਨੀ ਲੈਂਡ ਜਾਹ ਚ 6 ਘੰਟੇ ਲੱਗਦੇ ਤੂੰ ਟੈਕਸੀ ਲਗਦਾ ਚੱਲ ਜਾਏਗਾ ਵਾਓ ਕਹਿੰਦਾ ਨਾਈਸ ਕੁਸਚਨ ਦਾ ਸੌਰੀ ਜੈਂਟਲਮੈਨ ਨੈਕਸਟ ਟਾਈਮ ਮੈਨੂੰ ਲੱਗਦਾ ਕਿ ਜੀ ਭਾਜੀ ਇੰਨੀ ਦੁਨੀਆ ਭੇਤੀ ਸਾਨੂੰ ਸਮਝ ਆ ਥੋੜੀ ਜਿਹੀ ਥੋੜੀ ਜਿਹੀ ਨਾ ਅਹੀ ਵੀ ਚਲਾਕੀ ਕਰ ਜੰਨੇ ਹੂੰ ਕਈ ਤਰ੍ਹਾਂ ਦੇ ਪੈਂਤਰੇ ਉਪਣਨੇ ਫਾਈਨਲੀ ਇਹ ਸਮਝ ਲੱਗੀ ਕਿ ਬੰਦੇ ਨੂੰ ਚੰਗੀ ਯੂਨੀਵਰਸਿਟੀ ਦਾਖਲਾ ਲੈ ਦੋ ਉਹਦਾ ਵੀਜ਼ਾ ਮਿਲ ਜਾਂਦਾ ਬਸ ਇਹੀ ਟੋਟਕਾ ਸਾਡੇ ਕੋਲ ਨਕੌਦਰ ਦਾ ਮੁੱਢਾ ਜਸਪਾਲ ਉਹ ਡਿਬਈ ਕੰਮ ਕਰਕੇ ਆਇਆ ਸੀ 4-5 ਸਾਲ ਉਹਨੂੰ ਇੰਨੀ ਕ ਅੰਗਰੇਜ਼ੀ ਆਂਦੀ ਸੀ ਯਾ ਯਾ ਯੈਸ ਯਾ ਰੇਸ ਸੌਰੀ ਥੈਂਕ ਯੂ ਯਾ ਯੂ ਨੋ ਹੁਣ ਅਸੀਂ ਉਹਦਾ ਦਾਖਲਾ ਕਰਾ ਲਿਆ ਉਹਨੂੰ ਮੈਸੇਜ ਭੇਜਿਆ ਉਹ ਤੁਹਾਨੂੰ ਸਮਝ ਲੱਗੇ ਕੰਫੀਡੈਂਸ ਹੋਰੇ ਚ ਬਹੁਤ ਸੀ ਅਸੀਂ ਪਹਿਲਾਂ ਤਾਂ ਨਾ ਉਹਨੂੰ ਕਪੜੇ ਲੈ ਕੇ ਦਿੱਤੇ ਵਧੀਆ ਵੀ ਤੂੰ ਨਾ ਜੈਂਟਲਮੈਨ ਜਾਂ ਲੱਗੇ ਫਿਰ ਉਹਨੂੰ ਤਣੀ ਵਾਲਾ ਬੈਗ ਲੈ ਆਤਾ ਇੱਕ ਬੈਗ ਹੁੰਦਾ ਤਣੀ ਲਟਕਦੀ ਹੁੰਦੀ ਬੈਗ ਸਾਈਡ ਤੇ ਹੋ ਜਾਂਦਾ ਤੇ ਜਿੱਦਾਂ ਦਾ ਸਟੂਡੈਂਟ ਜਾਂ ਲੱਗੇ ਫਿਰ ਉਹਨੇ ਅਸੀਂ ਐਨਕ ਪੁਆਤੀ ਇੱਥੇ ਕੋਦੇ ਪੈਨ ਜਾਂ ਰਖਾਤਾ ਸੋ ਕਈ ਵਾਰੀ ਨਾ ਤੁਹਾਡੀ ਸ਼ਕਲੀ ਪੜੇ ਲਿਖੇ ਵਰਗੀ ਲੱਗਣ ਲੱਗ ਪੈਂਦੀ ਹੈ ਤੁਹਾਡੀਆਂ ਗੱਲਾਂ ਜੇ ਐਮਬੈਸੀ ਵਾਲੇ ਸੁਣ ਲੈਂਦਾ ਹੈ ਨਹੀਂ ਭਾਜੀ ਆਪਣੇ ਮਿੱਤਰ ਹੀ ਨੇ ਸਾਰੇ ਉਹ ਕਿਹੜਾ ਓਕੇ ਨੇ ਸਾਰੇ ਸਰ ਜਾਣਦੇ ਨੇ ਕੋਈ ਵੱਖਰਾ ਨਹੀਂ ਹੈ ਉਹਨਾਂ ਚ ਉਹਨਾਂ ਨੂੰ ਪਤਾ ਹੈ ਕਿ ਅੱਜ ਇੰਡੀਅਨ ਬੰਦਾ ਜਾਂਦਾ ਤੇ ਉਹ ਐਸੈਟ ਬਣ ਕੇ ਜਾਂਦਾ ਹੂੰ ਸਾਡੇ ਲੋਕ ਜੀ ਜਾਂਦੇ ਆ ਨਾ ਜਾ ਕੇ ਮਿਹਨਤ ਕਰਦੇ ਆ ਕੋਈ ਬੰਬ ਨਹੀਂ ਛੁੱਟਦਾ ਕਿਸ ਦੇ ਉੱਤੇ ਕੋਈ ਚੋਰੀ ਨਹੀਂ ਕਰਦਾ ਉਹਨਾਂ ਨੂੰ ਪਤਾ ਉਹ ਪਿਆਰ ਕਰਦੇ ਇੰਡੀਅਨਸ ਨਾਲ ਹੂੰ ਅੱਜ ਦੀ ਰੇਟ ਚ ਵੀਜ਼ਾ ਸਕਸੈਸ ਰੇਟ 90% ਹੋਇਆ ਦਾ 90% ਲੋਕਾਂ ਨੂੰ ਵੀਜ਼ਾ ਮਿਲ ਜਾਂਦਾ ਜੇ ਉਹ ਚੰਗੇ ਤਰੀਕੇ ਨਾਲ ਅਪਲਾਈ ਕਰਨ ਜਿਹੜੇ ਝੂਠ ਮਾਰਦੇ ਨੇ ਨਾ ਜਾ ਕੇ ਕਿ ਮੈਂ ਤਾਂ ਜੀ ਅਸੀਂ ਇਹ ਕਰ ਦੂੰਗਾ ਉਹ ਕਰ ਦੂੰਗਾ ਉਹਦਾ ਵੀ ਯਾਰ ਫਿਊਜ਼ ਹੋ ਜਾਂਦਾ ਅੱਛਾ ਭਾਜੀ ਏਜੰਟਾਂ ਦੀ ਸੈਟਿੰਗ ਵੀ ਹੁੰਦੀ ਐ ਐਮਬੈਸੀਆਂ ਦੇ ਵਿੱਚ ਕਿ ਮੈਂ ਵੀਜ਼ਾ ਲਵਾ ਦੂੰਗਾ ਫੋਨ ਕਰਾ ਕੇ ਜਾਂ ਅਪਰੋਚ ਲੜਾ ਕੇ ਕਿ ਇਹ ਸਭ ਝੂਠੀ ਐ ਸੈਟਿੰਗ ਕਦੀ ਨਹੀਂ ਹੋ ਸਕਦੀ ਕਿਸੇ ਨਹੀਂ ਭਾਜੀ ਸੈਟਿੰਗ ਨਹੀਂ ਹੁੰਦੀ ਪ੍ਰੇਮ ਪਿਆਰ ਹੁੰਦਾ ਇਨਫਾਰਮੇਸ਼ਨ ਹੁੰਦੀ ਐ ਪਰ ਉੱਥੇ ਵਾਰੀ ਤਾਂ ਮੇਰੇ ਹਿਸਾਬ ਨਾਲ ਆਪਣੀ ਮਰਜ਼ੀ ਨਾਲ ਤਾਂ ਲੈ ਹੀ ਨਹੀਂ ਸਕਦੇ ਤੁਸੀਂ ਤੁਹਾਨੂੰ ਪਤਾ ਹੀ ਨਹੀਂ ਕਿਹੜੀ ਲਾਈਨ ਤੇ ਤੁਹਾਨੂੰ ਲਵਾ ਦਿੰਦੇ ਉਹ ਤੇ ਕਿਹੜਾ ਗੋਰਾ ਮਿਲ ਜਵੇ 20 ਖਿੜਕੀਆਂ ਤੁਹਾਡੇ ਸਾਹਮਣੇ ਇਦਾਂ ਹੁੰਦਾ ਭਾਜੀ ਜਦੋਂ ਤੁਸੀਂ ਟ ਅਸੀਂ ਅਮਰੀਕਾ ਅੰਬੈਸੀ ਨੂੰ ਵਾਚ ਕਰਦੇ ਆ ਉਹਨਾਂ ਦੇ ਸੋਸ਼ਲ ਹੈਂਡਲ ਵਾਚ ਕਰਦੇ ਆ ਉਹਨਾਂ ਦੀਆਂ ਇਨਫੋਰਮੇਸ਼ਨ ਉਹ ਮੈਸੇਜ ਦਿੰਦੇ ਆ ਰੋਜ਼ ਕਿ ਅੱਜ ਸਟੂਡੈਂਟ ਵੀਜ਼ਾ ਡੇ ਹੈ ਹੁਣ ਜਦੋਂ ਤੁਸੀਂ ਸਟੂਡੈਂਟ ਵੀਜ਼ਾ ਡੇ ਵਾਲੇ ਦਿਨ ਅਪਲਾਈ ਕਰਨਾ ਤਾਂ ਉਦੋਂ ਸਾਰਿਆਂ ਨੂੰ ਵੀਜ਼ੇ ਮਿਲਨੇ ਨੇ ਹੂੰ ਭਾਜੀ ਜਦੋਂ ਹੁਣ ਆਪਾਂ ਰੱਖ ਹੀ ਲਿਆ ਕਿ ਅੱਜ ਦਾ ਦਿਨ ਹੈ ਅੱਜ ਆਪਾਂ ਫ੍ਰੀ ਚ ਸਮਾਨ ਵੰਡਣਾ ਸਾਰਿਆਂ ਨੂੰ ਉਹ ਪਬਲਿਕਲੀ ਦੱਸ ਦਿੰਦੇ ਪਬਲਿਕਲੀ ਅਨਾਉਂਸ ਹੁੰਦਾ ਮਹੀਨਾ ਦੋ ਤਿੰਨ ਮਹੀਨੇ ਪਹਿਲਾਂ ਅਨਾਉਂਸ ਹੋ ਜਾਂਦਾ ਹਰ ਸਾਲ ਜੂਨ ਜੁਲਾਈ ਚ ਨਿਕਲਦਾ ਸਿਰ ਅਪਾਇੰਟਮੈਂਟ ਕਿਤਾ ਮਿਲਦੀ ਨਹੀਂ ਨਹੀਂ ਖੁੱਲੀ ਉਦੋਂ ਅਪਾਇ ਉਦੋਂ ਬਾਕੀਆਂ ਵਾਲੀ ਬੰਦ ਕਰ ਦਿੰਦੇ ਸਾਰੀਆਂ ਹਰ ਸਾਲ ਮਈ ਤੋਂ ਲੈ ਕੇ ਜੂਨ ਜੁਲਾਈ ਦੇ ਤਿੰਨ ਮਹੀਨਿਆਂ ਦੇ ਵਿੱਚ 15 ਦਿਨ ਵਾਸਤੇ ਖੁੱਲਦਾ ਵਾ ਕੰਮ ਜਦੋਂ ਸਿਰਫ ਸਟੂਡੈਂਟ ਲੈ ਕੇ ਜਾਣੇ ਹੁੰਦੇ ਕੋਈ ਸਤੰਬਰ ਦਾ ਇਨਟੈਕ ਹੁੰਦਾ ਭਾਜੀ ਕੰਮ ਵਾਸਤੇ ਸਭ ਤੋਂ ਵਧੀਆ ਦੇਸ਼ ਕਿਹੜਾ ਜਿੱਥੇ ਜਾ ਕੇ ਵਰਕ ਪਰਮਿਟ ਤੇ ਲੋਕਾਂ ਨੇ ਕੰਮ ਹੀ ਕਰਨਾ ਹੋਵੇ ਸਭ ਤੋਂ ਵਧੀਆ ਦੇਸ਼ ਅਜਿਹਾ ਮੁਲਕ ਤਾਂ ਭਾਜੀ ਅਮਰੀਕਾ ਹੀ ਹੋਰ ਕੀ ਹੈਗਾ ਜੀ ਤੇ ਪੜਨ ਲਈ ਪੜਨ ਲਈ ਇੰਡੀਆ ਜ਼ਿਆਦਾ ਵਧੀਆ ਜੀ ਵਾਹ ਪੜਨ ਲਈ ਇੰਡੀਆ ਵਧੀਆ ਕੰਮ ਲਈ ਅਮਰੀਕਾ ਵਧੀਆ ਜਿਹੜਾ ਆਸਟ੍ਰੇਲੀਆ ਨਿਊਜ਼ੀਲੈਂਡ ਭਾਜੀ ਦੋ ਹੀ ਤਰ੍ਹਾਂ ਦੇ ਲੋਕ ਹੁੰਦੇ ਆ ਯਾ ਮਾਲਕ ਦੋ ਤਰ੍ਹਾਂ ਦੀ ਪੜ੍ਹਾਈ ਹੁੰਦੀ ਹੈ ਜਾਂ ਬਿਜ਼ਨਸ ਦੀ ਜਾਂ ਆਈਟੀ ਦੀ ਤੀਜੀ ਪੜ੍ਹਾਈ ਨਹੀਂ ਹੁੰਦੀ ਜਿਨੇ ਵੀ ਕਾਰੋਬਾਰੀ ਬੰਦਾ ਜਿਹਦੇ ਮਾਪੇ ਬਿਜ਼ਨਸ ਕਰਦੇ ਨੇ ਵਪਾਰ ਕਰਦੇ ਨੇ ਉਹਨੇ ਬਿਜ਼ਨਸ ਦੀ ਪੜ੍ਹਾਈ ਪੜ੍ਹਨੀ ਹੈ ਬਿਜ਼ਨਸ ਦੀ ਪੜ੍ਹਾਈ ਨੂੰ ਕਹਿੰਦੇ ਆਨਟਰਪ੍ਰੈਨਰਸ਼ਿਪ ਜਿਹੜੀ ਪੈਸਾ ਕਮਾਉਣਾ ਸਿਖਾਉਂਦੀ ਹੈ ਦੂਸਰੀ ਪੜ੍ਹਾਈ ਹੁੰਦੀ ਹੈ ਆਈਟੀ ਦੀ ਕੰਪਿਊਟਰ ਸਾਇੰਸ ਡਾਟਾ ਸਾਇੰਸ ਆਰਟੀਫੀਸ਼ੀਅਲ ਇੰਟੈਲੀਜੈਂਸ ਦੁਨੀਆ ਦਾ ਹਰ ਕੰਮ ਅੱਜ ਦੀ ਰੇਟ 'ਚ ਕੰਪਿਊਟਰ ਨਾਲ ਚੱਲਦਾ। ਹੂੰ। ਜੇ ਡਾਕਟਰ ਨੇ ਆਪਰੇਸ਼ਨ ਕਰਨਾ ਉਹ ਵੀ ਰੋਬੋਟਿਕ ਸਾਇੰਸ ਨਾਲ ਹੋਣਾ। ਕਿਸੇ ਨੇ ਖੇਤੀਬਾੜੀ ਕਰਨੀ ਉਹ ਵੀ ਮਸ਼ੀਨਾਂ ਨਾਲ ਹੋ ਰਹੀ ਹੈ। ਸੋ ਜਾਂ ਤਾਂ ਤੁਸੀਂ ਆਪਦੇ ਬੱਚੇ ਨੂੰ ਕਾਰੋਬਾਰ ਦੀ ਪੜ੍ਹਾਈ ਪੜਾ ਲਓ ਤਾਂ ਉਹ ਆਪਣੀ ਦੁਕਾਨ ਵਧੀਆ ਚਲਾ ਲੂਗਾ। ਜੇ ਤੁਸੀਂ ਚਾਹਦੇ ਹੋ ਤੁਹਾਡਾ ਬੱਚਾ ਬਹੁਤ ਵਧੀਆ ਇੰਟੈਲੀਜੈਂਟ ਅਫਸਰ ਬਣੇ, ਨੌਕਰੀ ਕਰੇ ساری ਜ਼ਿੰਦਗੀ ਫਿਰ ਤੁਸੀਂ ਸਿਰਫ ਕੰਪਿਊਟਰ ਦੀ ਪੜ੍ਹਾਈ ਪੜਾਣੀ ਹੈ। ਹੂੰ। ਔਰ ਕੰਪਿਊਟਰ ਦੀ ਪੜ੍ਹਾਈ 'ਚ ਹਜ਼ਾਰ ਤਰ੍ਹਾਂ ਦੀ ਪੜ੍ਹਾਈ ਹੈ। ਤੁਹਾਡੇ ਹਿਸਾਬ ਨਾਲ ਕਿਹੜੀ ਪੜ੍ਹਾਈ ਪੜਾਣੀ ਚਾਹੀਦੀ? ਨਿਊਰਲ ਨੈਟਵਰਕ ਨਵੀਂ ਪੜ੍ਹਾਈ ਆ ਗਈ ਜੀ ਉਹ ਕੀ ਆ ਉਹ ਇੱਕ ਵਾਲਜਾ ਲਾਉਂਦੇ ਭਾਜੀ ਦਿਮਾਗ ਦੇ ਵਿੱਚ ਇੱਥੇ ਇੱਕ ਚਿਪ ਲਾ ਦੇਣੀ ਉਹਨਾਂ ਨੇ ਉਹ ਗਿਆ ਤੁਸੀਂ ਕੰਪਿਊਟਰ ਚਾਲੂ ਕਰੋਗੇ ਇਲੀਨ ਬਸ ਕਰੇ ਕੱਢੀ ਆ ਕਾਰਡ ਪੂਰੀ ਦੁਨੀਆ ਇੱਧਰ ਸਰਚ ਕਰਦੀ ਵੀ ਇਹ ਨਹੀਂ ਸੱਚੀ ਅੱਜ ਭਾਜੀ ਆਲਰੇਡੀ ਪੜਾਈਆਂ ਸ਼ੁਰੂ ਹੋ ਗਈਆਂ ਇਹ ਕੀ ਆ ਇਹ ਦੱਸੋ ਇਹਦੇ ਬਾਰੇ ਕੁਝ ਆ ਚੈਟ ਜੀ ਪੀ ਟੀ ਨੂੰ ਹਜ਼ਾਰ ਗੁਣਾ ਕਰ ਲਓ ਅੱਗੇ ਲੈ ਜਾਓ ਜੀ ਅੱਛਾ ਜੀ ਚਾਟ ਜੀਪੀਟੀ ਨੂੰ 1000 ਗੁਣਾ ਲੈ ਜਾਓ ਅੱਗੇ ਉਸ ਲੈਵਲ ਤੇ ਜਾ ਕੇ ਇਹ ਹੀ ਲੜਨਾ ਮਤਲਬ ਤੇ ਚਿੱਪ ਲੱਗ ਗਈ ਤੇ ਤੁਸੀਂ ਐਜੂਕੇਟਿਡ ਹੋ ਪਈਆਂ ਗੂਗਲ ਤੇ ਚੀਜ਼ਾਂ ਬਣੀਆਂ ਪਈਆਂ ਤੁਸੀਂ ਐਜੂਕੇਟਿਡ ਹੋਗੇ ਜਿੱਥੇ ਚਿੱਪ ਲੱਗ ਗਈ ਨਹੀਂ ਪਾਜੀ ਕਵਾਲ ਜੀ ਡਿਵਾਈਸ ਹੁਣੀ ਸਿਰ ਦੇ ਵਿੱਚ ਲੱਗ ਜਾਣੀ ਉਹਨੂੰ ਨਿਊਰਲ ਕਹਿੰਦੇ ਨਿਊਰਲ ਨੈਟਵਰਕ ਤੇ ਉਹਦੇ ਨਾਲ ਤਾਂ ਨੋਲੇਜ ਮਿਲ ਜਾਣੀ ਆਪਾ ਜੀ ਜਦ ਕੰਪਿਊਟਰ ਹੀ ਬਣ ਗਿਆ ਨਾ ਤੁਸੀਂ ਜਿੰਨਾ ਮਰਜ਼ੀ ਤੁਹਾਡਾ ਐਪ ਪੈ ਜਾਣੀ ਨਾਲ ਜੋ ਮਰਜ਼ੀ ਖੇਢੀ ਜਾਓ ਵੈਸੇ ਮੈਂ ਪਹਿਲਾਂ ਸੋਚਦਾ ਹਾਂ ਕਿ ਇਹ ਕਿੱਥੋਂ ਹੋਣਾ ਪਰ ਜੋ ਜੋ ਸਾਇੰਸ ਤਰੱਕੀ ਕਰ ਰਹੀ ਹੈ ਇਹ ਹੋ ਗਿਆ ਪਾਜੀ ਫੋਨ ਆ ਗਿਆ ਟੈ ਉਸਾ ਸੈਟਲਾਈਟ ਨਾ ਚੱਲਦਾ ਇੰਟਰਨੈਟ ਵੀ ਫੋਨ ਵੀ ਸੈਟਲਾਈਟ ਨਾਲ ਹੀ ਚੱਲਦਾ ਆਪਲ ਉਪਲ ਦਾ ਖਤਮ ਹੈ ਹੋਰ ਥੋੜੀ ਥੋੜੀ ਦੇਰ ਦੀ ਖੇਡ ਹੈ 100 ਡਾਲਰ ਦਾ ਭਾਜੀ ਫੋਨ ਕੱਢਿਆ ਅਗਲੇ ਨੇ 100 ਡਾਲਰ ਦਾ ਫੋਨ ਕੋਈ ਇੰਟਰਨੈਟ ਨਹੀਂ ਚਾਹੀਦਾ ਉਹਨੂੰ ਕੋਈ ਉਹਨੂੰ ਨੈਟਵਰਕ ਚਾਹੀਦਾ ਹੀ ਨਹੀਂ ਉਹਨੂੰ ਚੱਲਣਾ ਹੀ ਸੈਟਲਾਈਟ ਨਾਲ ਅੱਛਾ ਭਾਜੀ ਮੈਂ ਇੱਕ ਪਰਸਨਲ ਸਵਾਲ ਪੁੱਛ ਲਗਾ ਬਹੁਤ ਹੋ ਗਏ ਤੁਹਾਡੇ ਬਾਹਰ ਭੇਜਣ ਵਾਲੇ ਸਵਾਲ ਮੈਂ ਜਦੋਂ ਕਾਲਜ ਪੜ੍ਹਦਾ ਸੀ ਨਾ ਤੁਹਾਡੇ ਵੀਡੀਓਜ਼ ਦੇਖਦਾ ਸੀਗਾ ਤੁਸੀਂ ਗੱਡੀ ਚੋਂ ਨਿਕਲ ਕੇ ਬਾਹਰ ਲਾਈਵ ਹੁੰਦੇ ਸੀ ਬਾਹਰ ਜਾਓ ਬਾਹਰ ਜਾਓ ਤੁਸੀਂ ਉਦੋਂ ਵੀ ਭਾਰੇ ਸੀ ਅੱਜ ਵੀ ਭਾਰੇ ਹੋ ਤੁਸੀਂ ਇੰਨੇ ਪੈਸੇ ਦੇ ਨਾਲ ਸਿਹਤ ਤੇ ਕੰਮ ਕਿਉਂ ਨਹੀਂ ਕੀਤਾ ਨਹੀਂ ਭਾਜੀ ਫੇ ਇੱਕੋ ਚੀਜ਼ ਹੋਣੀ ਨਾ ਜੇ ਕੰਮ ਕਰਨਾ ਹੈ ਸਿਹਤ ਨਾਲ ਪਰ ਤੁਸੀਂ ਪੈਸਾ ਹੰਡਾਉਂਗੇ ਕਿਵੇਂ ਆਪਣਾ ਜੇ ਤੁਸੀਂ ਬੜਾ ਵਧੀਆ ਭਾਜੀ ਹੈਲਦੀ ਫਿਟਨੈਸ ਨਹੀਂ ਹੈਗੀ ਰੋਜਾ ਡਾਨੇ ਵੀ ਭਾਜੀ ਇਹਦਾ ਪਛਾਣ ਹੁੰਦੀ ਨਾ ਜੀ ਬੰਦੇ ਦੀ ਤੁਸੀਂ ਦੇਖੋ ਜਿੰਨਾ ਵੀ ਬੰਦਾ ਮੋਟਾ ਹੋਊਗਾ ਨਾ ਫਿਰ ਉਹ ਰੱ ਭਲੇ ਤੁਸੀਂ ਹੈਲਥ ਦਾ ਸ਼ੌਂਕ ਹੈ ਨਹੀਂ ਤੁਹਾਨੂੰ ਨਹੀਂ ਭਾਜੀ ਬੜਾ ਸ਼ੌਂਕ ਹੈ ਮੈਂ ਵੀ ਹੈਲਦੀ ਚੀਜ਼ਾਂ ਖਾਣਾ ਮੈਂ ਵੀ ਕਦੇ-ਕਦੇ ਆਵਾ ਕਾਡੂ ਖਾਣਾ ਜੀ ਚੱਡਿ ਗੇਟ ਰਹੀਦਾ ਮਿਲਦੀਆਂ ਉੱਥੇ ਸਾਰੀ ਹੈਲਦੀ ਚੀਜ਼ਾਂ ਬਟ ਸਵਾਦ ਤਾਂ ਪਰੌਂਠੇ ਦੀ ਹੈ ਨਾ ਜੀ ਅੱਜ ਤੁਹਾਡਾ ਏਜੰਟ ਜਦੋਂ ਕੋਈ ਬਹੁਤ ਪੈਸਾ ਕਮਾ ਲੈਂਦਾ ਉਹ ਇਨਵੈਸਟ ਕਿੱਥੇ ਕਰਦਾ ਤੁਸੀਂ ਕਿੱਥੇ ਕੀਤਾ ਇਨਵੈਸਟ ਹੋਰ ਸੈਕੰਡ ਇਨਕਮ ਸੋਰਸ ਤੁਹਾਡਾ ਹੈਗਾ ਕੋਈ ਨਹੀਂ ਕਿੰਕਮ ਕਮਗਾਦੀ ਭਾਜੀ ਬਸ ਇੱਥੇ ਈ ਕੋ ਕੰਮ ਹੀ ਕਰਨਾ ਜੀ ਜਿਹੜੇ ਲੋਕ ਜ਼ਿਆਦਾ ਇਨਕਮ ਸੋਰਸ ਬਣਾਉਂਦੇ ਹਨਾ ਜੀ ਫਿਰ ਉਹ ਖਤਮ ਹੋ ਜਾਂਦੇ ਆ ਹੂੰ ਹੁਣ ਤੁਹਾਡੇ ਕੀ ਸਾਰੀ ਜ਼ ਹੋਣ ਅੱਜ ਤੁਸੀਂ ਦੁਬਾਰਾ ਫੇਰ ਹਰੀ ਵੀ ਨਹੀਂ ਬਣ ਥੋੜੀ ਚੱਲ ਜਾਓਗੇ ਹਾਂ ਹੁਣ ਸਾਰੀ ਜ਼ਿੰਦਗੀ ਲਾ ਕੇ ਮੈਂ ਇੱਕੋ ਕੰਮ ਸਿੱਖਿਆ ਤੇ ਮੈਨੂੰ ਤਾਂ ਵੀਜ਼ਾ ਲਵਾਉਣਾ ਹੁੰਦਾ ਮੈਂ ਤਾਂ ਕਿਸੇ ਦਾ ਵੀ ਲਵਾ ਸਕਦਾ ਕੋਈ ਵੀ ਬੰਦਾ ਜੀ ਹਰ ਸਾਲ 25 ਤੋਂ 50 ਬੰਦੇ ਅਸੀਂ ਪ੍ਰਵਾਸੀ ਭੇਜਦੇ ਪਏ ਆ ਜਿਹੜੇ ਪ੍ਰਵਾਸੀ ਮਜ਼ਦੂਰ ਇੱਥੇ ਆ ਕੇ ਮਜ਼ਦੂਰੀ ਕਰਦੇ ਨੇ ਠੇਕੇਦਾਰ ਬਣ ਜਾਂਦੇ ਨੇ ਮਿਸਤਰੀ ਬਣਦੇ ਨੇ ਅੱਜ ਉਹਨਾਂ ਦੇ ਨਿਆਣੇ ਵੀ ਬਾਹਰ ਜਾ ਰਹੇ ਉਹ ਕਿੱਦਾਂ ਭੇਜ ਰਹੇ ਹੋ ਤੁਸੀਂ ਜਿੱਦਾਂ ਭਾਜੀ ਬਾਕੀ ਨੂੰ ਭੇਜ ਦ ਹੁਣ ਕਮੀ ਤਕਰੀਬਨ ਬੰਦੇ ਨੂੰ ਕਿੰਨੇ ਰੁਪਏ ਚ ਭੇਜਦੇ ਹਾਂ 프리 ਭੇਜਦੇ ਹਾਂ ਭਾਜੀ ਜਿੰਨੇ ਕਿ ਕੋ ਹੈਗੇ ਜਿੰਨੇ ਉਹਦੇ ਤੁਹਾਨੂੰ ਫਾਇਦਾ ਕੀ ਹੈ ਚਲੋ ਇਹ ਤਾਂ ਔਨ ਕੈਮਰਾ ਹੋ ਗਿਆ ਭਾਜੀ 10 ਕਰੋੜ ਰੁਪਈਆ ਸਾਨੂੰ ਇੱਕ ਬੰਦੇ ਕੋ ਵੱਜ ਜਾਂਦਾ ਜੀ ਸੱਚੀ ਭਾਜੀ 10 ਜਾ ਰਹੇ ਤੁਹਾਡਾ ਗੱਲ ਕਰਕੇ ਘੱਟੋ ਘੱਟ 10 ਮੈਨੂੰ ਲੋਕਾਂ ਦਾ ਤਾਂ ਨਹੀਂ ਪਤਾ ਪਰ 10 ਕਰੋੜ ਰੁਪਈਆ ਜਦੋਂ ਕਿਸੇ ਬੰਦੇ ਨੂੰ ਦਿਓ ਉਹਨੂੰ ਜਿੰਨੀ ਕੁ ਖੁਸ਼ੀ ਹੋਣੀ ਹੈ ਨਾ ਐਨੀ ਕੁ ਖੁਸ਼ੀ ਮੈਨੂੰ ਇੱਕ ਗਰੀਬ ਬੰਦੇ ਨੂੰ ਭੇਜ ਕੇ ਹੋ ਜਾਂਦੀ ਹੈ ਭਾਜੀ ਇਹ ਗਰੀਬ ਬੰਦੇ ਦਾ ਆਈਡੀਆ ਕਿੱਥੋਂ ਆਇਆ ਤੁਹਾਡੇ ਦਿਮਾਗ 'ਚ ਭਾਜੀ ਤੁਹਾਨੂੰ ਕਪਣੇ ਆਪ ਚੀਜ਼ਾਂ ਕਈ ਵਾਰੀ ਚੱਲ ਕੇ ਆਂਦੀਆਂ ਆ ਤੁਹਾਡੇ ਕੋ ਪਿਛਲੇ ਸਾਲ ਦੀ ਗੱਲ ਹੈ ਮੇਰੇ ਪਿਤਾ ਜੀ ਦਾ ਸਵਰਗਵਾਸ ਹੋ ਗਿਆ ਸੀ ਉਹਨਾਂ ਦਾ ਕਿਰਿਆ ਕਰਮ ਕੀਤਾ ਹਰਦਵਾਰ ਗਿਆ ਲੋਕਾਂ ਨੂੰ ਮਿਲਿਆ ਸਾਧੂ ਮਹਤਵਾਂ ਨੂੰ ਜਦੋਂ ਕਹਿੰਦੇ ਬਾਪ ਚਲੇ ਜਾਂਦਾ ਨਾ ਉਦੋਂ ਬੰਦੇ ਨੂੰ ਪਤਾ ਲੱਗਦਾ ਯਾਰ ਇਹ ਤਾਂ ਹੁਣ ਸਾਰੀਆਂ ਜ਼ਿੰਮੇਵਾਰੀਆਂ ਮੇਰੇ ਸਿਰ ਪੈ ਗਈਆਂ ਜਦੋਂ ਕੋਈ ਚੀਜ਼ ਤੁਹਾਡੀ ਖਵਾ ਜਾਂਦੀ ਨੇ ਫਿਰ ਤੁਸੀਂ ਉਹਦੇ ਲਈ ਤਰਸਦੇ ਹੋ ਤੇ ਮੈਨੂੰ ਲੱਗਾ ਯਾਰ ਕੀ ਇਕੱਲੇ ਜੇ ਰਹਿ ਗਏ ਆ ਕੀ ਕਰਾਂਗੇ ਥੋੜਾ ਜਿਹਾ ਧਾਰਮਿਕ ਹੋਇਆ ਤਦ ਰਮਲੇ ਪਾਛੇ ਗਿਆ ਤਾਂ ਰਮਪਣਾ ਸ਼ੁਰੂ ਕੀਤਾ ਸਮਝ ਲੱਗੀ ਯਾਰ ਜਿਹੜਾ ਥੈਂਕਸ ਵਗੈਰਾ ਰੱਬ ਦਾ ਉਹ ਕਰਨਾ ਜ਼ਰੂਰੀ ਹੈ ਜਿਹੜੀ ਚੀਜ਼ ਮਿਲ ਗਈ ਨਾ ਤੈਨੂੰ ਉਹਦੇ ਲਈ ਥੈਂਕਸ ਕਰ ਐਵੇਂ ਲੰਬੀ ਦੌੜ ਚ ਨਾ ਭੱਜੀ ਜਾ ਇੱਕ ਬੰਦੇ ਨੂੰ ਜ਼ਿੰਦਗੀ ਜੀਣ ਲਈ ਜੋ ਚਾਹੀਦਾ ਹੁੰਦਾ ਨਾ ਉਹਦੇ ਨਾਲੋਂ ਵੱਧ ਕੇ ਮੈਨੂੰ ਦੇ ਦਿੱਤਾ ਸੀ ਪ੍ਰਭਾਨਤਵਾ ਨੇ ਮੈਂ ਫਿਰ ਭੱਜੀ ਜਾਂਦਾ ਸੀ ਭੱਜੀ ਜਾਂਦਾ ਸੀ ਪਾਪਾ ਤੋਂ ਪਹਿਲਾਂ ਹਾਂਜੀ 2015 ਦੇ ਵਿੱਚ ਮੈਨੂੰ ਜੋ ਜ਼ਿੰਦਗੀ ਚਾਹੀਦਾ ਸੀ ਮੈਂ ਮਿਲ ਗਿਆ ਸੀ ਮੈਨੂੰ ਆਲਰੇਡੀ ਅੱਜ ਫਿਰ ਦੌੜ ਲਾਈ ਯਾਰੇ ਲਾਈ ਜਾ ਰਹੇ ਹਾਂ ਸਾਨੂੰ ਪਤਾ ਹੀ ਨਹੀਂ ਅਸੀਂ ਪੈਸੇ ਕਮਾ ਕੇ ਹੋ ਰਹੇ ਆ ਮੈਂ ਜਦੋਂ ਹੋਸ਼ ਸੰਭਾਲੀ ਕੁਛ ਨਹੀਂ ਸੀਗਾ ਸਾਡੇ ਕੋ ਤਰਸੇ ਸੀਗੇ ਹਰ ਚੀਜ਼ਾਂ ਲਈ ਇੱਕ ਘਰ ਚਾਹੀਦਾ ਹੁੰਦਾ ਰਹਿਣ ਨੂੰ ਮੇਰੇ ਕੋਲ ਚਾਰ ਨਹੀਂ ਬਾਜੀ ਇੱਕ ਗੱਡੀ ਚਾਹੀਦੀ ਹੁੰਦੀ ਚਲਾਣ ਨੂੰ ਮੇਰੇ ਕੋਲ 10 ਨੇ ਜੋ ਵੀ ਜ਼ਿੰਦਗੀ ਦੇ ਵਿੱਚ ਚਾਹੀਦਾ ਸੀਗਾ ਮੈਨੂੰ 10 ਗੁਣਾ ਪ੍ਰਮਾਤਮਾ ਨੇ ਦੇ ਦਿੱਤਾ ਮੈਂ ਫਿਰ ਦੌੜ ਚ ਹੀ ਲੱਗਾ ਜੀ ਸਵੇਰੇ ਸ਼ਾਮ ਜਦੋਂ ਮੈਂ ਦੇਖਿਆ ਮੈਂ ਆਪਣਾ ਬਾਪ ਹੀ ਨਹੀਂ ਬਚਾ ਸਕਿਆ ਜਦੋਂ ਮੇਰੇ ਜੰਮਣ ਵਾਲਾ ਹੀ ਚਲਾ ਗਿਆ ਤੇ ਮੈਂ ਤਾਂ ਜਿੰਦੇ ਜੀ ਮਰ ਗਿਆ ਭਾਜੀ ਹੁਣ ਮੈਂ ਕਰਾਂਗੀ ਮੈਂ ਰੋਈ ਜਾ ਰਹੀ ਆ ਮੈਂ ਡਿਪਰੈਸ਼ਨ 'ਚ ਆ ਮੈਂ ਮੰਦਿਰ ਜਾਣਾ ਸ਼ੁਰੂ ਕੀਤਾ ਮੈਂ ਨਿਤਨੇਮ ਸ਼ੁਰੂ ਕੀਤਾ ਮੈਂ ਆਪਣੇ ਗੁਰੂ ਮਹਾਰਾਜ ਕੋ ਗਿਆ ਗੁਰੂ ਜੀ ਨੂੰ ਪੁੱਛਿਆ ਜੀ ਮਹਾਰਾਜ ਜੀ ਇਦਾਂ ਕਿਉਂ ਹੁੰਦਾ ਆ ਵਾ ਕਹਿੰਦੇ ਪੁੱਤਰ ਉਹਦੀ ਜਿੰਨੀ ਲਿਖੀ ਸੀ ਨਾ ਉਹ ਕੱਟ ਗਿਆ ਹੁਣੇ ਜ਼ਿੰਮੇਵਾਰੀ ਤੇਰੇ ਤੇ ਆ ਤੂੰ ਕਿਸੇ ਤਰੀਕੇ ਸੰਭਾਲ ਚੀਜ਼ਾਂ ਨੂੰ ਜਿੰਨਾ ਕਿ ਜ਼ਿਆਦਾ ਮੈਂ ਡਿਵੋਸ਼ਨਲ ਵਾਲੇ ਪਾਸੇ ਹੁਆ ਹੋਇਆ ਮੈਨੂੰ ਸਮਝ ਲੱਗੀ ਥੋੜੀ ਜੀ ਕਿ ਯਾਰ ਉਧਰੋਂ ਕਾਰੋਬਾਰ ਡਾਊਨ ਕੰਮ ਨਹੀਂ ਚੱਲਦਾ ਪਿਆ ਜਦੋਂ ਦੀ ਖੇਡਣਾ ਛੱਡ ਦਿੰਦੇ ਉਹਨਾਂ ਨਾਲ ਦੇ ਖੇਡਣ ਵਾਲੇ ਅੱਗੇ ਲੰਘ ਜਾਂਦੇ ਅਸੀਂ ਖੇਡਣਾ ਛੱਡਤਾ ਵਪਾਰ ਥੱਲੇ ਆ ਗਿਆ ਅਲਟੀਮੇਟਲੀ ਪਰਮਾਤਮਾ ਵਾਲੇ ਪਾਸੇ ਜੁੜਿਆ ਆਇਆ ਸੀਗਾ ਉਧਰੋਂ ਹੀ ਕੋਈ ਲੋਜ ਹੀ ਲੱਗੀ ਕਿ ਯਾਰ ਗਰੀਬ ਬੰਦੇ ਦਾ ਕੰਮ ਸ਼ੁਰੂ ਕਰੀਏ ਜਿਨ੍ਹਾਂ ਕਾਲਜਾਂ ਨਾਲ ਕੰਮ ਕਰਦੇ ਸੀਗੇ ਜਿਨੂੰ ਹਰ ਸਾਲ 100 ਬੰਦਾ ਦਿੰਦੇ ਸੀਗੇ ਉਹਨੂੰ ਕਿਹਾ ਯਾਰ ਅਸੀਂ 4-5 ਫ੍ਰੀ ਭੇਜ ਦਿਆਂਗੇ ਕਹਿੰਦਾ ਜੀ ਤੁਸੀਂ ਸਾਨੂੰ 10 ਬੰਦੇ ਫ੍ਰੀ ਭੇਜ ਦਿਓ ਹਰ ਸਾਲ ਕੋਈ ਤੁਸੀਂ ਸਾਨੂੰ 100 ਦੇ ਪੈਸੇ ਵੀ ਤਾਂ ਦਿੰਦੇ ਹੋ ਨਾ ਤੇ ਕਿਤਨਾ ਕਿਤੇ ਪੂਰੇ ਹੋ ਜਾਂਦੇ ਅਗਲੇ ਦੇ ਪੈਸੇ ਅਸੀਂ ਉਸ ਮੁਹਿਮ ਨਾਲ ਕਿ ਜਿਹੜੇ ਬੰਦੇ ਕੋਲ ਰੁਪਈਆ ਵੀ ਨਹੀਂ ਹੈਗਾ ਯਾਰ ਫ੍ਰੀ ਹੀ ਭੇਜ ਦਿਆਂਗੇ ਫ੍ਰੀ ਭੇਜਣਾ ਕਿੱਦਾਂ ਕਿਉਂਕਿ ਜੱਗੋ ਕਾਲਜ ਵਾਲੇ ਨੇ ਸਾਡੇ ਕੋਲ ਪੈਸੇ ਨਹੀਂ ਲੈਣੇ ਅਣਜਾਣੇ ਚ ਕੀਤਾ ਸੀ ਕਿ ਚੱਲ ਇਸੇ ਬਹਾਨੇ ਮਸ਼ਹੂਰੀ ਹੋ ਜੂਗੀ ਲੋਕ ਜ਼ਿਆਦਾ ਆਣਗੇ ਗਰੀਬ ਦੇ ਨਾਲ ਇੱਕ ਅਮੀਰ ਵੀ ਤੇ ਆਂਦਾ ਨਾ ਜੀ ਦੁਕਾਨ ਵੀ ਚੱਲੂਗੀ ਉਹ ਕਰਦੇ 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 ਹੋਇਆ ਕੀ ਪੈਸਿਆਂ ਵਾਲੇ ਧਾਣੇ ਬੰਦ ਹੋ ਗਏ ਗਰੀਬੀ ਆਣੇ ਸ਼ੁਰੂ ਹੋ ਗਏ ਹੂੰ ਫ੍ਰੀ ਭੇਜੋ ਹਾਂ ਫਿਰ ਨਾ ਸਮਝ ਲੱਗੀ ਕਿ ਚੱਲ ਕੋਈ ਨਹੀਂ ਵੀਜ਼ਾ ਲਵਾਵਾਂਗੇ ਇਹਨਾਂ ਦੇ ਇਹਨਾਂ ਦੀ ਫਿਲਮ ਬਣਾਵਾਂਗੇ ਇਹਨਾਂ ਨੂੰ ਕੈਮਰੇ ਤੇ ਬਿਠਾਵਾਂਗੇ ਹੈਲੋ ਆਪਕੋ ਕਿਹਦਾ ਲੱਗ ਰਹਾ ਹੈ ਵਿਨੇਹਰੀ ਨੇ ਆਪਕਾ ਵੀਜ਼ਾ ਬੋਲੋ ਵਿਨੇਹਰੀ ਜੈ ਹੰਦਾਬਾਦ ਹਰ ਬੰਦਾ ਮਸ਼ਹੂਰੀ ਕਰਦਾ ਦੇਖਦੇ ਨੇ ਕਲੀਅਰ ਹੋ ਯਾਰ ਭਾਜੀ ਮੈਂ ਭਾਜੀ ਮੈਂ ਹੁਣ ਇੱਥੇ ਵੀ ਮੈਂ ਜਦੋਂ ਭਾਜੀ ਨਾਲ ਬੈਠਾ ਨਾ ਪੋਡਕਾਸਟ ਤੋਂ ਘੰਟਾ ਪਹਿਲਾਂ ਮੈਂ ਕਿਹਾ ਯਾਰ ਬੰਦਾ ਮਤਲਬ ਕੈਮਰਾ ਔਨ ਹੁੰਦੀ ਸਕ੍ਰਿਪਟਿਡ ਤੇ ਆ ਜਾਏ ਜੀ ਭਾਜੀ ਹੁਣ ਦੇਖੋ ਹਰ ਬੰਦਾ ਚਾਹਦਾ ਕਿ ਮੇਰਾ ਨਾਮ ਤੇ ਵੀ ਨਾਰਾ ਲੱਗੇ ਜਿੰਦਾਬਾਦ ਹੋਵੇ ਮੇਰੀ ਵੀ ਮੰਨੇ ਨਾ ਮੰਨੇ ਚਾਹਦਾ ਹਰ ਬੰਦਾ ਚਾਹਦਾ ਮੇਰੀ ਤਾਰੀਫ ਹੋਵੇ ਤੇ ਅਸੀਂ ਉਹ ਸੋਚ ਕੇ ਜੀ ਲੋਕਾਂ ਦੇ ਫਰੀਜ਼ ਵੀ ਜੇ ਲਵਾਉਣੇ ਸ਼ੁਰੂ ਕਰਤੇ ਹੁਣ ਅਸੀਂ ਇਹ ਕੰਮ ਸਤੰਬਰ ਅਕਤੂਬਰ ਚ ਸ਼ੁਰੂ ਕੀਤਾ ਜਾਣਾ ਸਾਰਿਆਂ ਨੇ ਜਨਵਰੀ ਚ ਜਨਵਰੀ ਚ ਇੰਟੈਗ ਸੀਗਾ ਉਹ ਕਰਦੇ 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 ਪੈਸ਼ਨ ਵਾਲੇ ਘਟਾਏ ਫਰੀ ਵਾਲੇ ਜਿਆਦਾ ਆ ਗਏ ਅਸੀਂ 150 ਫਾਈਲ ਲਾਈ ਸਾਨੂੰ 150 ਵੀਜ਼ਾ ਲੱਗ ਗਿਆ ਉਹ 150 ਚ ਸੋਕ ਤਾਂ ਬਿਲਕੁਲ ਹੀ ਫਰੀ ਵਾਲੇ ਸੀਗੇ ਦੇ ਲੋ 25 30 ਸੀਗੇ ਕਿਸ ਨੇ 50000 ਦੇ ਦਿੱਤਾ ਕਿ ਲੱਖ ਦੇ ਦਿੱਤਾ ਚਲੋ ਸਾਡਾ ਘਰ ਪੂਰਾ ਹੋ ਗਿਆ ਜਿੰਨੇ ਪੈਸੇ ਚਾਹੀਦੇ ਸੀ ਉਹਨੇ ਕਾ ਗਏ ਅਸੀਂ ਇਕੱਠ ਰੱਖ ਲਿਆ ਆਪਣੇ ਦਫਤਰ ਫਰੀ ਸਾਰਿਆਂ ਦਾ ਕੀ ਆਜੋ ਭਾਈ ਸਾਰਿਆਂ ਨੂੰ ਰੋਟੀ ਖਵਾਨੇ ਨਾਲੇ ਸਾਰੇ ਸਾਰੇ ਮੀਡੀਆ ਚੈਨਲ ਵਾਲੇ ਬੁਲਾ ਲੇ ਵੀ ਭਾਈ ਇਹਨਾਂ ਦੀ ਸਾਰਿਆਂ ਦੀ ਪੀਆਰ ਕਰੋ ਹਾਂ ਕੋਈ ਵੀ ਨਹੀਂ ਇਹਨੇ ਵੀ ਚਾਲ ਆਇਆ ਸਾਰੇ ਟੀਵੀ ਚੈਨਲ ਵਾਲੇ ਸਾਦ ਲੇ 150 ਬੰਦਾ ਦਫਤਰ ਚ ਨਾਲ ਉਹਨਾਂ ਦਾ ਮਰਾਪਿਓ ਸਾਰਿਆਂ ਦੇ 3-400 ਬੰਦੇ ਦਾ ਇਕੱਠ ਹੈ ਰੋਟੀ ਪਾਣੀ ਬਣਿਆ ਪਿਆ ਖਾਂਦੇ ਪੀਏ ਲੋਕੀ ਮੈਂ ਵੀ ਨਵਾਂ ਕੋਟ ਪਿੰਡ ਪਾਇਆ ਸਵਾਗਤ ਕਿਚਾਲਾ ਅੱਜ ਫਿਲਮਣਾ ਮੰਗੇ ਸਾਰਿਆਂ ਨਾਲ ਲੋਕਾਂ ਨੂੰ ਬਿਠਾ ਕੇ ਫੋਟੋਆਂ ਖਿਚਾਣੀਆਂ ਸ਼ੁਰੂ ਕੀਤੀਆਂ ਲੋਕਾਂ ਦਾ ਥੈਂਕਸ ਕੀਤਾ ਉਸ ਦਿਨ ਮੈਂ ਜਿਨ੍ਹਾਂ ਲੋਕਾਂ ਨੂੰ ਮਿਲਿਆ ਕਿਉਂਕਿ ਜਦੋਂ ਵੀਜ਼ਾ ਲਵਾਣਾ ਹੁੰਦਾ ਨਾ ਹਰ ਬੰਦਾ ਮੈਨੂੰ ਨਹੀਂ ਮਿਲਦਾ ਉਹ ਕਾਰੋਬਾਰ ਥੋੜਾ ਜਿਹਾ ਜ਼ਿਆਦਾ ਸਾਡਾ ਵੱਡਾ ਸਾਡੇ ਕੋਲ ਜ਼ਿਆਦਾ ਗਾਹਕ ਆਉਂਦੇ ਮੈਂ ਆਪ ਮਿਲਦਾ ਨਹੀਂ ਘੱਟ ਮਿਲਦਾ ਲੋਕਾਂ ਨੂੰ ਮੈਂ ਉਦੋਂ ਮਿਲਦਾ ਜਦੋਂ ਵੀਜ਼ਾ ਲੱਗ ਜਾਂਦਾ ਕਿਉਂਕਿ ਫਿਲਮ ਬਣਾਣੀ ਹੁੰਦੀ ਐ ਅਸੀਂ ਪਹਿਲਾਂ ਨਹੀਂ ਮਿਲਦਾ ਘੱਟ ਮਿਲਦਾ ਤੇ ਮੈਨਾ ਫੋਟੋ ਖਚਾਣੀ ਹੁੰਦੀ ਲੋਕਾਂ ਨੇ ਮੈਂ ਵੀ ਖਚਾਣੀ ਹੁੰਦੀ ਐ ਨਾ ਕੀ ਇੱਕ ਹੋਰ ਬਦਤਾ ਮੈਂ ਉਹ ਫੋਟੋ ਖਚਾਣ ਵਾਸਤੇ ਜਦੋਂ ਲੋਕਾਂ ਨੂੰ ਮਿਲਿਆ ਭਾਜੀ ਮੇਰੇ ਰੋਂਗਟੇ ਖੜੇ ਹੋ ਗਏ ਮੈਨੂੰ ਭਗਵਾਨ ਨਜ਼ਰ ਆਵੇ ਹਰ ਬੰਦੇ 'ਚ ਐਸਾ ਕੀ ਹੋਇਆ ਭਾਜੀ ਬੰਦੇ ਨੂੰ ਦੇਖਾਂ ਉਹਨਾਂ ਦੇ ਕੱਪੜੇ ਦੇਖਾਂ ਤੇ ਵੀਜ਼ਾ ਲੱਗ ਕੈਨੇਡਾ ਦਾ ਤੇ ਯਾਰ ਇਹ ਤਾਂ ਕੱਪੜੇ ਹੀ ਪੁਰਾਣੇ ਪਾਏ ਨੇ ਤੇ ਕੱਪੜੇ ਫਟੇ ਹੋਏ ਆ ਦੀ ਦਾ ক্রীਦਾ ਇਹਾਈ ਨਹੀਂ ਸੀ ਸਕਦੇ ਚਲੋ ਮੈਂ ਕੈਮਰਾਮੈਨ ਨੂੰ ਕਿਹਾ ਮੈਂ ਕਿਹਾ ਜੀ ਕੈਮਰਾ ਔਨ ਕਰੋ ਆਪਾਂ ਵੀ ਨੇਰ ਸਟਾਈਲ ਚਾਹੀਏ ਬੰਦਰ ਹਖਲਾ ਰਿਹਾ ਮੈਂ ਕਿਹਾ ਜੀ ਦੇਖੋ ਆਪਕਾ ਵੀਜਾ ਨਹੀਂ ਲੱਗ ਸਕਤਾ tha ਆਪਕਾ ਐਸਾ tha ਆਪਕਾ ਐਸਾ tha ਤੋ ਅਬ ਬਤਾਈਏ ਆਪਕੋ ਲਗਤਾ ਦਾ ਵੀਜਾ ਲੱਗ ਜਾਏਗਾ ਜਿਦਾ ਕਪਲ ਸ਼ਰਮਾ ਜੀ ਕਹਿੰਦੇ ਆਪਣੇ ਸ਼ੋ ਜੀ ਕਿ ਤੁਹਾਨੂੰ ਲੱਗਦਾ ਕਿ ਮੈਂ ਅਨਮੋਲਕ ਵਾਤਰਾ ਕੋਹਾ ਸਕਦਾ ਸੀ ਆਮ ਥੈਂਕਫੁਲ ਕਿ ਤੁਹਾਡੀ ਟੀਮ ਨੇ ਤੁਹਾਡੀ ਟੀਮ ਤੁਸੀਂ ਮੈਨੂੰ ਇਹਨਾਂ ਪਿਆਰ ਦਿੱਤਾ ਮੈਨੂੰ ਸਿਗਾ ਕਿ ਜਦੋਂ ਮੈਂ ਸੈ layak ਸਿਗਾ ਨਹੀਂ ਚਲੋ ਤੁਸੀਂ ਮੈਨੂੰ अरे ਨਹੀਂ 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 ਅਕਸਰ ਅਕਸਰ ਮੈਨੂੰ ਲੋਕ ਮਾੜਾ ਹੀ ਸਮਝਦੇ ਆ ਚਲੋ ਤੁਸੀਂ ਆਪਣਾ ਵਰਜਨ ਦੱਸੋ ਹੋਇਆ ਕੀ ਭਾਜੀ ਮੈਂ ਪਹਿਲਾ ਬੰਦਾ ਆਪਣੇ ਨਾਲ ਖੜਾ ਕੀਤਾ ਇੱਕ ਲੇਡੀ ਉਮਰ ਹੋਣੀ ਹੈ 50 ਸਾਲ ਉਹਦੀ ਸਿਰ ਤੇ ਚੁੰਨੀ ਉਹਦੀ ਕਸਿਆਇਆ ਸੂਟ ਪਾਇਆ ਮਾਤਾ ਜੀ ਨੇ ਕਾਫੀ ਪੁਰਾਣੇ ਕੱਪੜੇ ਸੀ ਉਹਨਾਂ ਨੇ ਗਲੇ 'ਚ ਉਹਨਾਂ ਨੇ ਉਹ ਸ੍ਰੀ ਸਾਹਿਬ ਪਾਇਆ ਹੋਇਆ ਜੀ ਗੁਰਸਿੱਖ ਸੀਗੇ ਉਹਨਾਂ ਦੀ ਕੁੜੀ ਦਾ ਸਾਡੇ ਕੋਲ ਵੀਜ਼ਾ ਲੱਗਾ। ਬਾਬੇ ਬਕਾਲੇ ਜਾਂ ਬਿਆਸ ਦੇ ਆਸ-ਪਾਸ ਦੇ ਰਹਿਣ ਵਾਲੇ ਸੀ ਜ਼ਿਲ੍ਹਾ ਅੰਮ੍ਰਿਤਸਰ ਸੀ ਉਹਨਾਂ ਦਾ। ਮੈਂ ਕਿਹਾ ਮਾਤਾ ਜੀ ਕਿੱਦਾਂ ਲੱਗ ਰਿਹਾ ਤੁਹਾਨੂੰ? ਮੇਰੀ ਅੱਖਾਂ ਚੱਕਾ ਬੰਦ ਹਾਂ ਬਹੁਤ ਵਧੀਆ ਲੱਗ ਰਿਹਾ। ਮੈਂ ਕਿਹਾ ਯਾਰ ਇਹਨੂੰ ਥੈਂਕਫੁਲ ਹੋਣਾ ਚਾਹੀਦਾ ਹੈ। ਮੈਂ ਮਨਚ ਸੋਚਾਂ। ਮੈਂ ਕਿਹਾ ਜੀ ਤੁਹਾਨੂੰ ਲੱਗਦਾ ਸੀ ਵੀਜ਼ਾ ਲੱਗ ਜਾਣਾ ਸੀ? ਕਹਿੰਦੇ ਹਾਂ ਲੱਗਦਾ ਸੀ ਲੱਗ ਜਾਣਾ ਸੀ। ਕਹਿੰਦੇ 100% ਪਤਾ ਸੀ ਮੈਨੂੰ ਵੀਜ਼ਾ ਲੱਗ ਜਾਣਾ ਸੀ। ਮੈਂ ਕਿਹਾ ਹਾਂ। ਉਹ ਨਾਲ ਉਹ ਹੀ ਮਾਤਾ ਕਿਵੇਂ ਉਹਨੇ ਇੰਨੇ ਰੀਤੇ ਬੜਾ ਵਿਸ਼ਵਾਸ ਸੀ ਮੈਂ ਕਿਹਾ ਬਣ ਗਈ ਗੱਲ ਮੈਂ ਕਿਹਾ ਜੀ ਤੁਹਾਨੂੰ ਕਿੱਦਾਂ ਲੱਗਦਾ ਸੀ ਤੁਹਾਡਾ ਵੀਜ਼ਾ ਲੱਗ ਜਾਣਾ ਸੀ ਕਹਿੰਦੀ ਮੇਰੇ ਵਾਈ ਗੁਰੂ ਨੇ ਲਵਾਇਆ ਵੀਜ਼ਾ ਮੈਂ ਕਿਹਾ ਪੁੱਤੋ ਯਾਰ ਤੇਰਾ ਕੋ ਰੋਲ ਨਹੀਂ ਕਰਦੇ ਮਰ ਮਾਤਾ ਜੀ ਉਹ ਕਿਦਾਂ ਜੀ ਕਿਹਾ ਜੀ ਵੀਜ਼ਾ ਜਦ ਮੈਂ ਅਪਲਾਈ ਕੀਤਾ ਨਾ ਫ੍ਰੀਚ ਭੇਜ ਦੇਵੇ ਤੁਹਾਨੂੰ ਕਹਿੰਦੇ ਬੇਟਾ ਮੈਂ ਜਿਸ குரு ਘਰ ਜਾਣੀ ਹੈ ਨਾ ਇਹ ਉਹਨਾਂ ਨੇ ਵੀਜ਼ਾ ਲਵਾਇਆ ਓਏ ਹੋਏ ਮੇਰੇ ਤੁਸੀਂ ਕੀ ਕੰਮ ਕਰਦੇ ਹੋ ਕਿ ਮੈਂ ਕੋਈ ਕੰਮ ਨਹੀਂ ਕਰਦੀ ਮੇਰੇ ਕੋਲ 1.5 ਕਿਲਾ ਜ਼ਮੀਨ ਹੈ ਮੈਂ ਉਹਦੇ 'ਚ ਵਾਈ ਕਰਦੀ ਆ ਓਏ ਹੋਏ ਤੇ ਮੇਰਾ ਹੀ ਫੇਰੇ ਟਿਕਟ ਟੁਕੜ ਤੇ ਪੈਸੇ ਸਾਰਾ ਕੁਝ ਹੀ ਕਿਦਾਂ ਬੱਚਾ ਪੜਾਇਆ ਲਖਾ ਕਿਦਾਂ ਤੁਸੀਂ ਕਹਿੰਦੇ ਮੈਂ ਪਾਥੀਆਂ ਵੇਚ ਕੇ ਪਾਥੀਆਂ ਵੇਚ ਕੇ ਪੈਸੇ ਇਕੱਠੇ ਕਰਕੇ ਬੱਚੇ ਦੀ ਪੜ੍ਹਸਾ ਤਾਰੀਆਂ ਮੇਰੇ ਹੋਰ ਜ਼ਿਆਦਾ ਰੌਂਗਟੇ ਖੜੇ ਹੋ ਗਏ ਯਾਰ ਇੰਨੀ ਗਰੀਬੀ ਹੈ ਅਸੀਂ ਤਾਂ ਭਾਜੀ ਗਰੀਬੀ ਦੇਖੀ ਨਹੀਂ ਸੱਚੀ ਮੈਂ ਮੇਰੇ ਪਾਪਾ ਨੇ ਬੜਾ ਮੈਨੂੰ ਸਪੋਰਟ ਕੀਤਾ ਲਾਈਫ 'ਚ ਮੇਰੇ ਮਾਪਿਓ ਨੇ ਕਦੀ ਮੈਨੂੰ ਭੁੱਖਾ ਨਹੀਂ ਸੌਂ ਦਿੱਤਾ ਜੀ ਅਸੀਂ ਨਹੀਂ ਭਾਜੀ ਉਹ ਗਰੀਬੀ ਦੇਖੀ ਜਿੰਨੀ ਗਰੀਬੀ ਮੈਂ ਆਪਣੇ ਦਫ਼ਤਰ 'ਚ ਉਹ ਨਰੋਗਾਂ ਦੇਖੀ ਕਹਿੰਦੀ ਬੇਟਾ ਇਹ ਵੀਜ਼ਾ ਲੱਗਣਾ ਹੀ ਸੀ ਇਹ ਮੇਰੇ ਪਰਮਾਤਮਾ ਦਾ ਹੁਕਮ ਹੋਇਆ ਸੀ ਮੈਂ ਤਾਂ ਇੱਕ ਦਿਨ ਫੇਸਬੁੱਕ ਤੇ ਐਡ ਦੇ ਕਿ ਤੇਰੀ ਸਾਨੂੰ ਕਿਹਾ ਸਾਨੂੰ ਲੱਗਾ ਮਹਾਰਾਜ ਨੇ ਐਡ ਭੇਜੀ ਹੈ ਮੈਂ ਤਾਂ ਅਗਲੇ ਦਿਨ ਆ ਕੇ ਅਪਲਾਈ ਕਰ ਗਈ ਤੇ ਮੈਂ ਕਹਾ ਜੀ ਕੋਈ ਪੈਸਾ ਨਹੀਂ ਲਿਆ ਸੀ ਤੁਹਾਡੇ ਕੋ ਕਹਿੰਦੇ ਨਹੀਂ ਕੁਝ ਵੀ ਲਿਆ ਪੁੱਤਰ ਤੁਸੀਂ ਤੇ ਮੈਂ ਕਹਾ ਜੀ ਫਿਰ ਸਾਡੇ ਕੋ ਬੰਦੇ ਭੇਜੋਗੇ ਤੁਸੀਂ ਜੀ ਵਾਇਗਰੂ ਭੇਜੂਗਾ ਉਹ ਮੈਂ ਕਹਾ ਯਾਰ ਰਹਿਣ ਦੇ ਵੀਡੀਓ ਕੰਮ ਨਹੀਂ ਆਣੀ ਗਏ ਮੈਂ ਚਲੋ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਆ ਤੁਹਾਡਾ ਫੋਟੋ ਆਓ ਖਿਚੀਏ ਉਹਨਾਂ ਨੇ ਕਿਹਾ ਫੋਟੋ ਖਚਾਈ ਪਾਸਪੋਰਟ ਦਿੱਤਾ ਗੱਲ ਆਈ ਗਈ ਹੋ ਗਈ ਮੈਂ ਕਹਾ ਯਾਰ ਇਹ ਬਨੀ ਕੁਮਾਰ ਕੰਮ ਖਰਾਬ ਹੋ ਗਿਆ ਮੈਂ ਦੂਜਾ ਬੰਦਾ ਫੜਿਆ ਮੈਂ ਕਹਾ ਜੀ ਆਪ ਕਹਾਂ ਸੇ ਕਹਦੇ ਜੀ ਹਮ ਆਏ ਹਾਂ ਕੈਥਲ ਸੇ ਦੋ ਜੈਂਟਲਮੈਨ ਸੀ ਮੈਂ ਕਿਹਾ ਜੀ ਕੀ ਕੰਮ ਕਰਦੇ ਆਪ ਕਹਿੰਦਾ ਜੀ ਮੈਂ ਚੌਕੀਦਾਰ ਹਾਂ ਪਿੰਡ ਮੈਂ ਆ ਮੈਂ ਕਿਹਾ ਹੁਣ ਬਣੀ ਗੱਲ ਉਹਨੇ ਹਿੜਾਣੇ ਵਾਲੇ ਸਾਰੇ ਆਉਗੇ ਸਾਡੇ ਕੋ ਮੈਂ ਕਿਹਾ ਜੀ ਫੇਰ ਕਿਦਾਂ ਰਹੀ ਜਰਨੀ ਕਹਿੰਦਾ ਜੀ ਜਰਨੀ ਬੜੀ ਵਧੀਆ ਰਹੀ ਮੈਂ ਵੀਜ਼ਾ ਲੱਗ ਗਿਆ ਬੱਚਾ ਜਾ ਰਿਹਾ ਬਾਹਰ ਕਹਿੰਦਾ ਜੀ ਜਾ ਰਿਹਾ ਮੈਂ ਕਿਹਾ ਜੀ ਬੱਚੇ ਦਾ ਨਾ ਕਦੇ ਬੱਚੇ ਦਾ ਨਾ ਸ਼ਗੁਨ ਹੈ ਕੁੜੀ ਦਾ ਨਾ ਸੀ ਸ਼ਗੁਨ ਤੇ ਮੈਂ ਕਿਹਾ ਜੀ ਫੇਰ ਵੀਜ਼ਾ ਤਾਂ ਲੱਗਦਾ ਸੀ ਲੱਗ ਜਾਣਾ ਸੀ ਕਹਿੰਦੇ ਜੀ ਹਾਂਜੀ ਲੱਗਣਾ ਹੀ ਥਾ ਜੀ ਵੀਜ਼ਾ ਮੈਂ ਲਾ ਹੁਣ ਪਤਾ ਨਹੀਂ ਕੌਣ ਆ ਗਿਆ ਉਹ ਵੀ ਜਾਂ ਤਾਂ ਇਹ ਝੂਠ ਬੋਲੂਗਾ ਜਾਂ ਮੇਰੇ ਤਾਂ ਫਾਇਦਾ ਹੀ ਕੋਈ ਨਹੀਂ ਅਭੀ ਜਲਵਾਨ ਦਾ ਮੈਂ ਕਿਹਾ ਜੀ ਕਿਦਾਂ ਲੱਗਦਾ ਸੀ ਤੁਹਾਨੂੰ ਵੀ ਜਲਗ ਜਣਾ ਸੀ ਉਹ ਕਹਿੰਦੇ ਜੀ ਹਮ ਨਾ ਗੁਰੂ ਜੀ ਕੇ ਜਾਤੇ ਆ ਤੇ ਹਮ ਨਾ ਵੀਰੇ ਜੀ ਇਤਨੀ ਤਰੀਕੋ ਨਾ ਗੁਰੂ ਜੀ ਕੇ ਗਏ تھے ਛਤਰਪੁਰ ਦਿੱਲੀ ਮੇ ਤੋਂ ਹਮ ਵਹਾਂ ਪੇ ਗੁਰੂ ਜੀ ਕੇ ਮੱਥਾ ਟੇਕਿਆ ਆਪਣੇ ਗੁਰੂ ਜੀ ਕੋ ਅਰਦਾਸ ਕਰੀ ਗੁਰੂ ਜੀ ਸ਼ਗੁਨ ਕੋ ਮਨਿਬਾਰ ਵੇਚਨਾ ਤਾਂ ਵੀਰੇ ਜੀ ਹਮ ਆ ਕੇ ਸੋ ਗਏ तो सवेरे उठे विनय जी सामने आपका वीडियो था फेसबुक पे तो हमने देखा कि एक तरफ गुरु जी का वीडियो चल रहा था एक तरफ आपका चल रहा था हमें लगा जो गुरु जी ने हुक्म किया तो हम आपके दफ्तर आ गए अप्लाई कर दिया वीजा लग गया चल मैं दिया रहा यार मैं कहो ये तीजा बंदा लिया तीजे बंदे भाई तुझी कितों जी मैं शाहकोट तो मैं जी फिर किदा लग गया वीजा ਨੇ ਹਾਂਜੀ ਲੱਗਿਆ ਜੀ ਬਹੁਤ ਧੰਨਵਾਦ ਤੁਹਾਡਾ ਮੈਂ ਖਾਲੀ ਫਿਰ ਮੇਰੀ ਸ਼ਾਨ ਚ ਕੁਝ ਕਹੋਗੇ ਕਹਿੰਦੇ ਹਾਂਜੀ ਵੀਰੇ ਜੀ ਕਹਿੰਦੇ ਜੀ ਸਾਰੇ ਜਣੇ ਬਹੁਤ ਭੈਣ ਭਰਾ ਬਹੁਤ ਵਧੀਆ ਸਰਵਿਸ ਮਿਲੀ ਤੁਸੀਂ ਇਹਨਾਂ ਕੋਲ ਆਓ ਵੀ ਜਲਵਾਇਆ ਸਾਡਾ ਬੱਚਾ ਫ੍ਰੀਜ਼ ਜਾ ਰਿਹਾ ਕੋਈ ਭੈਣ ਦਿੱਤਾ ਅਸੀਂ ਫੋਟ ਨਹੀਂ ਸੀ ਕਰ ਸਕਦੇ ਸਾਡਾ ਕੰਮ ਹੋ ਗਿਆ ਮੈਂ ਕਿਹਾ ਫੇਰ ਕਿੱਦਾਂ ਸਾਡੇ ਕੋਲ ਆਏ ਕਹਿੰਦੇ ਜੀ ਮੈਂ ਨਕੋਦਰ ਜਾਣਾ ਸਾਈ ਜੀ ਦੇ ਡੇਰੇ ਸਾਨੂੰ ਸਾਈ ਜੀ ਦਾ ਇੱਕ ਦਿਨ ਰਾਤ ਨੂੰ ਸੁਪਨਾ ਆਇਆ ਕਿ ਵਿਨੇਹ ਦੀ ਕੋ ਚੱਲ ਜਾਓ ਤੁਹਾਡਾ ਵੀ ਜਲ ਜਾਣਾ ਮੈਂ ਉਦੋਂ ਤੱਕ ਵੀਡੀਓ ਨਹੀਂ ਬਣਾਈ ਕਿਸੇ ਦੀ ਮੈਂ ਬੰਦ ਕਰਤਾ ਉੱਥੇ ਫਿਰ ਮੈਨੂੰ ਸਮਝ ਆ ਗਈ ਵੀਰੇ ਕੁਮਾਰ ਇਹ ਤੂੰ ਨਹੀਂ ਕੁਝ ਵੀ ਕਰਦਾ ਵਾ ਇਹ ਤਾਂ ਪਰਮਾਤਮਾ ਸਿਹਰੇ ਬੰਨੀ ਜਾਂਦਾ ਵਾ ਤੇਰੇ ਸਿਰ ਇਹ ਉਹ ਲੋਕ ਚਾਰੇ ਜਿਹੜੇ ਜਾ ਹੀ ਨਹੀਂ ਸਕਦੇ ਸੀ ਮੈਨੂੰ ਹੁਕਮ ਹੋ ਗਿਆ ਉਸ ਦਿਨ ਗੁਰੂ ਮਹਾਰਾਜ ਵੱਲੋਂ ਪਰਮਾਤਮਾ ਲੋਕੀ ਪੁੱਤਰ ਇਹ ਤੇਰੇ ਲਾੜਾ ਕੰਮ ਤੇਰੀ ਟੋਰ ਬਣਾਵਾਂਗੇ ਬਸ ਤੂੰ ਸਿਰ ਸੁੱਟ ਕੇ ਲੱਗਾ ਰਹਿ ਲੋ ਜਹੀ ਫਿਰ ਫਾੜੀ ਹੋਈ ਲਿਆ ਵੀ ਗਰੀਬ ਬੰਦਾ ਹਮਾਰੇ ਸੇ ਵੀਜ਼ਾ ਲਗਾਣੇ ਆਏ ਹਮ ਪੈਸੇ ਲੇਂਗੇ ਪਹੁੰਚ ਕੇ ਦੇ ਦੇ ਤੂੰ ਯਾਰ ਦਫਾ ਕਰ ਬਹੁਤ سارے ਲੋਗ ਗੋਦਰੋਂ ਆਂਦੇ ਆ ਹੁਣ ਕਿਉਂ ਮੈਂ ਸਾਈਂ 'ਚ ਬੜੀ ਆਸਥਾ ਹੈ ਮੇਰੀ ਮੈਨੂੰ 20 ਸਾਲ ਹੋ ਗਏ ਜਾਂਦੇ ਆ ਵਾਹ ਤੇ ਜਦੋਂ ਜਾਣਾ ਉੱਥੇ ਤਾਂ ਲੋਗ ਮਿਲਦੇ ਵੀ ਏ ਹੁਣ ਬਹੁਤ سارے ਹਰ ਬੰਦੇ ਨਾਲ ਤੁਸੀਂ ਧਾਰ ਵੀ ਨਹੀਂ ਕਰ ਸਕਦੇ ਹਰ ਬੰਦੇ ਨੂੰ ਫ੍ਰੀ 'ਚ ਵੀ ਨਹੀਂ ਛੇੜ ਸਕਦੇ ਹੁਣ ਬਹੁਤ سارے ਲੋਗ ਆਂਦੇ ਆ ਡੇਰੇ ਤੋਂ ਮੇਰੇ ਕੋ ਕੰਦਾ ਭਾਜੀ ਮੇਰਾ ਵੀਜ਼ਾ ਲੱਗ ਜਾਊਗਾ ਮੇਰਾ ਭਾਜੀ ਜ਼ਰੂਰ ਲੱਗਣਾ ਮੈਂ ਤੁਹਾਨੂੰ ਡੇਰੇ ਮਿਲਿਆ ਸੀ ਜੀ ਹਾਂਜੀ ਮੈਂ ਮਿਲਿਆ ਜੀ ਮੈਂ ਤਾਂ ਜੀ ਪਤਾ ਵੀ ਹੁਣ ਜਦੋਂ ਇੱਕੋ ਜਗ੍ਹਾ ਤੇ ਆਪਾਂ ਜਾਣੇ ਆ ਤਾਂ ਪੈਸੇ ਥੋੜੀ ਮਿਲਨੇ ਆ ਕਹਿੰਦੇ ਭਾਜੀ ਕਿੰਨੇ ਪੈਸੇ ਲਓਗੇ ਤੁਸੀਂ ਮੈਂ ਨਹੀਂ ਭਾਜੀ ਕੋਈ ਨਹੀਂ ਆਪਾਂ ਲਵਾ ਦਾਂਗੇ ਤੁਸੀਂ ਨਾ ਦਿਓ ਕਹਿੰਦੇ ਭਾਜੀ ਪੈਸੇ ਦੇਣੇ ਆ ਮੈਂ ਕਿਹਾ ਫਿਰ ਭਾਜੀ ਜਿੰਨੇ ਪੈਸੇ ਤੁਸੀਂ ਮੈਨੂੰ ਦੇਣੇ ਨੇ ਜਦੋਂ ਕੰਮ ਹੋ ਜਾਊਗਾ ਨਾ ਤੁਸੀਂ ਦਰਬਾਰ ਤੇ ਚੜਾ ਦਿਓ ਮੈਨੂੰ ਸਾਈਂ ਜੀ ਆਪੇ ਦੇ ਦੋਗੇ ਓਏ ਭਾਈ ਪਰ ਵੀਜ਼ਾ ਲੱਗਣੇ ਸ਼ੁਰੂ ਹੋ ਗਏ ਭਾਈ ਅੱਜ ਸਭ ਤੋਂ ਮਹਿੰਗਾ ਵੀਜ਼ਾ ਕਿੰਨੇ ਦਾ ਲਾਇਆ ਤੁਸੀਂ ਹਾਂਜੀ ਅੱਜ ਤੱਕ ਸਭ ਤੋਂ ਮਹਿੰਗਾ ਵੀਜ਼ਾ ਕਿੰਨੇ ਦਾ ਲਾਇਆ 20 20 ਲੱਖ ਰੁਪਏ ਲੈ ਲੈਂਦੇ ਇੱਕ ਵੀਜ਼ੇ ਦਾ ਹਾਂਜੀ ਭਾਜੀ ਤੇ ਸਭ ਤੋਂ ਚਲੋ ਸਭ ਤੋਂ ਸਸਤਾ ਤਾਂ ਫਰੀ ਚ ਲਾਇਆ ਫਿਰ ਤੁਹਾਨੂੰ ਫਰੀ ਚ ਬਤਾਰੀ ਭਾਜੀ ਭਾਜੀ ਮਤਲਬ ਤੇ ਐਵਰੇਜ ਵੀਜ਼ਾ ਰੇਟ ਤੁਹਾਡੀ ਫੀਸ ਕੀ ਹੈ ਜੇ ਕੋਈ ਮੇਰੇ ਵਰਗਾ ਆਵੇ ਮਾਤੜ ਕਵੇ ਭਾਜੀ ਮੇਰਾ ਮਾਤੜ ਤਾਂ ਹੈ ਹੀ ਨਹੀਂ ਤੁਸੀਂ ਭਾਜੀ ਮੈਂ ਫਿਰ 20 ਲੱਖ ਲਈ ਸਲੇਵ ਚ ਨਹੀਂ ਭਾਜੀ ਅਸੀਂ ਕਰਦੇ ਨਹੀਂ ਹੁਣ ਕੰਮ ਹੀ ਨਹੀਂ ਕਰਦੇ ਇਹ ਲਾਈਫ ਇਹ ਜਰਨੀ ਹੁਣ ਸਿਰਫ ਗਰੀਬੰਦੇ ਲਈ ਹੈ ਰੋਟੀ ਬੜੀ ਵਧੀਆ ਚੱਲੀ ਜਾਂਦੀ ਹੈ ਗਰੀਬੰਦਾ ਹੀ ਹੈ ਮੈਂ ਅਮੀਰ ਬੰਦਾ ਨਹੀਂ 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 ਭਾਜੀ ਜਨਰਲੀ ਜੇ ਘੁੰਮਣਾ ਹੋਵੇ ਜੇ ਬਾਹਰ ਅਰੇ ਭਾਜੀ ਤੋਂ 15000 ਰੁਪਏ ਰਬੀਰ ਬੈਲਾ ਜੀ ਹਾਂ ਜੀ ਸਾਨੂੰ ਕਿਉਂ ਦੇਣਾ ਸੀ 50000 ਰੁਪਏ ਲੈ ਲੈਣੇ ਆ ਜੇ ਵੀਜ਼ਾ ਲੱਗ ਗਿਆ ਨਹੀਂ ਨਹੀਂ ਲੱਗਿਆ ਤਾਂ 50000 ਨਹੀਂ ਜੀ ਕਹਿੰਦਾ ਫਿਰ ਲੈਣਾ ਹੀ ਗਾਦਾ ਜੀ ਪਹਿ ਪੈ ਤਾਂ ਹੀ ਲੜੇ ਨਾ ਕੰਮ ਹੋ ਜੇ ਜਿਹਦਾ 2 4 5 ਵਾਰੀ ਰਿਫਿਊਜ਼ ਹੋਇਆ ਹੁੰਦਾ ਉਹ 2 4 5 ਲੱਖ ਵੀ ਲੈ ਲੀਦਾ ਕੋਈ ਕਿਸੇ ਦੀ ਪੋਦੀ ਵੇਲਣੇ ਚ ਮਾਂ ਆਈ ਹੋਵੇ ਹਾਂ ਲੱਗਦਾ ਮੈਂ ਜਾਣਾ ਹੀ ਜਾਣਾ 5 ਵਾਰੀ 6 ਵਾਰੀ ਰਿਫਿਊਜ਼ ਹੈ ਮੈਂ ਤਾਂ ਇਹ ਹੈਰਾਨ ਆ ਪਾ ਜੀ ਚਲੋ ਇੱਕ ਤਾਂ ਮੁੱਦਾ ਚੱਲਦਾ ਕਿ ਏਜੰਟ ਚੋਰ ਨੇ ਏਜੰਟ ਬਾਹਰ ਭੇਜ ਜਾਂਦੇ ਨੇ ਦੂਜੇ ਪਾਸੇ ਇਸ ਤੋਂ ਵੀ ਗਲਤ ਤਰੀਕੇ ਨਾਲ ਉਹ ਪਾਜੀ ਇੱਕ ਤਰ੍ਹਾਂ ਦਾ ਦੇਸ਼ ਨਿਕਾਲਿਆ ਜਿਹੜੇ ਜਾ ਰਹੇ ਨੇ ਉਹਨਾਂ ਨੂੰ ਪਤਾ ਨਹੀਂ ਕਿ ਅਸੀਂ ਕੀ ਕਰਨ ਜਾ ਰਹੇ ਹਾਂ ਉਹਨਾਂ ਜ਼ਹਿਰ ਹੈ ਇੱਕ ਪਿਓ ਆਪਣੇ ਬੱਚੇ ਨੂੰ ਕਦੀ ਜ਼ਹਿਰ ਲਿਆ ਕੇ ਦੇਊਗਾ ਇਥੇ ਦੇ ਰਿਆ ਪੰਜਾਬ 'ਚ ਜਿਹੜੇ ਵੀ ਲੋਕ ਆਪਣੇ ਬੱਚੇ ਨੂੰ ਡੰਕੀ ਦੇ ਨਾਲ ਡੰਕੀ ਤਰੀਕੇ ਨਾਲ ਦੋ ਨੰਬਰ 'ਚ ਬਾਹਰ ਭੇਜਦੇ ਆ ਉਹ ਇੱਕ ਚੀਜ਼ ਚੰਗੀ ਤਰ੍ਹਾਂ ਸਮਝ ਲੈਣ ਤੁਸੀਂ ਆਪਣੇ ਬੱਚੇ ਨੂੰ ਇੱਕ ਜ਼ਹਿਰ ਲਿਆ ਕੇ ਦੇ ਰਹੇ ਹੋ ਉਹ ਜ਼ਹਿਰ ਨਾਲ ਉਹਦੀ ਮੌਤ ਹੋਣੀ ਹੈ ਜਿੰਦੇ ਦੀ ਮਾਰ ਲੈਣਾ ਤੁਸੀਂ ਆਪ ਦਾ ਜਵਾਕ ساری ਜ਼ਿੰਦਗੀ ਉਸ ਬੱਚੇ ਨੇ ਕਦੀ ਇੰਡੀਆ ਨਹੀਂ ਆਣਾ ਧੰਕੀ ਜੀ ਲੈਣੀ ਧੰਕੀ ਜੀ ਲੈਣੀ ਤੁਸੀਂ ਅੱਜ 18 ਸਾਲ ਦਾ ਜਵਾਬ ਭੇਜ ਰਹੇ ਹੋ 25 30 ਸਾਲਾਂ 'ਚ 40 ਸਾਲਾਂ 'ਚੋਂ 5 7 10 ਕਰੋੜ ਰੁਪਏ ਕਮਾ ਲੂਗਾ ਵੱਡਾ ਆਦਮੀ ਬਣ ਗਿਆ ਤੁਹਾਡੀ ਮੌਤ ਤੇ ਵੀ ਨਹੀਂ ਆਣਾ ਉਹਨੇ ਕਿਸੇ ਸ਼ਗਨ ਤੇ ਨਹੀਂ ਆਣਾ ਕਿਸੇ ਭੋਗ ਤੇ ਨਹੀਂ ਆਣਾ ਉਹਨੇ ਜਿੰਦਾ ਜੀ ਦੀ ਮਾਰ ਲਿਆ ਭਾਜੀ ਬੰਦਾ ਪੁਰਾਣੇ ਵੇਲੇਾਂ 'ਚ ਦੇਸ਼ ਨਿਕਾਲਾ ਦਿੱਤਾ ਜਾਂਦਾ ਸੀ ਜਦੋਂ ਕੋਈ ਬੰਦਾ ਗਲਤ ਕੰਮ ਕਰਦਾ ਸੀ ਉਹਨੂੰ ਫਾਂਸੀ ਤੋਂ ਵੀ ਵੱਡੀ ਸਜ਼ਾ ਹੁੰਦੀ ਸੀ ਦੇਸ਼ ਨਿਕਾਲਾ ਦੇ ਦਿਓ ਸਦੀਆਂ ਤੋਂ ਚੱਲਾ ਆ ਰਿਹਾ ਹੈ ਜਦੋਂ ਵਿਭੀਸ਼ਣ ਨੇ ਰਾਵਣ ਦਾ ਸਾਥ ਛੱਡਿਆ ਰਾਵਣ ਜੀ ਨੇ ਕਿਹਾ ਚਲੋ ਇਹਨੂੰ ਕੱਢ ਦਿਓ ਬਾਹਰ ਇਹਨੂੰ ਦੇਸ਼ ਨਿਕਾਲਾ ਦੇ ਦਿਓ ਜਦੋਂ ਕਿਸੇ ਨੂੰ ਕੌਮ ਚੋਂ ਹੀ ਕੱਢਣਾ ਹੁੰਦਾ ਜਦੋਂ ਕਿਸੇ ਨੂੰ ਧਰਮ ਤੋਂ ਸਮਾਜ ਤੋਂ ਅਲੱਗ ਕਰਨਾ ਹੁੰਦਾ ਉਦੋਂ ਉਹਨੂੰ ਦੇਸ਼ ਨਿਕਾਲਾ ਦੇ ਦਿੰਦੇ ਆ ਕਿ ਤੂੰ ساری ਜ਼ਿੰਦਗੀ ਦੇਸ਼ 'ਚ ਨਹੀਂ ਆ ਸਕਦਾ ਇਥੇ ਉਹ ਕੰਮ ਹੁੰਦਾ ਪਿਆ ਬੰਦਾ 10 15 20 ਲੱਖ ਰੁਪਏ ਦੇ ਕੇ ਮੈਕਸੀਕੋ ਦਾ ਬਾਡਰ ਟੱਪ ਕੇ ਅਮਰੀਕਾ 'ਚ ਵੜਦਾ ਗਿਆ ਵਾਪਸ ਨਹੀਂ ਆਣਾ ਕਦੀ ਵੀ ਉਹਨੇ ਤੇ ਰਸਤੇ 'ਚ ਮਰ ਵੀ ਸਕਦਾ ਮਰ ਤਾ ਸਾਰੇ ਤਾਂ ਪਹੁੰਚਦੇ ਹੀ ਨਹੀਂ ਭਾਜੀ ਦਸਾਂ 'ਚ ਚਾਰ ਹੀ ਪਹੁੰਚਦੇ ਛੇ ਤਾਂ ਮਰਦੇ ਹੀ ਮਰਦੇ ਨੇ ਤੇ ਕੋਈ ਪਤਾ ਨਹੀਂ ਕਿੱਥੇ ਗਏ ਕਿੱਥੇ ਨਹੀਂ ਪਤਾ ਸਾਰਿਆਂ ਨੂੰ ਪਤਾ ਸਿੱਧਾ ਉੱਪਰ ਜਾਂਦੇ ਫਿਰ ਵੀ ਜਾ ਰਹੇ ਨੇ ਐਸੀ ਕਿਹੜਾ ਕੀੜਾ ਭਾਜੀ ਬਾਹਰ ਜਾਣ ਦਾ ਯਾਰ ਕੀੜਾ ਭਾਜੀ ਸ਼ੁਰੂ ਤੋਂ ਹੀ ਇਹ ਆ ਵੀ ਸਟਰਗਲ ਨਹੀਂ ਕਰਨਾ ਚਾਹੁੰਦੇ ਮਤਲਬ ਜੇ ਵੀਜ਼ਾ ਰਿਫਿਊਜ਼ ਲਾ ਆ ਵੀ ਗਏ ਤਾਂ ਇੱਥੇ ਕੰਮ ਚ 14 ਸਾਲ ਲੱਗਦੇ ਭਾਜੀ ਕੋਈ ਵੀ ਕੰਮ ਹੈ ਉਹਨੂੰ 14 ਸਾਲ ਲੱ ਅਨਮੋਲ ਨੇ ਜਿਹੜਾ ਕੰਮ ਸ਼ੁਰੂ ਕੀਤਾ ਸੀ ਵਿਨੀ ਹਰੀ ਨੇ ਜਿਹੜਾ ਕੰਮ ਸ਼ੁਰੂ ਕੀਤਾ ਸੀ ਉਹਦੀ 14 ਸਾਲ ਦੀ ਤਪੱਸਿਆ ਸੀ ਜਿਸ ਵੀ ਬੰਦੇ ਨੂੰ 14 ਸਾਲ ਹੋ ਗਏ ਇੱਕ ਕੰਮ ਕਰਦੇ ਨੂੰ 14 ਸਾਲਾਂ ਬਾਅਦ ਉਸਤਾਦ ਬਣ ਜਾਂਦਾ ਉਸ ਲਾਈਨ ਦਾ ਫਿਰ ਉਹਨੂੰ ਕੋਈ ਨਹੀਂ ਰਹਾ ਸਕਦਾ ਭਗਵਾਨ ਸ਼੍ਰੀ ਰਾਮ ਨੇ 14 ਸਾਲ ਦਾ ਬਨਵਾਸ ਕੱਟਿਆ ਸੀ ਫਿਰ ਉਹਨਾਂ ਨੂੰ ਰਾਜਪਾਠ ਮਿਲਿਆ ਸੀ ਫਿਰ ਉਹ ਆਪਣੇ ਸਿੰਘਾਸਨ ਤੇ ਬੈਠੇ ਸੀ ਜਾ ਕੇ ਤੁਸੀਂ ਸਵੇਰੇ ਕਿੱਦਾਂ ਬਹਿਜੋਗੇ ਯਾਰ ਲੋਕ ਸੋਚਦੇ ਸਵੇਰੇ 50 ਹਜ਼ਾਰ ਲੱਖ ਰੁਪਇਆ ਕਮਾ ਲਾਂਗੇ ਬਾਹਰ ਜਾ ਕੇ ਬੜਾ ਔਖਾ ਹੈ ਤਪੱਸਿਆ ਹੋਵੇ ਤੁਸੀਂ ਮਾਂ ਬਾਪ ਤੋਂ ਦੂਰ ਚਲੇ ਗਏ ਦਿਵਾਲੀ ਦੀਸ਼ਰਾ ਨਹੀਂ ਦੇਖਿਆ ਤੁਸੀਂ ਭਾਜੀ ਕਿੰਨੀ ਹਰ ਰਿਫਿਊਜਲਾਂ ਦੇਖੀਆਂ ਤੁਸੀਂ ਅੱਜ ਤੱਕ ਮੈਕਸ ਕਿਸੇ ਵੀ ਪਾਸਪੋਰਟ 12 13 ਰਿਫਿਊਜਨਾਂ ਵਾਲੇ ਵੀ ਜੀ ਅਸੀਂ ਲਵਾਏ ਹੋਏ ਬਥੇਰੇ ਲਵਾਏ 13 ਰਿਫਿਊਜਨਾਂ ਤੋਂ ਬਾਅਦ ਵੀ ਹਾਂਜੀ ਭਾਜੀ ਤੇ ਅੰਬੈਸੀ ਕਿਵੇਂ ਲਾਊਡ ਕਰਦੀ ਹੈ ਬਾਰ ਅੱਛਾ ਇੱਕ ਮੈਨੂੰ ਇੱਕ ਪਰਸਨਲ ਸਵਾਲ ਹੈ ਕਿ ਵੀਜ਼ਾ ਕਦੋਂ ਕਦੋਂ ਅਪਲਾਈ ਕਰ ਸਕਦੇ ਆਪਾਂ ਸਪੋਜ਼ ਅੱਜ ਅਮਰੀਕਾ ਦੀ ਫਾਈਲ ਲਾਈ ਰਿਫਿਊਜਲ ਹੋ ਗਿਆ ਆ ਕੱਲ ਦੁਬਾਰਾ ਪੀਸਾਂ ਭਰੀ ਜਾਓ ਤੇ ਜਾਈ ਜਾਓ ਹਾਂ ਵਕੀਲ ਤਖੜਾ ਹੋਵੇ ਨਾ ਜੀ ਤੁਹਾਡਾ ਹੂੰ ਕੋਰਟ ਚ ਬੰਦਾ ਹਾਰ ਥੋੜੀ ਮੰਨਦਾ ਹੂੰ ਤੇ ਕਿਨੂੰ ਬਾਹਰ ਨਹੀਂ ਜਾਣਾ ਚਾਹੀਦਾ ਕਿਸੇ ਨੂੰ ਪਤਾ ਲੱਗਣਾ ਹੋਵੇ ਯਾਰ ਕਿ ਮੈਨੂੰ ਜਾਣਾ ਚਾਹੀਦਾ ਕਿ ਨਹੀਂ ਇਹ ਪੌਡਕਾਸਟ ਜਿਹਨੂੰ ਹੱਡ ਰਾਮੀ ਪਈ ਭਾਜੀ ਜਿਹੜਾ ਕੰਮ ਨਹੀਂ ਕਰ ਸਕਦਾ ਉਹ ਨਹੀਂ ਜਾਣਾ ਚਾਹੀਦਾ ਉਹ ਨਹੀਂ ਜਾਣਾ ਚਾਹੀਦਾ ਭੁੱਖਾ ਮਰੂਗਾ ਜਾ ਕੇ ਜਿਹਦੇ ਸੁਪਨੇ ਵੱਡੇ ਉਹਨੂੰ ਜ਼ਰੂਰ ਜਾਣਾ ਚਾਹੀਦਾ ਭਾਜੀ ਕੱਲ ਮੈਨੂੰ ਕਿਸੇ ਨੇ ਪੁੱਛਿਆ ਕਹਿੰਦਾ ਨਹੀਂ ਬਾਹਰ ਜਾਣੇ ਦਾ ਤਾਂ ਫਾਇਦਾ ਹੀ ਕੋਈ ਨਹੀਂ ਹੈ ਹੂੰ ਕੋਈ ਬੰਦਾ ਕੱਲ ਮੇਨਾ ਬਹੰਸੇ ਕਹਿੰਦਾ ਬਾਹਰ ਜਾ ਕੇ ਕੀ ਹੋ ਜਾਏਗਾ ਮੇਗਾ ਬਾਹਰ ਜਾ ਕੇ ਪ੍ਰਧਾਨ ਮੰਤਰੀ ਬਣ ਜਾਏਗਾ 15 ਸਾਲ ਡਾਕਟਰ ਮਨਮੋਹਨ ਸਿੰਘ ਰਹੇ ਪ੍ਰਧਾਨ ਮੰਤਰੀ ਉਹ ਬਾਹਰੋਂ ਪੜ੍ਹ ਕੇ ਆਏ ਸੀ ਨਾ ਤੁਸੀਂ ਇਲੈਕਸ਼ਨ ਵੀ ਨਹੀਂ ਲੜਾਇਆ ਉਹਨਾਂ ਨੇ ਇੱਕ ਵਾਰੀ ਵੀ ਪ੍ਰਧਾਨ ਮੰਤਰੀ ਹੀ ਬੜਾਈ ਰੱਖਿਆ ਹਿੰਦੁਸਤਾਨ ਚੋਂ ਪਹਿਲਾ ਬੰਦਾ ਸਟੂਡੈਂਟ ਵੀਜ਼ੇ ਤੇ ਕੌਣ ਗਿਆ ਸੀ ਸੁਣਿਆ ਕਦੀ ਤੁਸੀਂ ਇੱਕ ਇਨਸਾਨ ਜਿਹੜਾ ਭਾਰਤ ਚੋਂ ਪਹਿਲੀ ਵਾਰੀ ਬਾਹਰ ਗਿਆ ਸਟੂਡੈਂਟ ਵੀਜ਼ਾ ਲੈ ਕੇ ਉਹਨੇ ਆ ਕੇ ਦੇਸ਼ ਬਦਲਤਾ ਕੌਣ ਸੀ ਮੋਹਨਦਾਸ ਕਰਮਚੰਦ ਗਾਂਧੀ ਗਾਂਧੀ ਜੀ ਪੜ੍ਹਾਈ ਕਰਨ ਗਏ ਇੰਗਲੈਂਡ ਚ ਪੜ੍ਹਾਈ ਕੀਤੀ ਵਰਕ ਪਰਮਿਟ ਲਿਆ ਕੰਮਾਂ ਕੀਤੀਆਂ ਮਿਹਨਤ ਕੀਤੀ ਬ੍ਰਿਸਟਰ ਬਣ ਗਏ ਦੇਖਿਆ ਨਹੀਂ ਦਾਲ ਗੱਲੀ ਅਫਰੀਕਾ ਚਲੇ ਗਏ ਕੰਮ ਕਰਨ ਵਾਸਤੇ ਉਥੇ ਆਜ਼ਾਦੀ ਦੀ ਲਹਿਰ ਦੇਖੀ ਸਮਝ ਲੱਗੀ ਹਾਂ ਯਾਰ ਆਹ ਕੰਮ ਵਧੀਆ ਹੈ ਇਦੀ ਜ ਤਰੱਕੀ ਹੋ ਸਕਦੀ ਹੈ ਆਏ ਆ ਕੇ ਮਿਹਨਤ ਕੀਤੀ ਅਤੇ ਦੇਸ਼ ਯਾਦ ਕਰ ਲਿਆ ਡਾਕਟਰ ਜਵਾਰ ਲਾਲ ਨਹਿਰੂ ਕਿੰਨੇ ਮਹਾਨ ਮਹਾਨ ਲੋਗ ਹੋਏ ਜਿਹੜੇ ਬਾਹਰੋਂ ਪੜ ਕੇ ਆਏ ਜਿਨ੍ਹਾਂ ਨੇ ਦੇਸ਼ ਬਦਲਦੇ ਭਾਜੀ ਅੱਜ ਵੀ ਜਿਹੜੇ ਲੋਕ ਸੜਕਾਂ ਤੇ ਤੁਰਦੇ ਨੇ ਨਾ ਪੰਜਾਬ ਦੀਆਂ ਪੂਰੇ ਪਾਰਚੇ ਇਦਾਂ ਦੀਆਂ ਸੜਕਾਂ ਨਹੀਂ ਸੀ ਜਿੱਦਾਂ ਦੀਆਂ ਪੰਜਾਬ 'ਚ ਬਣੀਆਂ ਸੀ ਹਮ ਅੱਜ ਵੀ ਲੋਕ ਸੜਕਾਂ ਦਾ ਕ੍ਰੈਡਿਟ ਡਿਪਟੀ ਸੀਐਮ ਸਾਹਿਬ ਨੂੰ ਦਿੰਦੇ ਆ ਹਮ ਬਿਲਕੁਲ ਕਿ ਪੰਜਾਬ 'ਚ ਜਿਹੜਾ ਕੋੜ ਸੜਕਾਂ ਦਾ ਬਾਦਲ ਸਾਹਿਬ ਨੇ ਕੱਢਿਆ ਕਿਸੇ ਨੇ ਨਹੀਂ ਕੱਢਿਆ ਤੇ ਬਾਦਲ ਸਾਹਿਬ ਭਾਜੀ ਪੜ ਕੇ ਆਏ ਅਮਰੀਕਾ ਤੋਂ ਜਿਹੜੇ ਵੀ ਬੰਦੇ ਨੇ ਹਿੰਦੁਸਤਾਨ 'ਚ ਆ ਕੇ ਕੁਝ ਕੀਤਾ ਉਹ ਬਾਹਰੋਂ ਪੜ੍ਹ ਕੇ ਆਇਆ ਸੀ ਬਾਜੀ ਬਾਹਰ ਪੜਨ ਜਾਣੇ ਆ ਅਸੀਂ ਕੁਝ ਸਿੱਖ ਕੇ ਆਣੇ ਆ ਅੱਜ ਅਸੀਂ ਸਾਰੇ ਜਣੇ Airtel ਨੂੰ ਦੇਖਦੇ ਆ ਕਿੰਦਾ ਮਾਣ ਆ ਸਾਨੂੰ Airtel ਤੇ ਕਿ ਸਾਡੇ ਪੰਜਾਬ 'ਚੋਂ ਸ਼ੁਰੂ ਹੋਈ ਕੰਪਨੀ ਅੱਜ ਪੂਰੇ ਇੰਡੀਆ 'ਚ ਪੂਰੀ ਦੁਨੀਆ 'ਚ ਚੱਲਦੀ ਹੈ ਬਾਜੀ ਬਾਹਰੋਂ ਪੜ੍ਹ ਕੇ ਆਏ ਸੀ ਲੋਕ ਬਾਹਰੋਂ ਟੈਕਨੋਲੋਜੀ ਲੈ ਕੇ ਆਏ ਸੀ ਅੱਜ ਓਲਾ ਕੈਬਸਟੀ ਗੱਲ ਕਰ ਲਈਏ ਓਏ ਓ ਹੋਟਲਾਂ ਦੀ ਗੱਲ ਹਰ ਬੰਦਾ ਭਾਜੀ Zomato ਦੇਖੋ ਕਿੱਥੇ ਲਾਇਆ ਪਿਆ ਸਿਰੇ ਲੱਗਾ ਪਿਆ ਭਾਜੀ ਕੰਮ 1.5 ਲੱਖ ਕਰੋੜ ਰੁਪਏ ਦੀ ਕੰਪਨੀ ਹੋ ਗਈ Zomato ਭਾਜੀ ਜ਼ਰੂਰ ਜਾਣਾ ਚਾਹੀਦਾ ਬਾਹਰ ਮਹੀਨੇ ਲਈ ਚਲ ਜਾਓ ਪੈਸੇ ਨਹੀਂ ਹੈਗੇ ਗਰੀਬ ਬੰਦਾ ਨਾ ਇੱਕ ਬੰਦੇ ਦੇ ਬਾਹਰ ਜਾਣ ਲਈ ਲੱਗਦਾ 20 ਲੱਖ ਰੁਪਏ ਅਵਰੇਜ ਅਮਰੀਕਾ ਕੈਨੇਡਾ ਆਸਟ੍ਰੇਲੀਆ ਤੁਸੀਂ ਕਿਸੇ ਵੀ ਮੁਲਕ ਜਾਣਾ 20 ਲੱਖ ਰੁਪਏ ਲੱਗਦਾ ਮਹੀਨੇ ਲਈ ਕਿੰਨੇ ਲੱਗੂਗੇ 1.5 ਲੱਖ ਰੁਪਏ ਮੀਨੇ ਵਾਸਤੇ ਪੜਨ ਜਾਓ ਦੁਨੀਆ ਦਾ ਹਰ ਮੁਲਕ ਵੀਜ਼ਾ ਦਿੰਦਾ ਮਹੀਨੇਸ ਤੇ ਜਾ ਸਕਦੇ ਆ ਕਿਉਂ ਨਹੀਂ ਜਾਤ ਭੇਜਣ ਵਾਲਾ ਨਹੀਂ ਹੈਗਾ ਉਹ ਕਿਵੇਂ ਭਾਜੀ ਭੇਜਣ ਨਾਲ ਜਿੱਦਾਂ ਸਾਲ ਵਾਲੇ ਜਾਉਂਗੇ ਉਦਾਂ ਹੀ ਮਹੀਨੇ ਵਾਲੇ ਜਾਉਂਗੇ ਉਹ ਯੂਨੀਵਰਸਿਟੀ ਮਹੀਨੇਸ ਤੇ ਪਾਉਣੋਂ ਭੇਜ ਦੇਗੀ ਕਿਉਂ ਨਹੀਂ ਭੇਜੂਗੀ ਮੈਂ ਸ਼ਾਰਟ ਟਰਮ ਕੋਰਸ ਕਰਨ ਜਾਣਾ ਤੂੰ ਸਵੇਰੇ ਪੌਡਕਾਸਟਿੰਗ ਦਾ ਕੋਰਸ ਹੋਵੇ ਸਵੇਰ ਨੂੰ ਸਵੇਰੇ ਭਾਜੀ ਐਮ ਆਈ ٹی ਯੂਨੀਵਰਸਿਟੀ ਹਾਰਵਰਡ ਯੂਨੀਵਰਸਿਟੀ ਪੌਡਕਾਸਟਿੰਗ ਤੇ ਕੋਰਸ ਕਰਾਵੇ ਕੀ ਮੌਨ ਲਈ ਜਾਊਗਾ ਕਰਨ ਜਾਵਾਂਗੇ ਸਵੇਰੇ ਕੋਈ ਐਨ ਜੀਓ ਦੀ ਪੜਾਈ ਹੋਵੇ ਕਿ ਕਿਦਾਂ ਅਸੀਂ ਸਮਾਜ ਨੂੰ ਬਿਹਤਰ ਕਰ ਸਕਦੇ ਆਂ ਮੁੱਲ ਜਾਊਗਾ ਪੜ੍ਹਨ ਵਾਸਤੇ ਉਹ ਤਾਂ ਹਰ ਕਿਤੇ ਪੰਜਾਬ ਚ ਹੀ ਹੋਵੇ ਤਾਂ ਵੀ ਜਾਵਾਂਗੇ ਇੰਡੀਆ ਵਰਲਡ ਮਤਲਬ ਮੈਨੂੰ ਲੱਗਦਾ ਮੇਰਾ ਸਵਾਲ ਹੀ ਭੇਜਿਆ ਨਾ ਅਸੀਂ ਅਸੀਂ ਭੇਜਦੇ ਆਂ ਸਾਡੇ ਕੋਲ ਉਹ ਸ਼ੇਰ ਨੂੰ ਭੇਜੋ ਕੋਰਸ ਕੋਰਸ ਲਿਆਓ ਤੁਸੀਂ ਭਾਜੀ ਕੋਰਸ ਭਰੇ पे ਭੇਜਣਾ ਨਹੀਂ ਨਾ ਕੋਈ ਉਹ ਭੇਜਦਾ ਇਸ ਕਰਕੇ ਨਹੀਂ ਏਜੰਟ ਨੂੰ ਕਮਿਸ਼ਨ ਨਹੀਂ ਮਿਲਣਾ ਮੈਨੂੰ ਲੱਗਦਾ ਸਹੀ ਤਰੀਕੇ ਨਾਲ ਤਾਂ ਜਾਣਾ ਚਾਹੀਦਾ ਭਾਜੀ ਸਾਲ ਦੀ ਫੀਸ ਦੇ ਉੱਤੇ ਕਮਿਸ਼ਨ ਮਿਲਣਾ 3 ਲੱਖ ਰੁਪਈਆ ਹੂੰ ਮਹੀਨੇ ਦੀ ਫੀਸ ਤੇ ਕਮਿਸ਼ਨ ਮਿਲਣਾ 30000 ਰੁਪਈਆ ਤਿਹਾਰ ਲਈ ਕੋਈ ਕੰਮ ਨਹੀਂ ਕਰਨਾ ਚਾਹੁੰਦਾ ਪਰ ਜੇ ਵੋਲਿਊਮ ਜ਼ਿਆਦਾ ਹੋਵੇ ਫਿਰ 30000 ਜੀ ਭਾਜੀ ਵੋਲਿਊਮ ਇਥੇ ਏਜੰਟ ਹੁੰਦਾ ਕੌਣ ਹੈ ਤੁਸੀਂ ਡੈਫੀਨੇਸ਼ਨ ਦੇਖੋ ਜੇ ਕੋਈ ਹਲਵਾਈ ਦੀ ਦੁਕਾਨ ਖੋਲ ਕੇ ਬੈਠਾ ਹੈ ਉਹਦੀ ਬੈਕਗ੍ਰਾਉਂਡ ਕੀ ਸੀ ਉਹ ਲਵਾਈ ਦਾ ਬੱਚਾ ਸੀ ਏਜੰਟ ਦੀ ਬੈਕਗ੍ਰਾਉਂਡ ਕੌਣ ਹੁੰਦੀ ਹੈ ਆਪਾਂ ਕਰਨੇ ਜਿਆਦਾ ਕਾਰੋਬਾਰ ਬਾਣੀਏ ਕਰਦੇ ਆ ਆ ਕੰਮ ਸੁਨਿਆਰੇ ਕਰਦੇ ਆ ਆ ਕੰਮ ਪੰਡਤ ਕਰਦੇ ਆ ਬਾਹਰ ਭੇਜਣ ਦਾ ਕੰਮ ਕੌਣ ਕਰਦੇ ਆ ਕੌਣ ਕਰਦਾ ਕੌਣ ਮੈਂ ਕੌਣ ਆ ਮੇਰੀ ਪਛਾਣ ਕੀ ਹੈ ਮੈਂ ਕੋਈ ਸਕਸੈਸਫੁਲ ਬੰਦਾ ਤਾਂ ਨਹੀਂ ਸੀਗਾ ਲੂਜ਼ਰ ਬੰਦੇ ਕੰਮ ਕਰਦੇ ਆ ਜਿਨ੍ਹਾਂ ਨੂੰ ਕਦੇ ਕਿਤੇ ਕੋਈ ਕੰਮ ਨਹੀਂ ਮਿਲਦਾ ਕੋਈ ਨੌਕਰੀਆਂ ਕਰਦਾ ਪਿਆ ਕੋਈ ਇੰਸ਼ੋਰੈਂਸ ਕੰਪਨੀ ਵੇਚਦਾ ਪਿਆ ਕੋਈ ਗੱਡੀਆਂ ਵੇਚਦਾ ਸੀ ਕੋਈ ਪ੍ਰਾਪਰਟੀ ਡੀਲਰ ਸੀ ਜਦੋਂ ਕੋਈ ਬੰਦਾ ਹਾਰ ਜਾਂਦਾ ਫਿਰ ਉਹ ਇਮੀਗ੍ਰੇਸ਼ਨ ਦਾ ਬਿਜ਼ਨਸ ਸ਼ੁਰੂ ਕਰਦਾ ਜਿੱਦਾਂ ਹੀ ਉਹ ਮੈਂ 90% ਲੋਕਾਂ ਦੀ ਸਟੋਰੀ ਦੱਸਦਾ ਇੱਕ ਏਜੰਟ ਜਦੋਂ ਵੀ ਕੰਮ ਸ਼ੁਰੂ ਕਰਦਾ ਉਹਦਾ ਸਭ ਕੁਝ ਕਿਰਾਏ ਤੇ ਹੁੰਦਾ ਹਮ ਕੇਰ ਵੀ ਆਪਦੀ ਪ੍ਰਾਪਰਟੀ ਨਹੀਂ ਹੁੰਦੀ ਕਿ ਕੋਈ ਆਪਦੀ ਗੱਡੀ ਨਹੀਂ ਹੁੰਦੀ ਜਿਹੜਾ ਵੀ ਬੰਦਾ ਇਸ ਬਿਜ਼ਨਸ ਚ ਆਂਦਾ ਉਹ ਠੋਕਰਾਂ ਖਾ ਕੇ ਆਪਦੀ ਰੋਟੀ ਵਾਸਤੇ ਆਂਦਾ ਜਿੱਦਾਂ ਹੀ ਉਹ ਪਹਿਲਾਂ ਕਰੋੜ ਰੁਪਈਆ ਕਮਾ ਲੈਂਦਾ ਉਹ ਆ ਵੀ ਵਾਰ ਚਲ ਜਾਂਦਾ ਆਂਦਾ ਹੀ ਨਹੀਂ ਵਾਪਸੇ ਨਹੀਂ ਆਂਦਾ ਬਹੁਤ ਪੈਸੇ ਕਮਾਉਂਦੇ ਕਿੰਨੀਆਂ ਕਿਮੀਗ੍ਰੇਸ਼ਨ ਕੰਪਨੀਆਂ ਆ ਜਿਨ੍ਹਾਂ ਦੀ ਕੋਈ ਹਿਸਟਰੀ ਹੈਗੀ ਆ ਕੋਈ 2 ਸਾਲ ਪੁਰਾਣਾ ਕੋ 4 ਸਾਲ ਪੁਰਾਣਾ ਕਿਸੇ ਨੂੰ ਜੁਕੇ ਨੇ ਬਣਾ ਦਿੱਤਾ ਕਿਸੇ ਨੂੰ ਆਸਟ੍ਰੇਲੀਆ ਨੇ ਬਣਾ ਦਿੱਤਾ ਕਿਸੇ ਨੂੰ ਕੈਨੇਡਾ ਨੇ ਬਣਾ ਦਿੱਤਾ ਅੱਜ ਪੰਜਾਬ 'ਚ 10000 ਬੰਦਾ ਕੰਮ ਕਰਦਾ ਗਿਣਤੀ 'ਚ 100 ਬੰਦੇ ਨਹੀਂ ਹੈਗੇ ਜਿਹੜੇ ਜੈਨੂਇਨ ਨੇ 100 ਬੰਦਾ ਹੋਊਗਾ ਜਿਹਦੀ ਕੋਈ ਹਿਸਟਰੀ ਹੈ ਬਾਕੀ ਤਾਂ ਆਇਆ ਗਿਆ ਆ ਰਾਮ ਆ ਰਾਮ ਗਿਆ ਆ ਰਾਮ ਆ ਰਾਮ ਗਿਆ ਥੋੜੀ ਹਿਸਟਰੀ ਕੀ ਭਾਜੀ ਇਹ ਤਾਂ ਪੈਂਚਰਾਂ ਦਾ ਕੰਮ ਵੀ ਕੀਤਾ ਆ ਭਾਜੀ ਮੈਂ ਇਹ ਮੇਰਾ 31ਵਾਂ 32ਵਾਂ ਕੰਮ ਹੈ ਇਹ ਤਾਂ ਪਹਿਲਾਂ ਬੜਾ ਕੁਝ ਕੀਤਾ ਆ ਮੈਂ ਬਟ ਹੁਣ ਮੈਂ ਇਹੀ ਕੰਮ ਕਰਦਾ ਔਰ ਮੈਨੂੰ 16 ਸਾਲ ਹੋ ਗਏ ਇਹੀ ਕੰਮ ਕਰਦਿਆਂ ਔਰ ਮੈਂ ਇਹੀ ਕੰਮ ਕਰਨਾ ਮੈਂ ਨਹੀਂ ਕੋਈ ਹੋਰ ਕੰਮ ਕਰਨਾ ਕਿਉਂਕਿ ਮੈਨੂੰ ਇਸ ਕੰਮ ਦੀ ਸਮਝ ਆ ਹਾਂ ਭਾਵੇਂ ਕੋਈ ਨਾ ਬਾਹਰ ਜਾਵੇ ਨਹੀਂ ਬਾਹਰ ਤਾਂ ਭਾਜੀ ਦੁਨੀਆ ਜਾਂਦੀ ਫਿਰ ਉਹ ਜਾ ਰਹੀ ਹੈ ਤੁਹਾਨੂੰ ਇੰਨੀ ਕੰਟਰੋਵਰਸੀ ਤਾਂ ਏਜੰਟਾਂ ਨੂੰ ਲੱਗਦਾ ਨਹੀਂ ਕਿ ਕੰਮ ਘਟ ਗਿਆ ਜਾਂ ਘਟ ਜੂਗਾ ਅੱਗੇ ਅੱਗੇ ਪੰਜਾਬ ਚ ਕੰਮ ਘਟੇਗਾ ਉਹ ਤਾਂ ਬੰਦ ਹੋ ਗਿਆ ਭਾਜੀ ਟੋਟਲੀ ਬੰਦ ਹੋ ਗਿਆ ਅੱਜ ਕਿਸੇ ਦੇ ਉਹਨੂੰ ਕਮਾਉਂਦਾ ਕੀ ਹੈ ਕੈਨੇਡਾ ਨੂੰ ਲਵਾਈ ਚਾਹੀਦਾ ਸਵੇਰੇ 7 ਲੱਖ ਰੁਪਏ ਤਨਖਾਹ ਹੈ 7 ਲੱਖ ਰੁਪਏ ਮਹੀਨਾ ਤਨਖਾਹ ਹੈ ਲਵਾਈ ਦੀ 5 ਲੱਖ ਰੁਪਏ ਮਹੀਨਾ ਤਨਖਾਹ ਹੈ ਵਾਲ ਕੱਟਣ ਵਾਲੇ ਦੀ ਲਿਓ ਮੈਂ ਭੇਜਦਾ ਸਵੇਰ ਨੂੰ 10 ਲੱਖ ਰੁਪਏ ਤਨਖਾਹ ਹੈ ਨਰਸ ਦੀ ਮੇਰੇ ਤੇ ਸਾਰੇ ਸਕਿਲਡ ਵਰਕ ਦਾਸ ਰਹੇ ਹੋ ਨਾ ਤੇ ਭਾਜੀ ਫਿਰ ਇਹਨਾਂ ਨੇ ਹੀ ਬਾਹਰ ਜਾਣਾ ਨਾ ਜੀ ਹੋਰ ਬਾਹਰ ਕਿੱਨੇ ਜਾਣਾ ਹੈ ਸਮਝਦੇ ਆਂ ਅਨਪੜ੍ਹ ਬੰਦੇ ਨੂੰ ਥੋੜੀ ਬਾਹਰ ਭੇਜ ਦਾਂਗੇ ਸ਼ਕੀਰ ਬੰਦਾ ਥੋੜੀ ਬਾਹਰ ਜਾਊਗਾ ਸਕਿਲਡ ਕੰਮ ਦਾ ਸਕਿਲਡ ਕੰਮ ਤਾਂ ਇੱਥੇ ਵੀ ਚਾਹੀਦਾ ਤੁਹਾਨੂੰ ਕੁਛ ਨਾ ਕੁਛ ਹੁਣ ਤੁਸੀਂ ਮੈਂ ਦੱਸਿਆ ਕਿ ਤੁਸੀਂ ਵੀਡੀਓ ਵੀ ਆਪ ਰਿਕਾਰਡ ਕਰ ਲੈਣੋ ਐਡਿਟ ਵੀ ਆਪ ਕਰ ਲੈਣੋ 3 ਮਹੀਨੇ ਲੱਗਦੇ ਆ 3 ਮਹੀਨੇ ਲੱਗਦੇ ਪਲੰਬਰ ਦਾ ਕੋਰਸ ਕਰਨ ਦੇ 3 ਮਹੀਨੇ ਲੱਗਦੇ ਵੀਡੀਓ ਐਡੀਟਿੰਗ ਸਿੱਖਣ ਦੇ 3 ਮਹੀਨੇ ਲੱਗਦੇ ਪੁਆਇਲ ਠੀਕ ਕਰਨ ਦੇ 3 ਮਹੀਨੇ ਲੱਗਣਾ ਜਲੇਬੀਆਂ ਕੱਢਣ ਨੂੰ 3 ਮਹੀਨੇ ਜੇ ਤੁਸੀਂ ਕੰਮ ਸਿੱਖ ਲੈਂਦੇ ਜੇ ਤੁਸੀਂ ਜਿਹੜੇ ਮਰਜ਼ੀ ਕੰਮ 'ਚ ਵੜ ਜਾਓ ਜਿਹੜੇ 12ਵੀਂ ਤੋਂ ਬਾਅਦ ਚੱਲ ਜਾਂਦੇ ਨੇ ਇਹ ਮਾੜੇ ਨੇ ਭਾਜੀ 12ਵੀਂ ਤੋਂ ਬਾਅਦ 3 ਮਹੀਨੇ ਲਾ ਅੱਛਾ ਪੜੀ ਕਿ ਤੁਹਾਡੀ ਹੱਥੋ ਪਾਈ ਹੋਈ ਕਿਸੇ ਨਾਲ ਹਾਂਜੀ ਹੱਥੋ ਪਾਈ ਹੋਈ ਕਿਸੇ ਨਾਲ ਇਹ ਵੀ ਇਹ ਵੀ ਬੋਚਨਾ ਸੀ ਆਊਟ ਆਫ ਦਾ ਬਾਕਸ ਹਾਂਜੀ ਮੈਂ 5-7 ਵਾਰੀ ਕੁੱਟਿਆ ਜੀ ਕਿੰਨੂ ਕੁੱਟਿਆ ਇਹ ਅਕਸਰ ਮੇਰਾ ਝਗੜਾ ਹੁੰਦਾ ਜੋ ਮੈਂ ਦਿੱਲੀ ਜਾਂਦਾ ਜੀ ਜੋ ਤੁਸੀਂ ਦਿੱਲੀ ਜਾਂਦੇ ਹੋ ਨਾ ਜੀ ਪੰਜਾਬੀ ਬੰਦਾ ਦਿੱਲੀ ਚ ਗੱਡੀ ਲਿਆਣੀ ਹੁਣ ਇੱਕ ਵੈਸੀ ਸਾਨੂੰ ਦਿੱਲੀ ਦੀਆਂ ਸੜਕਾਂ ਨਹੀਂ ਪਤਾ ਹੁੰਦੀਆਂ ਤੁਸੀਂ ਜੀਪੀਐਸ ਲਾ ਕੇ ਤਾਂ ਗੱਡੀ ਚਲਾ ਰਹੇ ਹੋ ਤੁਸੀਂ ਗੱਡੀ ਚਲਾ ਰਹੇ ਹੋ ਕੋਈ ਨਿਕ ਚੁਸਤ ਚਲਾਗਨੇ ਹੈ ਚਲਦੇ ਨੇ ਏਦਾਂ 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 ਕੋਈ ਇਧਰੋਂ ਆਊਗਾ ਗੱਡੀ ਲੈ ਕੇ ਇਧਰੋਂ ਵਾਰ ਦੂਗਾ ਇਧਰੋਂ ਵਾਰ ਦੂਗਾ ਕੋਈ ਵੀ ਬੰਦਾ ਤੁਹਾਨੂੰ ਸੌਰੀ ਨਹੀਂ ਕਹਿੰਦਾ ਕੋਈ ਵੀ ਬੰਦਾ ਤੁਹਾਨੂੰ ਉਥੇ ਥੈਂਕਸ ਨਹੀਂ ਕਹਿੰਦਾ ਲੋਕ ਇਨੇ ਚੀੜੇ ਨੇ ਉਹ ਖਾਣ ਨੂੰ ਪੈਂਦੇ ਨੇ 5-7 ਵਾਰੀ ਹੋ ਗਿਆ ਮੇਨਾ ਦਿੱਲੀ ਜਾਂਦੇ ਆ ਆਪਾਂ ਉਹ ਕੱਟ ਜਾ ਮਾਰ ਕੇ ਅੱਗੇ ਲੰਘਦਾ ਉਹਨੂੰ ਹਰਨ ਮਾਰੀਦਾ ਵੀ ਰਾਮਨਾ ਚੱਲ ਵਿੱਚ ਵੀ ਮਾਰ ਦਿੰਦਾ ਲਿਆ ਕੇ ਕੋਈ ਪਿੱਛੋਂ ਮਾਰ ਦੇ ਉਹ ਅੱਗੋਂ ਮਾਰ ਦੀਦਾ ਹੁਣ ਸਾਨੂੰ ਹੁੰਦਾ ਯਾਰ ਗੱਡੀ ਲੱਗ ਗਈ ਐ ਚੱਲ ਇਹਨੂੰ ਗੁੱਸੇ ਨਾਲ ਵੀ ਹੋਈਏ ਇਹ ਸੌਰੀ ਤਾਂ ਕਰੇ ਨਾ ਆਹ ਬੰਦਾ ਮਤਲਬ ਥੋੜਾ ਜਿਹਾ ਪਲੀਜ਼ ਕਰ ਹੀ ਦਿੰਦਾ ਉਹ ਕੀ ਕਰਦੇ ਗੱਡੀ ਗੱਡੀ ਦਾ ਨਾ ਅਕਸਰ 90% ਦਿੱਲੀ ਵਾਲੇ ਲੋਕੀ ਕਰਦੇ ਸ਼ੀਸ਼ਾ ਡਾਊਨ ਕਰਦੇ ਆ ਗੱਡੀ ਦਾ ਮੂੰਹ ਬਾਹਰ ਕੱਢਦੇ ਘੁਰਦੇ ਤੁਹਾਨੂੰ ਦੋ ਵਾਰੀ ਬੋਲਦੇ ਚੁੱਪ ਯਾਰ ਹੁਣ ਭਾਈ ਯਾਰ ਪੰਜਾਬੀ ਬੰਦਾ ਸਭ ਕੁਝ ਸਹਿ ਲੂਗਾ ਗਾਲ ਥੋੜੀ ਕਹਿ ਸਕਦਾ ਹੁਣ ਉਹਨਾਂ ਲਈ ਬੋਲਣਾ ਮਤਲਬ ਉਹਨਾਂ ਦੇ ਉਹਨਾਂ ਦੇ ਸੰਸਕਾਰ ਉਦਾਂ ਦੇ ਉਹ ਆਪਣੇ ਪਿਓ ਨੂੰ ਵੀ ਬੋਲ ਦਿੰਦੇ ਨਾ ਸਾਡੇ ਲੋਕੀ ਅਸੀਂ ਕਦੀ ਗਾਲ ਨਹੀਂ ਬਰਦਾਸ਼ਤ ਕਰਦੇ ਹੁਣ 5-7 ਵਾਰੀ ਮੇਰੇ ਨਾਲ ਹੋ ਗਿਆ ਫਿਰ ਨਾ ਫਿਰ ਮੇਰੇ ਅੰਦਰ ਵੀ ਉਹ ਪੰਜਾਬੀ ਜਾਗ ਜਾਂਦਾ ਫਿਰ ਮੈਂ ਜੋਰ-ਜੋਰ ਲਾ ਕੇ ਨਾ ਕਿਸ ਤਰੀਕੇ ਉਹਦੇ ਮੋਰੇ ਗੱਡੀ ਲਾ ਕੇ ਉਹਨੂੰ ਰੋਕ ਲੈਣਾ ਹੂੰ ਫਿਰ ਮੈਨੂੰ ਪੁੱਛਦਾ ਭਾਜੀ ਬਾਕੀ ਕੀ ਦੀ ਗੱਲ ਬਾਅਦ ਚ ਪਹਿਲਾਂ ਕੱਲ੍ਹ ਦਾ ਜਵਾਬ ਦਿਓ ਗਾਲ ਦਿੱਤਾ ਤੁਸੀਂ ਜਾਣਦੇ ਹੋ ਮੈਨੂੰ ਮੈਂ ਤੁਹਾਨੂੰ ਜਾਣਦਾ ਤੁਸੀਂ ਮੇਰੀ ਗੱਡੀ 'ਚ ਮਾਰੀ ਮੈਂ ਤੁਹਾਡੀ ਗੱਡੀ 'ਚ ਮਾਰੀ ਸਾਰੇ ਤੁਸੀਂ ਮੈਨੂੰ ਆ ਲਫ਼ਜ਼ ਕਿੱਦਾਂ ਬੋਲੇ ਫਿਰ ਉਹ ਪੰਜਾਬੀਆਂ ਨੂੰ ਹੋਰ ਅੰਡਰਐਸਟੀਮੇਟ ਸਮਝ ਲੈਂਦਾ ਕਹਿੰਦਾ ਦਿੱਲੀ ਹੈ ਉਹ ਦਿੱਲੀ ਤੇ ਬਾਅਦ ਚੋਂ ਹੈ ਪਹਿਲਾਂ ਕੁਸ ਹੁੰਨਾ ਹੈ ਵੀ ਦਿੱਲੀ ਤੇਰੀ ਬਹੁਤ ਦੂਰ ਹੈ ਤੂੰ ਕੁਸ ਹੁੰਦੇ ਬਹੁਤ ਨੇੜੇ ਆ ਕੁਸ ਹੁੰਨ ਦੂਰ ਹੈ ਕਿ ਉਹ ਫਿਰ ਗਲਤੀ ਕਰ ਦੋ ਫਿਰ ਦੋ ਵਾਰੀ ਉਹਦੀ ਇਹ ਬੋਲ ਦਿੰਦਾ ਤੇ ਮੈਂ ਜੇ ਪੰਜ ਸੱਤ ਵਾਰੀ ਕੁੱਟਿਆ ਤੇ ਇਸੇ ਚੱਕਰ 'ਚ ਕੁੱਟਿਆ ਜੀ ਲੋਕਾਂ ਕਿਉਂਕਿ ਅਸੀਂ ਲੋਕ ਨਾ ਜੀ ਗਾਲ ਨਹੀਂ ਸੁਣ ਸਕਦੇ ਕੋਈ ਵੀ ਪੰਜਾਬੀ ਬੰਦਾ ਕੱਢਣੀ ਨਹੀਂ ਚਾਹੀਦੀ ਕਿਸੇ ਨੂੰ ਕੋਈ ਨਹੀਂ ਕੱਢਣੀ ਕੱਢੀ ਜੇ ਆਪਣਾ ਐਂਟਰਟੇਨਮੈਂਟ ਕਰੇ ਸਾਨੂੰ ਨਹੀਂ ਕੱਢਣੀ ਚਾਹੀਦੀ ਕਿਸੇ ਨੂੰ ਵੀ ਨਹੀਂ ਕੱਢਣੀ ਚਾਹੀਦੀ ਪੰਜਾਬੀ ਬੰਦੇ ਨਾ ਬਿਲਕੁਲ ਨਹੀਂ ਨੰਗੀਆਂ ਤਾਰਾਂ ਹੁੰਦੀਆਂ ਜੀ ਜੇੜੋਗੇ ਨਾ ਜੀ ਇਹ ਕੋਲ ਲਫੇੜੇ ਹੀ ਪੈਣੇ ਹੋਰ ਕਾਦੇ ਕਾਦੇ ਸ਼ੌਂਕ ਤੁਹਾਨੂੰ ਭਾਜੀ ਕੋਈ ਸ਼ੌਂਕ ਹੈ ਤੁਹਾਨੂੰ ਜੀ ਮੈਨੂੰ ਇੰਟਰਨੈਟ ਦਾ ਸ਼ੌਂਕ ਹੈ ਜੀ ਸਾਰਾ ਦਿਨ ਸਰਫਿੰਗ ਪੋਡਕਾਸਟਾਂ ਦੇਖਦਾ ਜੀ ਕੋਣ ਕੋਣ ਤੁਸੀਂ ਪੋਡਕਾਸਟਰ ਵੀ ਬ ਬੜੇ ਵਧੀਆ ਜੀ ਨਿਆਰੇ ਸੰਤੁਸ਼ਟ ਹੋ ਨਿਆਰੇ ਫਿਊਚਰ ਪਲਾਨਸ ਫਿਊਚਰ ਪਲਾਨ ਗਰੀਬ ਤੋਂ ਗਰੀਬ ਲੋਕਾਂ ਨੂੰ ਭੇਜਣਾ ਜੀ ਜਿੰਨਾ ਜ਼ਿਆਦਾ ਹੋ ਸਕੇ ਉਹਨਾਂ ਲੋਕਾਂ ਨੂੰ ਮੋਟੀਵੇਟ ਕਰੀਏ ਜਿਹੜੇ ਕੁਝ ਕਰਨਾ ਚਾਹੁੰਦੇ ਨੇ ਮੈਂ ਕਹਿੰਦਾ ਮੇਰੇ ਨੂੰ ਕੋਲ ਉਹ ਲੋਕ ਹਨ ਜਿਹੜੇ ਹਾਰ ਗਏ ਨੇ ਕਿਹਦੀ 40 ਸਾਲ ਉਮਰ ਆ ਯਾਰ ਸ਼ੂਗਰ ਛਾਗਰ ਦੇ ਲਾਗੇ ਛਾਗੇ ਪਹੁੰਚ ਚੁੱਕਾ ਬੀਪੀ ਦੀ ਗੋਲੀ ਉਹਨੂੰ ਲੱਗ ਗਈ ਹੈ ਕਰਜੇ ਉਹਦੇ ਚੜੇ ਆ ਸੀਬਲ ਉਹਦਾ ਖਰਾਬ ਹੈ ਥੱਕ ਗਿਆ ਉਹ ਨੌਕਰੀ ਤੇ ਜਾਂਦਾ ਅੱਗੋ ਗਾਲਾਂ ਪੈਂਦੀਆਂ ਲਗਦਾ ਮੈਂ ਬਾਹਰ ਚਲ ਜਾਣਾ ਨਾ ਉਹਦੇ ਕੋ ਬੱਚਿਆਂ ਦੀ ਸਕੂਲ ਦੀ ਫੀਸ ਭਰ ਹੋ ਰਹੀ ਹੈ ਉਹਨੂੰ ਭੇਜਦੇ ਆਂ ਸੀ ਤੁਸੀਂ ਪੂਰੀ ਫੈਮਲੀ ਆ ਪੂਰੀ ਫੈਮਲੀ ਜੀ ਪਰਵਾਣਾ ਦੇ ਪਰਿਵਾਰ ਭੇਜਦੇ ਤੇ ਉੱਥੇ ਕੰਮ ਕਰਨ ਲਈ ਤਾਂ ਫਿਰ ਪੈਸੇ ਚਾਹੀਦੇ ਨੇ ਭਾਜੀ ਜੀ ਭਾਜੀ ਨੌਕਰੀ ਕਰੀ ਦਿਹਾੜੀ ਕਰਨੀ ਦਿਹਾੜੀ ਦੇ ਮਿਲ ਜਾਣੇ ਉੱਥੇ ਕਿੰਨੀ ਦਿਹਾੜੀ ਬਾਹਰ 80000 ਰੁਪਏ ਰੋਜ਼ੀ ਇੱਕ ਦਿਨ ਦੀ ਹਾਂਜੀ ਸਾਡੇ ਦੇਸ਼ ਤੋਂ ਅਮਰੀਕਾ ਬਣਨ ਗਏ ਇਹਦੇ ਹੱਸਤੇ ਵੀ ਸਲਾਮ ਬਣੀ ਨੇ ਭਾਜੀ ਲੱਗੇ ਹਰ ਬੰਦੇ ਲੱਗਾ ਜਿਹਦੇ ਕੋ ਪੈਸੇ ਆ ਜਿੱਦਾਂ ਹੁਣ ਜਿੰਨੇ ਬੰਦੇ ਬਾਹਰ ਜਾ ਰਹੇ ਜਿਹੜੇ ਪੈਸੇ ਕਮਾ ਲੈਣ ਤੇ ਵਾਪਸ ਆ ਜਾਂਦੇ ਬਣ ਗਿਆ ਅਮ ਸਿਸਟਮ ਕੋ ਤਾਂ ਠੀਕ ਹੋਏਗਾ ਇੱਥੇ ਯਾਰ ਭਾਜੀ ਬਹੁਤ سارے ਲੋਕ ਬਹੁਤ سارے ਲੋਕ ਨਾ ਜਿਨ੍ਹਾਂ ਨੂੰ ਪਤਾ ਨਹੀਂ ਕਿ ਆਪਾਂ ਅਮਰੀਕਾ ਤੋਂ ਅੱਗੇ ਲੰਘ ਚੁੱਕੇ ਆ ਮੇਰੀ ਬੇਨਤੀ ਹੈ ਸਾਰਿਆਂ ਨੂੰ ਸੁਣਨ ਵਾਲਿਆਂ ਨੂੰ ਵੀ ਇੱਕ ਵਾਰੀ ਨਾ ਢੀੜਾ ਮਾਰਕ ਮਾਰੋ ਕਿਸੇ ਵਾਰ ਹైదరాబాద్ ਵਾਲੇ ਪਾਸੇ ਤੁਸੀਂ ਹైదరాబాద్ ਸਿਕੰਦਰਾਬਾਦ ਜਾ ਕੇ ਆਓ ਦੇਖੋ ਤੇਲੰਗਾਨਾ ਚ ਬਣਿਆ ਕੀ ਹੈ ਭਾਰਤ ਚੋਂ ਜਿੰਨੇ ਕੁ ਲੋਕ ਵੀ ਬਾਹਰ ਜਾਂਦੇ ਆ ਨਾ ਮੈਕਸਿਮਮ ਲੋਕ ਆਂਧਰਾ ਪ੍ਰਦੇਸ਼ ਦੇ ਹైదరాబాద్ ਦੇ ਹੁੰਦੇ ਆ ਜਿਉਂ ਉਹਨਾਂ ਦਾ 50000 ਬੰਦਾ ਹਰ ਸਾਲ ਬਾਹਰ ਜਾਂਦਾ ਨਾ ਜੀ 40000 ਵਾਪਸ ਆਂਦਾ ਅੱਜ ਦੁਨੀਆ ਦੀਆਂ ਜਨੀਆਂ ਵੀ ਟੌਪ ਦੀਆਂ ਆਈਟੀ ਇੰਡਸਟਰੀ ਹੈ ਨਾ ਉਹ ਸਾਰੀਆਂ ਹైదరాబాద్ ਚ ਆ 50 50 ਮੰਜ਼ਲ ਦੀਆਂ ਬਿਲਡਿੰਗਾਂ ਉੱਥੇ ਨਜ਼ਰ ਆਉਂਦੀਆਂ ਹੈਗੀਆਂ ਜਿਵੇਂ ਅੱਜ ਅਮਰੀਕਾ ਨੂੰ ਕਾਪੀ ਕਰਕੇ ਕਿਸੇ ਨੇ ਦੁਬਾਰਾ ਟਾਈਮ ਸਕੇਅਰ ਬਣਾਇਆ ਨਾ ਜੀ ਉਹ ਹైదరాబాద్ ਚ ਬਣਿਆ ਇੱਕ ਮਾੜੇ ਬੰਦੇ ਦੀ ਤਨਖਾਹ ਵੀ ਉੱਥੇ 50000 ਤੋਂ ਲੱਖ ਰੁਪਈਆ ਅਸੀਂ ਇਹਦੇ ਤਰਸਦੇ ਪਿਆ ਯਾਰ ਸਾਡੇ ਕੋਲ ਨੌਕਰੀਆਂ ਨਹੀਂ ਸਾਨੂੰ ਸੋਚਣਾ ਪਏਗਾ ਸਾਨੂੰ ਜਿੰਨੇ ਲੋਕ ਬਾਹਰ ਜਾ ਰਹੇ ਆ ਸਾਨੂੰ ਇੰਡਸਟਰੀ ਲੈ ਕੇ ਆਣੀ ਪੈਗੀ ਆਲਰੇਡੀ ਕ੍ਰੀਏਟ ਹੋ ਗਈਆਂ ਬੜੇ ਲੋਕ ਉਮੀਦ ਲੋਕ ਜਿਹੜੇ ਬਾਹਰੋਂ ਆ ਕੇ ਮੁਹਾਲੀ ਚ ਸੈੱਟ ਹੋਏ ਆ ਮੁਹਾਲੀ ਗਰੋਅ ਕਰਦਾ ਪਿਆ ਹੋਰ 2 4 5 ਸਾਲਾਂ ਨੂੰ ਗਰੋਅ ਹੋਏਗਾ ਬਾਹਰ ਜ਼ਰੂਰ ਜਾਣਾ ਚਾਹੀਦਾ ਕਿਉਂਕਿ ਬਾਹਰ ਜਾਏ ਬਿਨਾ ਗਤੀ ਨਹੀਂ ਤੁਹਾਨੂੰ ਸਮਝ ਨਹੀਂ ਲੱਗਦੀ ਬਾਹਰ ਜਾ ਕੇ ਤੁਸੀਂ ਡਿਸਪੀਸਪਲਨ ਸਿੱਖਦੇ ਹੋ ਤੁਹਾਨੂੰ ਬੋਲਣਾ ਆਉਂਦਾ ਤੁਹਾਡੇ ਸਹਿਨਸ਼ੀਲਤਾ ਆਂਦੀ ਹੈ ਇਨਸਾਨ ਨੂੰ ਇਨਸਾਨ ਸਮਝ ਆਂਦਾ ਹੈ ਅਸ ਅਮਰੀਕਾ ਦੀ ਐਂਬੈਸੀ ਦੇ ਵਿੱਚ ਪੜੀ ਜਦੋਂ ਅਸੀਂ ਲੱਗਦੇ ਹਾਂ ਲਾਈਨ 'ਚ ਮੇਰਾ ਵੀ ਇੱਕ ਐਕਸਪੀਰੀਅੰਸ ਰਿਹਾ ਹੈ ਉਹਦੇ ਵਿੱਚ ਗੋਰੇ ਨੂੰ ਪਹਿਲਾਂ ਹੀ ਪਤਾ ਹੁੰਦਾ ਤੁਹਾਨੂੰ ਵੀਜ਼ਾ ਦੇਣਾ ਹੈ ਕਿ ਨਹੀਂ ਦੇਣਾ ਹਾਂਜੀ ਇਦਾਂ ਹੁੰਦਾ ਇੰਟਰਵਿਊ ਕਦ ਲਈ ਹੁੰਦੀ ਫਿਰ ਜਿਹੜਾ 15000 ਰੁਪਏ ਤੁਹਾਡੇ ਕੋਲ ਆ ਉਹ ਸਵਾਰ ਕੇ ਰਿਫਿਊਜ਼ ਕਰ ਦੇਣਾ ਜੀ ਤੁਹਾਨੂੰ ਕਹਿੰਦੀ ਯੈਸ ਵੀ ਕੈਨ ਨਾਟ ਗਿਵ ਯੂ ਨੈਕਸਟ ਟਾਈਮ ਕੋਈ ਤੁਸੀਂ ਇਹੋ ਜੀ ਚਵਲ ਮਾਰ ਦਿੰਦੇ ਹੋ ਕਈ ਵਾਰੀ ਉੱਥੇ ਜਾ ਕੇ ਤੁਹਾਡਾ ਡੀਐਸ 160 ਫਾਰਮ ਹੁੰਦਾ ਨਾ ਜੀ ਹਾਂ ਹਾਂ ਉਹਦੇ ਤੇ ਲਿਖਿਆ ਹੁੰਦਾ ਤੁਹਾਨੂੰ ਵੀਜ਼ਾ ਮਿਲਣਾ ਹੈ ਕਿ ਨਹੀਂ ਮਿਲਣਾ ਉਹ ਕਿੱਥੇ ਲਿਖਿਆ ਹ ਤੁਸੀਂ ਉਹਦੇ ਚ ਇਨਫੋਰਮੇਸ਼ਨ ਪਾਉਂਦੇ ਹੋ ਸਾਰੀ। ਹੂੰ। ਤੁਹਾਡੀ ਇਨਫੋਰਮੇਸ਼ਨ ਨਾਲ ਉਹਨਾਂ ਨੂੰ ਪਤਾ ਲੱਗ ਜਾਂਦਾ ਤੁਹਾਨੂੰ ਵੀਜ਼ਾ ਦੇਣਾ ਹੈ ਕਿ ਨਹੀਂ ਦੇਣਾ। ਤੇ ਉਹ ਚੈੱਕ ਵੀ ਕਰਦੇ ਨੇ ਭਾਜੀ ਬੰਦੇ ਦਾ ਡਾਟਾ ਡੂਟਾ ਬੈਕਗ੍ਰਾਉਂਡ, ਸੋਸ਼ਲ ਇੰਡੈਕਸ। ਭਾਜੀ ਸਭ ਕੁਝ ਚੈੱਕ ਹੋ ਜਾਂਦਾ ਪਹਿਲੇ ਤੁਹਾਡੇ ਜਾਣ ਤੋਂ ਪਹਿਲਾਂ ਡਿਸੀਜਨ ਹੋਇਆ ਹੁੰਦਾ ਵੀਜ਼ੇ ਦਾ। ਸਾਡੇ ਨਾਲ ਬਹੁਤ ਵਾਰੀ ਹੋਇਆ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਕੰਮ ਬੰਦੇ ਨੂੰ ਠੀਕ ਪਤਾ ਹੁੰਦਾ। ਅਸੀਂ ਸਾਰਿਆਂ ਨੇ ਲੈਨ ਚ ਲਾ ਕੇ ਆਧਾਰ ਕਾਰਡ ਬਣਵਾਏ ਸੀ। ਅਸੀਂ ਡਿਜੀਟਲ ਹੋ ਚੁੱਕੇ ਹਾਂ। ਹੂੰ। ਅੱਜ ਤੋਂ 20 ਸਾਲ ਪਹਿਲਾਂ ਜਿਹੜੀ ਸਾਡੀ ਪਛਾਣ ਸੀਗੀ ਉਹ ਪ ਦੋਵੇਂ ਚੀਜ਼ਾਂ ਲਿੰਕ ਕਰ ਦਿੱਤੀਆਂ ਗਈਆਂ ਸਾਡੇ ਨਾਲ ਬਹੁਤ ਵਾਰੀ ਹੋਇਆ ਅਮਰੀਕਾ ਐਮਬੈਸੀ 'ਚ ਬੰਦਾ ਇੰਟਰਵਿਊ ਦੇਣ ਗਿਆ ਉਹਨੂੰ ਵੀਜ਼ਾ ਅਫਸਰ ਨੇ ਵੀਜ਼ਾ ਨਹੀਂ ਦਿੱਤਾ ਬਟ ਰਿਫਿਊਜ਼ ਵੀ ਨਹੀਂ ਕੀਤਾ ਉਹ ਕੀ ਸਿਸਟਮ ਹੈ ਅਕਸਰ ਲੋਕਾਂ ਨੇ ਦੋ ਹੀ ਕੈਟਾਗਰੀਆਂ ਸੁਣੀ ਹੈ ਜਾਂ ਵੀਜ਼ਾ ਮਿਲਦਾ ਹੈ ਜਾਂ ਰਿਫਿਊਜ਼ ਹੁੰਦਾ ਅਮਰੀਕਾ ਐਮਬੈਸੀ 'ਚ ਨਹੀਂ ਇੱਕ ਤੀਜੀ ਕੈਟਾਗਰੀ ਵੀ ਹੁੰਦੀ ਹੈ ਤੁਹਾਡਾ ਕੇਸ ਹੋਲਡ ਤੇ ਪੈ ਜਾਂਦਾ ਹੈ ਉਹ ਕਹੋ ਪੈਂ ਹਾਂ ਪਾਸਪੋਰਟ ਰੱਖ ਲੈਂਦੇ ਜਾਂ ਕਹਿੰਦੇ ਆ ਪਾਸਪੋਰਟ ਲੈ ਜਾ ਤੇਰਾ ਕੇਸ ਡਿਸੀਜਨ ਹੋਲਡ ਤੇ ਆ ਉਹਨੂੰ ਇੱਕ ਫਾਰਮ ਦੇ ਦਿੰਦੇ ਆ ਫਾਰਮ ਭਰ ਕੇ ਸਾਨੂੰ ਈਮੇਲ ਤੇ ਭੇਜ ਦੀ ਤੈਨੂੰ ਵੀਜ਼ਾ ਦੇ ਦਾਂਗੇ ਜਾਂ ਰਿਫਿਊਜ਼ ਕਰ ਦਾਂਗੇ ਉੱਥੋਂ ਪਤਾ ਲੱਗਦਾ ਕਿ ਕੀ ਕੀ ਕਿਸ ਕਿਸ ਲੈਵਲ ਤੱਕ ਮੈਸੇਜ ਆਂਦੀ ਹੈ ਸਾਢੇ 2 4 ਐਪਲੀਕੈਂਟ ਦੇ ਨਾਲ ਹੋਇਆ ਬੰਦਾ ਅਮਰੀਕਾ ਮੈਸੀ ਗਿਆ ਸਟੱਡੀ ਵੀਜ਼ਾ ਸੀਗਾ ਮੈਂ ਅਪਲਾਈ ਕੀਤਾ ਸੀ ਉਹਦੀ ਯੂਨੀਵਰਸਿਟੀ ਇਦਾਂ ਦੀ ਸੀ ਉਹਨੂੰ ਤੁਸੀਂ ਵੀਜ਼ਾ ਰਿਫਿਊਜ਼ ਨਹੀਂ ਸੀ ਕਰ ਸਕਦੇ ਵੱਲ ਦੀ ਟੌਪ 10 ਯੂਨੀਵਰਸਿਟੀ 'ਚੋਂ ਪੜਨ ਚੱਲਾ ਸੀ ਉਨੇ ਮਾਪੇ ਪਾਂ ਦੇ ਕੋਲ ਬਹੁਤ ਜ਼ਿਆਦਾ ਪੈਸੇ ਸੀ। ਉਹਦੇ ਆਇਲ ਸਪੀਟੀ ਨੰਬਰ ਬਹੁਤ ਵਧੀਆ ਸੀ। ਪੜ੍ਹਾਈ ਲਿਖਾਈ ਬਹੁਤ ਵਧੀਆ। ਸੁਪਰ ਬੱਚਾ, ਸੁਪਰ ਇੰਟੈਲੀਜੈਂਟ। ਤੁਸੀਂ ਉਹਦਾ ਵੀਜ਼ਾ ਰਿਫਿਊਜ਼ ਨਹੀਂ ਕਰ ਸਕਦੇ, ਅਸੀਂ ਸ਼ੋਰਾਂ। ਗਰੀਜ਼ਨ ਹੋਣਾ ਚਾਹੀਦਾ ਨਾ ਰਿਫਿਊਜ਼ਲ ਹੋਣ। ਅਫੀਸਰ ਨੂੰ ਵੀ ਪਤਾ ਹੈ ਮੈਂ ਵੀਜ਼ਾ ਰਿਫਿਊਜ਼ ਨਹੀਂ ਹੋ ਸਕਦਾ। ਸਿਸਟਮ ਵੀ ਉਹਦਾ ਕਹਿੰਦਾ ਵੀਜ਼ਾ ਰਿਫਿਊਜ਼ ਨਹੀਂ ਹੋਣਾ। ਬਟ ਅਫੀਸਰ ਵੀਜ਼ਾ ਨਹੀਂ ਦੇਣਾ ਚਾਹੁੰਦਾ ਉਹਨੂੰ। ਰਿਫਿਊਜ਼ ਉਹ ਕਰ ਨਹੀਂ ਸਕਦਾ। ਦੇਣਾ ਉਹ ਚਾਹੁੰਦਾ ਨਹੀਂ। ਉਹਨੇ ਉਹਨੂੰ ਇੱਕ ਫਾਰਮ ਦਿੱਤਾ। ਉਹਨੇ ਉਹਨੂੰ ਇੰਟਰਵਿਊ 'ਚ ਪੁੱਛਿਆ। did you have facebook account kenda no kenda tu aa jehdi email id pai hai is e to alawa teri hor vi id hai gi kenda ji no no news is a good news when there is a news they need explanation jadon tak tuhada data unna nu milda nahi oh tuhada bhi jar refuse nahi karde ਤੁਸੀਂ ਜਿਹੜੀ ਈਮੇਲ ਆਈਡੀ ਤੋਂ ਅਪਾਇੰਟਮੈਂਟ ਲੈਂਦੇ ਹੋ ਨਾ ਮੀਨਸ ਆ ਇੰਟਰਵਿਊ ਦੀ ਉਹ ਈਮੇਲ ਆਈਡੀ ਤੁਹਾਡੀ ਆਪਣੀ ਹੋਣੀ ਚਾਹੀਦੀ ਹੈ ਇਹ ਨਹੀਂ ਕਿ 123 cool@gmail.com ਜਿਹੜੀ ਈਮੇਲ ਆਈਡੀ ਤੁਸੀਂ ਪਿਛਲੇ 15 ਸਾਲ ਤੋਂ ਯੂਜ਼ ਕਰ ਰਹੇ ਹੋ ਉਸੇ ਈਮੇਲ ਆਈਡੀ ਤੇ ਤੁਸੀਂ ਅਪਾਇੰਟਮੈਂਟ ਚੁੱਕਣੀ ਹੈ ਪਹਿਲਾ ਰੂਲ ਹੈ ਵੀਜ਼ਾ ਲੈਣ ਦਾ ਜੇ ਤੁਸੀਂ ਚਾਹਦੇ ਤੁਸੀਂ ਖੱਜਲ ਨਾ ਦੂਸਰਾ ਰੂਲ ਜਿਹੜਾ ਫੋਨ ਨੰਬਰ ਜਿਹੜਾ ਵਟਸਐਪ ਤੁਸੀਂ ਪਿਛਲੇ 15 ਸਾਲ ਤੋਂ ਯੂਜ਼ ਕਰਦੇ ਹੋ ਉਹੀ ਨੰਬਰ ਉੱਥੇ ਲਿਖਣਾ ਚਲਾਕ ਨਹੀਂ ਬਣਨਾ ਇਹ ਦੋ ਚੀਜ਼ਾਂ ਦੇ ਨਾਲ ਸਿਸਟਮ ਦੇ ਥਰੂ AI ਦੇ ਥਰੂ ਉਹ ਡਿਟेक्ट ਕਰ ਲੈਂਦੇ ਆ ਤੁਸੀਂ ਕਿੱਥੇ ਕਿੱਥੇ ਕਿਹੜੀ ਕਿਹੜੀ ਚੀਜ਼ ਮਾੜੀ ਚੰਗੀ ਕੀਤੀ ਹੋਈ ਆ ਬਹੁਤ سارے ਲੋਕ ਨਾ ਵਖਰੀ ਸੋਚਦੇ ਹੁੰਦੇ ਆ ਉਹ ਸੋਸ਼ਲ ਮੀਡੀਆ ਤੇ ਗਾਲਾਂ ਹੀ ਲਿਖੀ ਜਾਂਦੇ ਆ ਹਾਂ ਉਹ ਸੋਸ਼ਲ ਮੀਡੀਆ ਤੇ ਕੁਛ ਨਾ ਕੁਛ ਪੁੱਠਾ ਸਿੱਧਾ ਪੋਸਟ ਕਰੀ ਜਾਂਦੇ ਪਿਆ ਉਹ ਸਾਰੀਆਂ ਚੀਜ਼ਾਂ AI ਦੇ ਥਰੂ ਡਿਟेक्ट ਹੋ ਜਾਂਦੀਆਂ ਕਾਪੀਸਰ ਨੂੰ ਵਾਹ ਯਾਰ ਭਾਈ ਜੀ ਇੰਨਾ ਇਦਾਂ ਦੇ ਅਮਰੀਕਾ ਦਾ ਵੀਜ਼ਾ ਛੱਡੋ ਇਦਾਂ ਦੇ ਉਹ ਦੇਸ਼ ਨਿਕਲ ਆਉਣਾ ਚਾਹੀਦਾ ਅੱਜ ਦੇ ਅੱਜ ਤੋਂ ਨਾ 8 ਸਾਲ ਪਹਿਲਾਂ ਰੋਲਾ ਪਿਆ ਪੂਰੀ ਦੁਨੀਆ 'ਚ ਰੋਲਾ ਪਿਆ ਖ਼ਬਰਾਂ 'ਚ ਆਇਆ ਕਿ ਗੂਗਲ ਨੇ ਆਪ ਦਾ ਐਕਸੈਸ ਪੈਂਟਾਗਨ ਨੂੰ ਦਿੱਤਾ ਗੂਗਲ ਨੇ ਆਪਣਾ ਡਾਟਾਬੇਸ ਪੈਂਟਾਗਨ ਨੂੰ ਦਿੱਤਾ ਪੈਂਟਾਗਨ ਸਿਕਿਉਰਿਟੀ ਏਜੰਸੀ ਹੈ ਪੈਂਟਾਗਨ ਮਤਲਬ ਅਮਰੀਕਨ ਗਵਰਨਮੈਂਟ ਦੇ ਕੋਲ ਐਕਸੈਸ ਹੈ ਗੂਗਲ ਦਾ 8 ਸਾਲ ਪਹਿਲਾਂ ਰੋਲਾ ਪਿਆ ਸੀ ਤੇ ਗੂਗਲ ਨੇ ਮੰਨਿਆ ਹਾਂ ਜੀ ਅਸੀਂ ਦੇਤਾ ਫੋਰ ਸਿਕਿਉਰਿਟੀ ਰੀਜ਼ਨ ਤੁਹਾਨੂੰ ਇਹ ਜੀ ਸਮਝਣਾ ਪਏਗਾ ਜਿਹੜਾ ਤੁਸੀਂ ਫ੍ਰੀ ਚ ਮਾਲ ਵਰਤਦੇ ਪਿਓ ਨਾ ਜੀ Gmail Facebook Twitter WhatsApp ਇਹ ਫ੍ਰੀ ਨਹੀਂ ਹੈਗਾ ਤੁਹਾਡੀ ਇਨਫੋਰਮੇਸ਼ਨ ਹੈ ਉਹਨਾਂ ਦੇ ਕੋਲ 100% ਤੁਸੀਂ ਕਿੱਥੇ ਕਿੱਥੇ ਕੀ ਕੀ ਕਰਕੇ ਆਇਓ ਤੁਹਾਨੂੰ ਹਰ ਚੀਜ਼ ਪਰੋਸਦੇ ਆ ਉਹ ਅੱਜ ਅਮਰੀਕਨ ਗਵਰਨਮੈਂਟ ਨੂੰ ਪਤਾ ਹੈ ਤੁਹਾਡੇ ਜੀਮੇਲ ਆਈਡੀ ਚ ਕਿੱਥੇ ਤੁਸੀਂ ਬੰਬ ਲਿਖਿਆ ਕਿੱਥੇ ਤੁਸੀਂ ਬਾੜੀ ਚੰਗੀ ਚੀਜ਼ ਲਿਖੀ ਉਹ ਆਪਣੀ ਸਿਕਿਉਰਿਟੀ ਨੂੰ ਬਚਾਉਣਾ ਚਾਹੁੰਦੇ ਨੇ ਉਹ ਚਾਹੁੰਦੇ ਨੇ ਗਲਤ ਕੰਮ ਨਾ ਹੋਵੇ ਤੁਹਾਡਾ ਈਮੇਲ ਆਈਡੀ ਤੁਹਾਡੀਆਂ ਸੋਸ਼ਲ ਪ੍ਰੋਫਾਈਲ ਉਹਨਾਂ ਨੂੰ ਲਿੰਕਡ ਹੋ ਜਾਂਦੀਆਂ ਉਹਨਾਂ ਨੂੰ ਤੁਹਾਡਾ ਕੈਰੈਕਟਰ ਪਤਾ ਲੱਗ ਜਾਂਦਾ ਜੇ ਤੁਹਾਡਾ ਸਾਰਾ ਕੁਝ ਉਹਨਾਂ ਨੂੰ ਸਹੀ ਨਜ਼ਰ ਆ ਰਿਹਾ ਫਿਰ ਉਹ ਤੁਹਾਨੂੰ ਵੀਜ਼ਾ ਦਿੰਦੇ ਜੇ ਤੁਹਾਡਾ ਨੈਗੇਟਿਵ ਆ ਜਾਂਦਾ ਰਿਫਿਊਜ਼ ਕਰਦੇ ਨੇ ਜੇ ਤੁਹਾਡਾ ਨਜ਼ਰ ਨਹੀਂ ਆਉਂਦਾ ਹੋਰ ਜ਼ਿਆਦਾ ਖਤਰਨਾਕ ਹੈ ਮਨ ਨੂੰ ਨੰਦਾ ਗਦੇ ਸਾਮਾ ਬਿੱਲ ਲਾ ਦੇਣਾ ਅੱਜ ਵੀ ਫਿਰ ਹਮ ਨਾਲੇ ਅੱਜ ਕੱਲ ਦਾ ਬਾਜੀ ਲੋਕਾਂ ਨੇ ਕਿ ਵੀ ਇਹ ਵੀ ਬਹੁਤ ਵੱਡਾ ਵਹਿਮ ਹੈ ਕਿ WhatsApp ਦੇ ਡਿਟੇਲ ਨਹੀਂ ਨਿਕਲਦੇ ਸਭ ਕੋ ਨਿਕਲਦਾ ਹੈ ਮੇਰਾ ਥੋੜੇ ਦਿਨ ਪਹਿਲਾਂ ਕੋਈ ਰੋਲਾ ਪਿਆ ਤੇ ਮੈਨੂੰ ਸੱਚੀਓ ਆਫਿਸਰਸ ਦੇ ਆਪਣੇ ਪੰਜਾਬ ਪੁਲਿਸ ਕੋਲ ਬਹਿ ਕੇ ਪਤਾ ਲੱਗਾ ਕਿ ਬਾਈ ਜੀ ਤੁਹਾਡੀ WhatsApp ਦੀ ਚੈਟ ਵੀ ਸਾਡੇ ਕੋਲ ਹੁੰਦੀ ਹੈ ਤੇ ਲੋਕ ਵਹਿਮ ਜਿੰਨੇ WhatsApp ਕਾਲ ਕਰ ਲੋ ਪੰਜਾਬ ਪੁਲਿਸ ਤੋਂ ਪਾਵਰਫੁਲ ਕੋਈ ਪੁਲਿਸ ਨਹੀਂ ਹੋ ਗਈ ਦੋਸਤਾਂ ਜੀ ਸਭ ਕੁਛ ਹੈ ਨਾ ਜਿੰਨਾ ਜਿੰਨਾ ਸਟਰੋਂਗ ਮੈਂ ਮਤਲਬ ਜਿੰਨਾ ਸਟਰੋਂਗ ਪੰਜਾਬ ਪੁਲਸ ਦਾ ਆਈਟੀ ਸੈੱਲ ਹੈ ਕਿਸੇ ਦਾ ਵੀ ਨਹੀਂ ਹੈਗਾ ਵਟਸਐਪ ਵੱਖਰੀ ਗੱਲ ਹੈ ਕਿਸੇ ਨੂੰ ਕੁਝ ਨਾ ਕਹਿਣ ਭਾਜੀ ਵਟਸਐਪ ਕਾਲਾਂ ਵਟਸਐਪ ਮੈਸੇਜ ਸਭ ਟ੍ਰੇਸਟ ਨੇ ਉਹਨਾਂ ਲਈ 5 ਮਿੰਟ ਦੀ ਗੱਲ ਹੈ ਕਿ ਵਟਸਐਪ ਕੋਲੋਂ ਆਈਪੀ ਮੰਗਾ ਕੇ ਤੁਹਾਡਾ ਡਾਟਾ ਮੈਂ ਆਪਣੀਆਂ ਅੱਖਾਂ ਦੇ ਮੋਹਰੇ ਦੇਖਿਆ ਭਾਜੀ ਗਾਲਾਂ ਲੋਕੀ ਲਿਖੀ ਜਾਂਦੇ ਆ ਕਦੀ ਕਿਹੇ ਨਹੀਂ ਨਹੀਂ ਕਦੀ ਕਿਸੇ ਪੋਲੀਟੀਸ਼ੀਅਨ ਨੂੰ ਗਾਲਾਂ ਲਿਖ ਕੇ ਦੇਖੋ ਨਾ ਲਿਖੋ ਦਾ ਮੋਦੀ ਜੀ ਨੂੰ ਗਾਲਾਂ ਦੇਖੋ ਤੁਹਾਨੂੰ ਸਵੇਰੇ ਲੈਣ ਆ ਜਾਣਾ ਬੰਦੇ ਅਸੀਂ ਮੈਨੂੰ ਨਾ ਕਈ ਵਾਰੀ ਇਹ ਵੀ ਲੱਗਦਾ ਭਾਜੀ 90% ਗਾਲਾਂ ਫੇਕ ਆਈਡਿਜ਼ ਤੋਂ ਆ। 90% ਜਿਹੜਾ ਕਿਉਂਕਿ ਜਦੋਂ ਕੋਈ ਟਕਾ ਕੇ ਗਾਲ ਕੱਢਦਾ ਨਾ ਰੂਹ ਨਾਲ ਉਹ ਪ੍ਰੇਸ਼ਾਨ ਹੁੰਦਾ ਮੈਂਟਲੀ। ਹਾਂਜੀ। ਭਾਵੇਂ ਤੁਹਾਨੂੰ ਗਾਲ ਕੱਢ ਰਿਹਾ ਜਾਂ ਮੈਨੂੰ ਕੱਢ ਰਿਹਾ ਕਿਉਂਕਿ ਐਸਾ ਬੰਦਾ ਕੋਈ ਨਹੀਂ ਦੁਨੀਆ 'ਚ ਪੈਦਾ ਹੋਇਆ ਜਿਹਨੂੰ ਲੋਕ ਗਾਲ ਨਹੀਂ ਕੱਢਦੇ। ਹਾਂਜੀ। ਲੋਕ ਧਰਮਾਂ ਨੂੰ ਵੀ ਉੱਪਰ ਛੱਡ ਗਏ ਸੋਸ਼ਲ ਮੀਡੀਆ ਦਾ ਜੇ ਭਾਜੀ ਨੁਕਸਾਨ ਹੋ ਰਿਹਾ ਨਾ ਫਾਇਦਾ ਵੀ ਬਹੁਤ ਹੈ। ਜੀ। ਅਸੀਂ ਦੁਨੀਆ ਦੀ ਪਹਿਲੀ ਕੈਸ਼ਲੈਸ ਐਂਡ ਜੋ ਚਲਾ ਰਹੇ ਹਾਂ ਸੋਸ਼ਲ ਮੀਡੀਆ ਦੇ ਸਿਰ ਤੇ। ਜੀ। ਪਰ ਲੋਕਾਂ ਦੇ ਵੇੜੇ ਕਰਕੇ ਵੀ ਸੋਸ਼ਲ ਮੀਡੀਆ ਕਰ ਕਿ ਕੋਈ ਗਾਲ ਸਾਲਾ ਲਿਖ ਦੇਵੇ ਵੀ ਸੋਚੇ। ਭਾਜੀ ਮੈਂ ਫੇਸਬੁੱਕ ਦੀ ਆਈਡੀ ਬਣਾਈ ਸੀ 2008 ਚ। ਬਹੁਤ ਸਾਰੇ ਲੋਕ ਜਿਨ੍ਹਾਂ ਨੂੰ ਨਹੀਂ ਪਤਾ ਫੇਸਬੁੱਕ ਦੀ ਆਈਡੀ ਕੋਈ ਨਹੀਂ ਸੀ ਬਣਾ ਸਕਦਾ। ਹੂੰ। ਫੇਸਬੁੱਕ ਦੀ ਆਈਡੀ ਵਾਸਤੇ ਤੁਹਾਨੂੰ ਇਨਵਿਟੇਸ਼ਨ ਚਾਹੀਦਾ ਹੁੰਦਾ ਸੀ। ਅੱਛਾ ਜੀ। ਜਿਹਦੇ ਕੋਲ ਪਹਿਲਾਂ ਫੇਸਬੁੱਕ ਹੈਗਾ ਉਹ ਤੁਹਾਨੂੰ ਇਨਵਾਈਟ ਕਰਦਾ ਸੀ ਫਿਰ ਤੁਹਾਡੀ ਆਈਡੀ ਬਣਦੀ ਸੀ। ਸਾਡੇ ਕੋਲ ਇੱਕ ਬੰਦਾ ਸਟਾਫ ਆਇਆ ਫੋਰਨ ਯੂਨੀਵਰਸਿਟੀ ਦਾ 2008 ਚ ਸਾਈਪਰਸ ਤੋਂ। ਹੂੰ। ਮਾਰਕੀਟਿੰਗ ਮੈਨੇਜਰ ਸੀ। ਉਹਨੇ ਦੱਸਿਆ ਵੀ ਇਦਾਂ ਦਾ ਨਵੀਂ ਚੀਜ਼ ਸ਼ੁਰੂ ਹੋਈ ਹੈ ਫੇਸਬੁੱਕ ਫੇਸਬੁੱਕ ਆਪਾਂ ਖੇਡ ਉਨੇ ਮੈਨੂੰ ਰਿਕੁਐਸਟ ਭੇਜੀ ਉਹਦੀ ਰਿਕੁਐਸਟ ਤੋਂ ਮੈਂ ਆਪਦਾ ਅਕਾਊਂਟ ਬਣਾਇਆ ਇਹ ਅੱਜ ਆ ਵੀ ਤੁਸੀਂ ਲੌਗ ਇਨ ਕਰਕੇ ਖਾਤਾ ਬਣਾ ਲੈਂਦੇ ਉਦੋਂ ਨਹੀਂ ਸੀ ਬਣਦਾ ਹੁੰਦਾ ਹਮ ਉਹਨਾਂ ਵੇਲਿਆਂ ਦੇ ਵਿੱਚ ਤੁਹਾਨੂੰ ਰਿਕੁਐਸਟ ਚਾਹੀਦੀ ਹੁੰਦੀ ਸੀ ਅੱਜ ਸੋਸ਼ਲ ਮੀਡੀਆ ਬਹੁਤ ਚੰਗੀ ਚੀਜ਼ ਵੀ ਹੈ ਦੂਜੇ ਪਾਸੇ ਬਹੁਤ ਮਾੜੀ ਚੀਜ਼ ਵੀ ਹੈ ਸੋਸ਼ਲ ਮੀਡੀਆ ਦੇ ਐਡ ਦੇਖ ਕੇ ਲੋਕੀ ਦੋ ਨੰਬਰ ਦੇ ਵਿੱਚ ਬਾਹਰ ਜਾਂਦੇ ਨੇ ਸੋਸ਼ਲ ਮੀਡੀਆ ਤੇ ਐਡਾਂ ਆਉਂਦੀਆਂ ਜੀ ਰੀਚ ਵਾਲੇ ਮਿਲੋ ਦੋ ਨੰਬਰ ਵਾਲੇ ਮਿਲੋ ਸੋਸ਼ਲ ਮੀਡੀਆ ਤੇ ਲੋਕਾਂ ਨੂੰ ਟਾਰਗੇਟ ਕੀਤਾ ਜਾਂਦਾ ਹਥਿਆਰ ਵੇਚਣ ਲੱਗ ਗਿਆ ਸੋਸ਼ਲ ਮੀਡੀਆ ਤੇ ਹੀ ਅੱਜ ਖਰਾਬ ਠੱਗੀਆਂ ਵੀ ਸੋਸ਼ਲ ਮੀਡੀਆ 'ਤੇ ਹੁੰਦੀਆਂ ਪਈਆਂ ਮੇਰੇ ਨਾਂ ਦੀਆਂ ਭਾਜੀ ਫੇਸਬੁੱਕ 'ਤੇ 150 ਆਈਡੀਆਂ ਬਣੀਆਂ ਹੋਈਆਂ ਅੱਛਾ 150 ਬੰਦਿਆਂ ਨੇ ਮੇਰੀ ਫੋਟੋ ਲਾ ਕੇ ਅੱਗੇ ਨੰਬਰ ਲਿਖਿਆ ਹੈ ਆਪਦਾ ਮੈਂ ਕੋਈ ਵੀਡੀਓ ਪਾਣਾ ਉਹ ਵੀਡੀਓ ਲਾਂਦੇ ਆ ਉਹਦੇ ਤੇ ਆਪਦਾ ਨੰਬਰ ਲਿਖ ਕੇ ਪੋਸਟ ਲਾ ਦਿੰਦੇ ਲਓ ਜੀ ਆਓ ਵਿਨੇਹਰੀ ਨਾਲ ਗੱਲ ਕਰੋ ਉਹਨਾਂ ਨੂੰ ਪਤਾ ਨਹੀਂ ਲੱਗਣਾ ਕਿ ਵਿਨੇਹਰੀ ਦਾ ਫੋਨ ਪੈਸੇ ਲਈ ਜਾਂਦੇ ਪਈ ਲੋਕਾਂ ਕੋ ਇਸ ਕਰਕੇ ਅਸੀਂ ਬੇਨਤੀ ਕਰਦੇ ਹਾਂ ਲੋਕਾਂ ਨੂੰ ਭਾਈ ਜਿਹਨੇ ਸਾਡੇ ਕੋਲ ਆ ਕਿਉਂਕਿ ਆਨਲਾਈਨ ਠੱਗੀ ਬਹੁਤ ਵਧਦੀ ਪਈ ਹੈ। ਵਧੀਆ ਆਣ ਵਾਲੇ ਟਾਈਮ ਦੇ ਵਿੱਚ ਕੋਈ ਨਕੇਲ ਪਾਵੇ। ਮਜ਼ਾ ਆਇਆ ਤੁਹਾਡਾ ਨਾਲ ਗੱਲਬਾਤ ਕਰਕੇ। ਭਾਜੀ ਬੱਚਿਆਂ ਨੂੰ ਅੱਜ ਦੀ ਡੇਟ 'ਚ ਇਹੀ ਦੇਖਣਾ ਚਾਹੀਦਾ ਹੈ ਕਿ ਉੱਥੇ ਜਾਓ ਜਿੱਥੇ ਤੁਹਾਨੂੰ ਸਮਝ ਲੱਗਦੀ ਹੈ, ਜਿੱਥੇ ਤੁਹਾਡਾ ਕੁਝ ਬਣਨਾ ਹੈ। ਅੱਜ ਦੁਨੀਆ ਇੱਕ ਦੂਜੇ ਦੇ ਮਗਰ ਲੱਗ ਕੇ ਬਾਹਰ ਜਾਈ ਜਾ ਰਹੀ। ਈਮਲੈਸਲੀ ਲੋਕ ਜਾ ਰਹੇ ਨੇ। ਮੇਰਾ ਹੀ ਕੋਈ ਫਰਜ਼ ਹੁੰਦਾ ਕਿ ਜਿੱਥੇ ਮੈਂ ਕਿਸੇ ਨੂੰ ਭੇਜਣਾ ਹੈ, ਜਿੱਥੇ ਮੈਂ ਆਪਦਾ ਬੱਚਾ ਭੇਜ ਸਕਦਾ ਨਾ ਮੈਂ ਉੱਥੇ ਹੀ ਭੇਜਾਂਗਾ ਤੁਹਾਨੂੰ। ਅਸੀਂ ਕਾਲਜਾਂ ਕੂਲਜਾਂ ਨੂੰ ਪਰਹੇਜ਼ ਕਰਦੇ ਆ ਜਿਹਨੇ ਜਾਣਾ ਹੀ ਕੇ ਕਾਲਜ ਚ ਤੇ ਪਤਾ ਉਹਨੇ ਕੰਮ ਕਰੇ ਨਹੀਂ ਜਾਣਾ ਉਹਨੂੰ ਭੇਜ ਸਕਦੇ ਆ ਅਠਾ ਤੁਸੀਂ ਦੇਖ ਕੇ ਜੱਜ ਕਰ ਲੈਨੇ ਹੋ ਕਿ ਇਹਦਾ ਵੀਜ਼ਾ ਲੱਗੂਗਾ ਕਿ ਨਹੀਂ ਲੱਗੂਗਾ ਜੇ ਕਿਸੇ ਦਾ ਨਹੀਂ ਲੱਗਦਾ ਤਾਂ ਉਸ ਨੂੰ ਰਿਜੈਕਟ ਕਰ ਦੇਣਾ ਨਹੀਂ ਸਾਨੂੰ ਪਹਿਲੇ ਹੀ ਪਤਾ ਹੁੰਦਾ ਕਿ ਇਹਦਾ ਲੱਗਣਾ ਕਿ ਤੇ ਜਿਹਦਾ ਨਹੀਂ ਲੱਗਦਾ ਉਹਨੂੰ ਮਨਾ ਕਰਦੇ ਆ ਫਿਰ ਕੀ ਤੇਰਾ ਨਹੀਂ ਲੱਗਦਾ ਉਹ ਦਾਦੀ ਦੇ ਭਰਾਵਾ ਤੇਰੇ ਚਾਂਸ ਥੋੜੇ ਆ ਬਾਕੀ ਲਾਟਰੀ ਪਾ ਕੇ ਦੇਖਣੀ ਪਹਿਲਾਂ ਦੇਖ ਲੈ ਵੈਸੇ ਮਨਾ ਨਹੀਂ ਭੇਜਦੇ ਨਹੀਂ ਵਾਪਸ ਕਿਸੇ ਨੂੰ ਨਹੀਂ ਭਾਜੀ ਦੁਕਾਨਦਾਰ ਹੀ ਆ ਸਾਡੀ ਕਈ ਵਾਰੀ ਉਹਨਾਂ ਤੇ ਲੱਗ ਜਾਂਦਾ ਜਿਨ੍ਹਾਂ ਨੂੰ ਨਹੀਂ ਲੱਗਦਾ ਅਲਾ ਕਹਿੰਦਾ ਮੈਂ ਸ ਤੂੰ ਮੈਨੂੰ ਕਿਦਾਂ ਕਹਦੇਂਗਾ ਵੀ ਨਹੀਂ ਲੱਗਣਾ ਅੱਛਾ ਇੱਕ ਹੋਰ ਚੀਜ਼ ਮੈਂ ਸੁਣੀ ਸੀ ਜਦੋਂ ਡੀ 60 ਫਾਰਮ ਭਰਦੇ ਆਪਾਂ ਤੇ ਕਿੰਨੀ ਵਾਰੀ ਤੁਸੀਂ ਭਰ ਕੇ ਬੈਕਸਪੇਸ ਦੱਬੀ ਕੱਟਿਆ ਇਹ ਵੀ ਕੁਝ ਨੋਟ ਹੁੰਦਾ ਕਿ ਇਹ ਮਿੱਥੀ ਆ ਸਾਰੇ ਭਾਜੀ ਆਪਣੀ ਆਪਣੀ ਮਿੱਥ ਹੈ ਸਾਰਿਆਂ ਦੀ ਕਈ ਵਾਰੀ ਕਈ ਵਾਰੀ ਤੁਸੀਂ ਸਬਮਿਟ ਵੀ ਨਹੀਂ ਕਰਦੇ ਫਾਰਮ ਤੁਹਾਡੀ ਅਪਾਇੰਟਮੈਂਟ ਦੀ ਡੇਟ ਆ ਜਾਂਦੀ ਹੈ ਤੁਸੀਂ ਨਾਲ ਲੈ ਕੇ ਜਾ ਸਕਦੇ ਜੀ ਤੁਸੀਂ ਅਫਸਰ ਨੂੰ ਰਿਕੁਐਸਟ ਕਰ ਸਕਦੇ ਜਿਵੇਂ ਦੁਬਾਰਾ ਵੀ ਭਰ ਦੇਣਾ ਉਹ ਤਾਂ ਸਰਕਮਸਟੈਂਸਿਸ ਦੇ ਉੱਤੇ ਆ ਇੱਕ ਅਫਸਰ ਦੇ ਉੱਤੇ ਆ ਅਫਸਰ ਤੁਹਾਨੂੰ ਕਿਸ ਤਰੀਕੇ ਨਾਲ ਲੈਂਦਾ ਬਾਕੀ ਜਦੋਂ ਭਰਨਾ ਹੋਵੇ ਕਿਸੇ ਪ੍ਰੋਫੈਸ਼ਨਲ ਕੋਲ ਜਾਣਾ ਚਾਹੀ ਜੇ ਤੁਸੀਂ ਆਪ ਵਾਲ ਕੱਟਣ ਦੀ ਕੋਸ਼ਿਸ਼ ਕਰੋਗੇ ਤੁਸੀਂ ਖਰਾਬ ਕਰ ਲੈਣੇ ਅਸੀਂ ਹਰ ਰੋਜ਼ ਇਹੀ ਕੰਮ ਕਰਦੇ ਆਂ ਫਿਰ ਅਸੀਂ ਪੈਸੇ ਬਾਅਦ ਚ ਲੈਣੇ ਆਂ ਫਿਰ ਇਹ ਗਰੀਬ ਬੰਦੇ ਨੂੰ ਫ੍ਰੀ ਭੇਜਣ ਨੂੰ ਫਿਰਦੇ ਆ ਯਾਰ ਮੈਂ ਕਹਿੰਦਾ ਜਿਹੜਾ ਮਜਬੂਰ ਬੰਦਾ ਜਿਹਨੂੰ ਲੱਗਦਾ ਮੈਂ ਬਾਹਰ ਨਹੀਂ ਜਾ ਸਕਦਾ ਉਹ ਯਾਰ ਇੱਕ ਵਾਰੀ ਆ ਜਾਓ ਸਾਡੇ ਕੋਲ 10 15 2000 ਰੁਪਏ ਲੱਗਣਾ 2000 ਰੁਪਏ ਨਾਲ ਅਪਲਾਈ ਹੋ ਜਾਣਾ ਜਿਹੜੇ ਭਾਜੀ ਪਾਸਪੋਰਟ ਰੱਖ ਲੈਂਦੇ ਨੇ ਏਜੰਟ ਪਾਸਪੋਰਟ ਹੀ ਨਹੀਂ ਦਿੰਦੇ ਵੀਜ਼ਾ 50 ਲੱਖ ਰੁਪਏ ਮੰਗਦੇ ਨੇ ਉਹਨਾਂ ਦਾ ਕੀ ਕਹਿਣਾ ਤੁਹਾਨੂੰ ਵੀਡੀਓਜ਼ ਵਾਇਰਲ ਹੁੰਦੀਆਂ ਨਾ ਕਿ 50 ਲੱਖ ਮੰਗ ਰਹੇ ਨੇ ਹਾਂਜੀ ਬੜੇ ਲੋਕ ਨੇ ਜੀ ਉਹ ਕੀ ਚੱਕਰ ਭਾਜੀ ਹੁੰਦਾ ਕਿ ਜਦੋਂ ਕਿਸੇ ਨੇ ਅਪਲਾਈ ਕਰਨਾ ਹੁੰਦਾ ਨਾ ਉਦੋਂ ਕਰਾਰ ਕਰਨ ਦਾ ਏਜੰਟ ਨੂੰ ਜਾ ਕੇ 50 ਲੱਖ ਦਾ ਹਾਂਜੀ ਕਰ ਲੈਂਦਾ ਜੀ ਕਿ ਜੀ ਵੀਜ਼ਾ ਆ ਗਿਆ 50 ਲੱਖ ਦਵਾਂਗਾ ਤੇ ਵੀਜ਼ਾ ਆ ਜਾਂਦਾ ਹਾਂਜੀ ਕਰੋੜ ਰੁਪਈਆ ਰੇਟ ਹੈ ਭਾਜੀ ਗੁਜਰਾਤੀਆਂ ਦਾ ਉਹ ਤੁਹਾਡਾ ਭਲਾ ਹੋਵੇ ਗੁਜਰਾਤੀ ਕਰੋੜ ਰੁਪਈਆ ਦਿੰਦੇ ਆ ਜੀ ਅਮਰੀਕਾ ਜਾਣ ਵਾਸਤੇ ਤੁਸੀਂ ਵੀ ਚਾਲਵਾ ਦਿਓ ਕਰੋੜ ਰੁਪਈਆ ਮਿਲੂਗਾ ਫੇਰ ਤੁਹਾਨੂੰ ਆਫਿਸ ਇੱਕ ਉੱਥੇ ਖੋਲਣਾ ਚਾਹੀਦਾ ਹੈਗਾ ਡਬੜੋਦਾ ਜੀ ਕਈ ਤਰ੍ਹਾਂ ਦੇ ਲੋਕ ਪੰਜਾਬੀਆਂ ਨੂੰ ਜਾ ਕੇ ਗੁਜਰਾਤ ਚ ਕੰਮ ਕਰਨਾ ਚਾਹੀਦਾ ਫਿਰ ਭਾਜੀ ਹਰ ਹਰ ਸਟੇਟ ਦੇ ਵਿੱਚੋਂ ਨਾ ਬਾਹਰ ਜਾਣ ਵਾਲੇ ਦਾ ਮੋਟਿਵ ਵੱਖਰਾ ਹੈ ਬਹੁਤ ਸਾਰੀਆਂ ਇਦਨੀਆਂ ਸਟੇਟਾਂ ਜਿੱਥੋਂ ਲੋਕੀ ਵਿਦੇਸ਼ ਜਾਣਾ ਚਾਹੁੰਦੇ ਆ ਬਹੁਤ ਸਾਰੀਆਂ ਉਹ ਜਿਹੇ ਲੋਕਾਂ ਕੰਟਰੀਆਂ ਉਹ ਜਿਹੇ ਸਟੇਟਾਂ ਜਿੱਥੋਂ ਲੋਕੀ ਚਾਹੁੰਦੇ ਜੀ ਅਸੀਂ ਕੈਨੇਡਾ ਜੀ ਜਾਣਾ ਅਸਟ੍ਰੇਲੀਆ ਜਾਣਾ ਸੋ ਹਰ ਕਿਸੇ ਦਾ ਆਪਣਾ ਆਪਣਾ ਇੱਕ ਮੋਟਿਵ ਹੈ ਪੰਜਾਬ ਦੀ ਗੱਲ ਕਰ ਲਈਏ ਜਦੋਂ ਕੈਨੇਡਾ ਜਾਣਾ ਹੁੰਦਾ ਜਾਂ ਕੈਨੇਡਾ ਭੇਜਣਾ ਹੁੰਦਾ ਤਾਂ ਅਸੀਂ ਮੋਗੇ ਜਾਂਦੇ ਆ ਅਸੀਂ ਸਬੂਸਟ ਲਾਣੀ ਹੈ ਅਸੀਂ ਮੋਗੇ ਦੇ ਲਾਣੀ ਹੈ ਜੇਕਰ ਆਉਂਦੇ ਲਾਣੀ ਹੈ ਲੁਧਿਆਣ ਇਹ ਇਲਾਕੇ ਆ ਜਿਨ੍ਹਾਂ ਚੋਂ ਲੋਕੀ ਕੈਨੇਡਾ ਜਾਂਦੇ ਆ ਜਦੋਂ ਆਸਟ੍ਰੇਲੀਆ ਦੀ ਵਾਰੀ ਆਂਦੀ ਏ ਸਾਨੂੰ ਜਾ ਕੇ ਤਰਨ ਤਰਨ ਭਿੱਖੀਵਿੰਡ ਚਵਾਲ ਅੰਮ੍ਰਿਤਸਰ ਉਹਨਾਂ ਏਰੀਆ ਚ ਜਾੜ ਲੈਣੀ ਪੈਂਦੀ ਏ ਨਿਊਜ਼ੀਲੈਂਡ ਬੰਦਾ ਭੇਜਣਾ ਸਾਨੂੰ ਆਦਮਪੁਰ ਹਿਆਰਪੁਰ ਚੂਜ਼ ਕਰਨਾ ਬੰਦਾ ਕਿਨੇ ਏਜੰਟ ਹੋਰ ਖੋਲ ਲੈਣੇ ਇਹਦੇ ਇੰਗਲੈਂਡ ਜਾਣ ਵਾਲਾ ਬੰਦਾ ਜਾਂਦਾ ਨਕੌਦਰ ਚੋਂ ਸ਼ਾਹਕੋਟ ਚੋਂ ਮਲਸੀਆਂ ਚੋਂ ਇਹ ਵੱਖਰੇ ਵੱਖਰੇ ਏਰੀਆ ਅਮਰੀਕਾ ਅਮਰੀਕਾ ਲਿਵਾਣੇ ਜਾਂਦੇ ਆ ਜੀ ਟਾਂਡਾ ਦਸੂਆ ਮੇਗਵਾਲ ਮਿਆਣੀ ਦੇਖ ਲੋ ਜੇ ਕਿਸੇ ਏਜੰਟ ਦਾ ਕੰਮ ਸ਼ੁਰੂ ਕਰਨਾ ਪਾਜੀ ਨੇ ਹਾ ਇੱਕ ਸਕਿੰਡ ਦੇ ਵਿੱਚ ਹੀ ਦੱਸਦਾ ਤੁਹਾਨੂੰ ਕਿੱਥੇ ਕਿੱਥੇ ਏਰੀਆ 'ਚ ਕਿਹੜੇ ਕਿਹੜੇ ਲੋਕ ਬਾਹਰ ਹਨ ਹੁਣ ਦੁਨੀਆ ਇੰਨੀ ਭੇਜਦੀ ਨਾ ਜੀ ਹਰ ਰੋਜ਼ ਸਾਡੇ ਕੋਲ ਜਦੋਂ ਮੈਨੂੰ ਫੋਨ ਵੀ ਆਂਦਾ ਨਾ ਜੀ ਕਿਸੇ ਦਾ ਹੁਣ ਮੈਨੂੰ ਕੋਈ ਬੰਦਾ ਪੰਜਾਬੀ ਫੋਨ ਕਰੇ ਹੈਲੋ ਪਾਜੀ ਅਸੀਂ ਬਾਹਰ ਜਾਣਾ ਸੀ ਮੈਂ ਕਹਿੰਦਾ ਪਾਜੀ ਕਿੱਥੋਂ ਬਟਾਲੇ ਬੋਲਦੇ ਨਾ ਤੁਸੀਂ ਹਾਂ ਜੀ ਭਾਈ ਤੁਹਾਨੂੰ ਕਿੱਧਰ ਵਾਹ ਵਾਹ ਬਾਦਸ਼ਾਹ ਤੋਂ ਪਤਾ ਲੱਗ ਜਾਂਦਾ ਜੀ ਚੰਗਾ ਲੱਗਿਆ ਤੁਹਾਡਾ ਨਾਲ ਗੱਲਬਾਤ ਕਰਕੇ ਤੁਸੀਂ ਮੈਨੂੰ ਤਾਂ ਨਹੀਂ ਕੁਝ ਪੁੱਛਣਾ ਜਾਂਦੇ ਨਹੀਂ ਇਹ ਹੀ ਵਾਰਪੂਰ ਜਾਣ ਬਾਰੇ ਦੱਸੋ ਤੁਹਾਡਾ ਕਾ ਫਲੈਨ ਸਾਨੂੰ ਆਪਣੀ ਐਨਜੀਓ ਚ ਸ਼ਾਮਲ ਕਰੋ ਥੈਂਕ ਯੂ ਸਾਰੇ ਉਹਨਾਂ ਉਹਨਾਂ ਲੋਕਾਂ ਦੀ ਜਿਨ੍ਹਾਂ ਦੀ ਤੁਸੀਂ ਸੇਵਾ ਕਰਦੇ ਹੋ ਉਹਨਾਂ ਚੋਂ ਗਰੀਬ ਲੋਕ ਲੱਭੋ ਜਿਨ੍ਹਾਂ ਕੋ ਪੈਸੇ ਨਹੀਂ ਹੈ ਜਿਨ੍ਹਾਂ ਕੋ ਰੋਜ਼ਗਾਰ ਨਹੀਂ ਹੈਗਾ ਜੇ ਹੋ ਸਕਦਾ ਇਦਾਂ ਦਾ ਐਨਜੀਓ ਵਾਲਾ ਸਿਸਟਮ ਕੋ ਸ਼ੁਰੂ ਕਰੋ ਜਿਹਦੇ ਵਿੱਚ ਤੁਸੀਂ ਰੋਜ਼ਗਾਰ ਵੀ ਦੇਣਾ ਸ਼ੁਰੂ ਕਰੋ ਤੁਸੀਂ ਆਲਰੇਡੀ ਕੈਰੀਅਰ ਦੀ ਗੱਲ ਕੀਤੀ ਹੈ ਆਪਣੇ ਔਰ ਮੈਂ ਚਾਹਾਂਗਾ ਕਿ ਤੁਸੀਂ ਕੈਰੀਅਰ ਦੇ ਨਾਲ ਲੋਕਾਂ ਨੂੰ ਮੋਟੀਵੇਟ ਕਰੋ ਜਿਨ੍ਹਾਂ ਨੂੰ ਬਾਹਰ ਮੈਂ ਤੁਹਾਨੂੰ ਇੱਕ ਸ਼ੋਅ ਤੁਹਾਡੇ ਨਾਲ ਇਦਾਂ ਦਾ ਵੀ ਕਰੀਏ ਜਿਦੇ ਚ ਬੱਚੇ ਬਾਹਰ ਜਾਣਾ ਚਾਹੁੰਦੇ ਨੇ ਉਹ ਤੁਹਾਡੇ ਨਾਲ ਡਾਇਰੈਕਟ ਲਾਈਵ ਕਰਾ ਜਰੂਰ ਹੋਵੇ ਅਸੀਂ ਬਗੈਰ ਨਿਸਵਾਰਥ ਉਹ ਕੰਮ ਤੁਸੀਂ ਐਨਜੀਓ ਕੋਟੇ ਹੀ ਪਾ ਦਿਓ ਤੁਹਾਨੂੰ ਵਲੰਟੀਅਰ ਵੀ ਮਿਲ ਜਾਣਗੇ ਮੇਰੇ ਨਾਲ ਤੁਹਾਡੇ ਲਈ ਜੁੜਨ ਲਈ ਤਿਆਰ ਹਾਂ ਅਸੀਂ ਪੰਜਾਬ ਦੇ ਯੂਥ ਨੂੰ ਫ੍ਰੀ ਚ ਬਾਹਰ ਜਾਣ ਵਾਸਤੇ ਮੋਟੀਵੇਟ ਕਰੀਏ ਪਰ ਲੋਕਾਂ ਨੂੰ ਲੱਗਣਾ ਕਿ ਇਹ ਇਹਨਾਂ ਦੋਨਾਂ ਦੀ ਗੇਮ ਹੈ ਨਾ ਕਿਉਂਕਿ ਆਬਵੀਅਸਲੀ ਮੇਰੇ ਨਾਲ ਸਾਰੇ ਭਰਾ ਜੁੜੇ ਨੇ ਇਹ ਪੋਡਕਾਸਟ ਦਾ ਨਹੀਂ ਬਲ ਰਿਹਾ ਸੀ ਤਾਂ ਮੈਂ ਹੀ ਰਿਕੁਐਸਟ ਕੀਤੀ ਕਿ ਵਾ ਪੋਡਕਾਸਟ ਕਰਦੇ ਆ ਕਿਉਂਕਿ ਜਦੋਂ ਮੈਂ ਪਹਿਲੀ ਵਾਰੀ ਦੇਖਿਆ ਇਹਨਾਂ ਨੂੰ ਨਾ 10-15 ਸਾਲ ਤੋਂ ਸੀ ਸੋਸ਼ਲ ਮੀਡੀਆ ਤੇ ਦੇਖ ਰਹੇ ਹਾਂ ਤੇ ਸਾਰੇ ਲੋਕ ਇਹਨਾਂ ਨੂੰ ਚੰਗਾ ਮਾੜਾ ਬੋਲਦੇ ਸੀ ਮੈਂ ਸੋਚਿਆ ਆਪਾਂ ਸ਼ੋਹ ਤੇ ਬਲਾ ਕੇ ਪੁੱਛ ਲੈਣੇ ਨਹੀਂ ਭਾਜੀ ਅਲਟੀਮੇਟਲੀ ਸਾਨੂੰ ਜ਼ਿੰਮੇਵਾਰੀ ਲੈਣੀ ਪੈਣੀ ਨਾ ਜੀ ਰੱਬ ਨੇ ਸਾਨੂੰ ਭੇਜਿਆ ਵਾ ਸਾਨੂੰ ਇੰਨੀਆਂ ਸ਼ਕਤੀਆਂ ਦਿੱਤੀਆਂ ਆਸੀ ਕਿਸੇ ਦੀ ਜ਼ਿੰਦਗੀ ਚੇਤੇ ਨਾਲੇ ਭਾਜੀ ਮੈਨੂੰ ਲੱਗਦਾ ਕਿ ਜੇ ਪਹਿਲੀ ਗੱਲ ਤਾਂ ਸ਼ਰਾਬ ਪੀਣੀ ਗਲਤ ਹੈ ਪਰ ਜੇ ਪੀਣੀ ਹੋਈ ਹੈ ਫਿਰ ਘੱਟੋ ਘਾਟ ਅਸਲੀ ਤਾਂ ਪੀ ਲੋ ਨਕਲੀ ਸ਼ਰਾਬ ਨਾਲ ਸਰੀਰ ਤਾਂ ਨਾ ਖਰਾਬ ਕਰੋ ਭਾਜੀ ਸ਼ਰਾਬ ਇੱਕ ਨੈਗੇਟਿਵ ਚੀਜ਼ ਹੈ ਬਾਹਰ ਜਾਣਾ ਇੱਕ ਨੈਗੇਟਿਵ ਚੀਜ਼ ਨਹੀਂ ਹੈਗੀ ਸਮਝਣਾ ਪੈਣਾ ਅੱਜ ਤੁਹਾਡਾ ਦੇਸ਼ ਘਰ ਤੇ ਖੜਾ ਹੈ ਤੁਹਾਡੇ ਕੋਲ ਜਗਾ ਨਹੀਂ ਰਹਿਣ ਨੂੰ ਪਾਣੀ ਤੁਹਾਡੇ ਕੋਲ ਪੀਣ ਨੂੰ ਨਹੀਂ ਹੈਗਾ ਹਵਾ ਸਾਹ ਲੈਣ ਨੂੰ ਨਹੀਂ ਹੈਗੀ 150 ਕਰੋੜ ਤੋਂ ਵੱਧਦੀ ਟੱਪ ਗਈ ਹੈ ਬਾਹਰ ਜਾਣਾ ਪੈਣਾ ਅੱਜ ਭਾਰਤ ਸਰਕਾਰ ਦੀ ਮੁਹਿੰਮ ਹੈ ਭਾਰਤ ਸਰਕਾਰ ਦਾ ਇੱਕ ਡਿਪਾਰਟਮੈਂਟ ਹੈ ਜਿਹੜਾ 30 ਲੱਖ ਰੁਪਿਆ ਤਨਖਾਹ ਦੇ ਲੋਕਾਂ ਨੂੰ ਕੈਨੇਡਾ ਭੇਜਦਾ ਆ। ਆਸਟ੍ਰੇਲੀਆ ਭੇਜਦਾ ਅਮਰੀਕਾ ਭੇਜਦਾ। ਹਰ ਸਾਲ ਸਾਡੇ ਮੁਲਕ ਚੋਂ 20 ਹਜ਼ਾਰ ਨਰਸਾਂ ਜਾਂਦੀਆਂ ਜਾਪਾਨ ਚ। ਉਹ ਭਾਰਤ ਸਰਕਾਰ ਦਾ ਏਜੰਡਾ ਹੈ। ਵਾਹ। ਕਿਸੇ ਇਸਕਿਉ? ਭਾਰਤ ਸਿੱਧ ਨਹੀਂ ਨਹੀਂ ਕੰਮ ਕਰਨ ਲਈ ਭੇਜਿਆ ਜਾਂਦਾ। ਤੇ ਇਹਨਾਂ ਨੂੰ ਕੀ ਟਾਈਮ ਸੀ ਜਦੋਂ ਪ੍ਰੋਵੋਕ ਕੀਤਾ ਜਾਂਦਾ ਸੀ ਅੱਜ ਪੂਰੀ ਦੁਨੀਆ ਦੀ ਜਿਹੜੀ ਆਈਟੀ ਇੰਡਸਟਰੀ ਉਹ ਇੰਡੀਆ ਤੋਂ ਚੱਲਦੀ ਹੈ। ਤੇ ਗਵਰਨਮੈਂਟ ਨੂੰ ਕੀ ਫਾਇਦਾ ਪਾਜੀ? ਭਾਜੀ ਗਵਰਨਮੈਂਟ ਨੂੰ ਰੋਜ਼ਗਾਰ ਮਿਲਦਾ ਵੇ ਸਾਡੇ ਬੱਚਿਆਂ ਨੂੰ। ਅੱਜ ਗਵਰਨਮੈਂਟ ਨੇ ਆਪਦੇ ਡਿਪਾਰਟਮੈਂਟ ਬਣਾਏ ਆ ਕਿ ਬਾਹਰ ਜਾ ਕੇ ਲੋਕੀ ਨੌਕਰੀਆਂ ਕਰਨ ਤੇ ਗਵਰਨਮੈਂਟ ਇੱਥੇ ਕਿਉਂ ਨਹੀਂ ਬਣਾ ਰਹੀ ਭਾਜੀ ਸਰਕਾਰਾਂ ਨੂੰ ਸਮਝ ਲੱਗ ਚੁੱਕੀ ਆ ਕਿ ਰੋਜ਼ਗਾਰ ਨਹੀਂ ਹੈਗਾ ਸਾਡੇ ਕੋਲ ਇੱਥੇ ਦੇਣ ਨੂੰ ਤੇ ਉੱਥੇ ਜਾ ਕੇ ਹਸਪੀਟਲਾਂ ਦੇ ਨਰਸਾਂ ਕੰਮ ਕਰ ਰਹੇ ਨੇ ਇੱਥੇ ਉਥੇ ਬਣਾ ਲਨ ਭਾਜੀ ਆਬਾਦੀ ਹੈ ਨਹੀਂ ਨਾ ਜੀ ਉੱਥੇ ਇੱਥੇ ਤਾਂ ਵੈਦਦੀ ਹੈਗੀ ਤੁਸੀਂ ਸਮਝੇ ਨਹੀਂ ਰੋਜ਼ਗਾਰ ਕਿੱਥੋਂ ਦੇਣਾ ਇੱਥੇ ਵਾਲਾ ਬੰਦੇ ਨੂੰ 30000 ਰੁਪਏ ਤਨਖਾਹ ਮਿਲਦੀ ਉੱਥੋਂ 30 ਲੱਖ ਰੁਪਏ ਤਨਖਾਹ ਮਿਲਦੀ ਪੈਸਾ ਤਾਂ ਉਹ ਵੀ ਇੰਡੀਆ ਜੀ ਆਣਾ ਨਾ ਜੀ ਮੈਂ ਦੂਜੇ ਐਂਗਲ ਨਾਲ ਸੋਚ ਰਿਹਾ ਸੀ ਕਿ ਜੇ ਮਨ ਸਾਡੇ ਕੋਲ ਮਰੀਜ਼ ਆਂਦੇ ਨੇ ਅਸੀਂ ਇਹ ਕਹਿੰਨੇ ਸਰਕਾਰ ਸਰਕਾਰੀ ਹਸਪੀਟਲ ਚ ਇਲਾਜ ਫ੍ਰੀ ਹੈ ਭਾਵੇਂ ਉਹ ਗੱਲ ਲੱਗਾ ਇਲਾਜ ਹੈਗਾ ਕਿ ਨਹੀਂ ਹੈਗਾ ਜੇ ਮਨ ਸੁਪੋਜ਼ ਬੜੀ ਸਾਡੇ ਕੋਲ 150 ਮਰੀਜ਼ ਆਇਆ ਰੋਜ਼ ਜੀ ਗਰੀਬ ਬੰਦਾ ਕੋਈ ਹੱਡੀਆਂ ਟੁੱਟੀਆਂ ਕਿਸੇ ਦੇ ਬੱਚਾ ਹੋਣ ਵਾਲਾ ਹੁਣ ਉਹ 150 ਦਾ ਇਲਾਜ ਕਰਨ ਵਾਸਤੇ ਸਾਨੂੰ ਚਾਹੀਦਾ 50 ਲੱਖ ਰੁਪਏ ਜੇ ਉਹਨਾਂ ਦਾ ਪ੍ਰਾਈਵੇਟ ਇਲਾਜ ਕਰਾਣਾ ਸਰਕਾਰੀ ਚ ਇਲਾਜ ਨਹੀਂ ਹੋ ਰਿਹਾ ਕਿਉਂਕਿ ਉਹਨਾਂ ਨੂੰ ਰੈਫਰ ਕਰਦਾ ਪੀਜੀਆਈ ਲੈ ਜੋ ਫਰੀਦਕੋਟ ਲੈ ਜੋ ਲੁਧਿਆਣੇ ਇਲਾਜ ਹੈ ਨਹੀਂ ਮੇਰੀ ਸਰਕਾਰ ਨੂੰ ਬੜੀ ਵਾਰੀ ਸਲਾਹ ਦਿੱਤੀ ਕਿ ਤੁਸੀਂ ਨਾ ਡ ਰੋਜ਼ 40-50 ਡਿਲੀਵਰੀਆਂ ਹੁੰਦੀਆਂ ਆਉਣੀਆਂ ਫ੍ਰੀ ਫ੍ਰੀ ਦੇ ਨਾਮ ਤੇ ਪਰ ਮੈਨੂੰ ਲੱਗਦਾ ਕਿ ਜਦੋਂ ਇੱਕ 9 ਮਹੀਨੇ ਲੱਗਦੇ ਬੱਚਾ ਮੈਚ्योर ਹੋਣ ਨੂੰ ਤਿਆਰ ਹੋਣ ਨੂੰ ਹਸਬੰਡ 5000 ਰੁਪਏ ਜੋੜੇ ਨੋ ਮਹੀਨਾ ਚ ਸਰਕਾਰ ਨੂੰ 5000 ਰੁਪਏ ਫੀਸ ਰੱਖਣੀ ਚਾਹੀਦੀ ਹੈ ਫ੍ਰੀ ਨਹੀਂ ਆ 5000 ਰੁਪਏ ਲੱਗੇਗਾ ਤੇ ਡਿਲੀਵਰੀ ਕਰ ਦਾਂਗੇ ਤੁਹਾਡੀ ਵਾਈਫ ਦੀ ਫ੍ਰੀ ਦੀ ਬਜਾਏ ਕਿਉਂਕਿ ਉਹ ਵਿਚਾਰਾ ਜਦੋਂ ਪ੍ਰਾਈਵੇਟ ਚ ਜਾਂਦਾ ਪਾਜੀ 2-2 ਲੱਖ ਨੂੰ ਯਾਰ ਠੁੱਕ ਜਾਂਦਾ ਯਾਰ ਅਨਵਲ ਪਾਜੀ ਸਰਕਾਰਾਂ ਦੇ ਮੁੱਦੇ ਹੈਗੇ ਆ ਹਾਂ ਮੁੱਦਾ ਹੀ ਹੈਗਾ ਕਿ ਜੇ ਤੁਸੀਂ ਚਾਹਦੇ ਹੋ ਕਿ 5000 ਰੁਪਿਆ ਉੱਤੇ ਰੱਖ ਦਿੱਤਾ ਜਾ ਡਿਲੀਵਰੀ ਦਾ ਉਥੇ 20 ਲੱਖ ਰੁਪਏ ਦਿੰਦੇ ਨੇ ਜਾ ਕੇ ਡਿਲੀਵਰੀ ਦਾ ਅੱਛਾ ਜੀ ਕੈਨੇਡਾ ਅਮਰੀਕਾ ਆਸਟ੍ਰੇਲੀਆ 'ਚ 20 ਲੱਖ ਰੁਪਈਆ ਡਿਲੀਵਰੀ ਦਾ ਰੇਟ ਹੈ ਭਾਜੀ ਉਹ ਤੇਰੀ ਜਿਹੜੇ ਵੀ ਲੋਕ ਅੱਜ ਬਾਹਰ ਜਾ ਰਹੇ ਨੇ ਉਥੇ ਮੈਡੀਕਲ ਖਰੀਦਣਾ ਪੈਂਦਾ ਪੈਸੇ ਦੇਣੇ ਪੈਂਦੇ ਆ ਤੇ ਨਾਲੇ ਕਿਹਦੇ ਇਲਾਜ ਫ੍ਰੀ ਆ ਸਾਰਾ ਉਥੇ ਨਹੀਂ ਭਾਜੀ ਇਲਾਜ ਫ੍ਰੀ ਅਮਰਜੈਂਸੀ ਇਲਾਜ ਫ੍ਰੀ ਹੈ ਤੁਸੀਂ ਕੋਈ ਅੱਖਾਂ ਠੀਕ ਕਰਾਣੀ ਹੈ ਕੋਈ ਦੰਦ ਠੀਕ ਕਰਾਣੇ ਆ ਡਿਲੀਵਰੀ ਕਰਾਣੀ ਹੈ ਹਰ ਚੀਜ਼ ਤੇ ਪੈਸੇ ਲੱਗਣੇ ਆ ਜੇ ਤੁਸੀਂ ਇੰਸ਼ੋਰੈਂਸ ਲਓ ਤੁਸੀਂ ਅੱਛਾ ਬਹੁਤ ساریਆਂ ਚੀਜ਼ਾਂ ਹੁੰਦੀਆਂ ਬਾਹਰ ਜਾਣਾ ਵਧੀਆ ਹੈ ਬਾਹਰ ਜਾ ਕੇ ਬੰਦਾ ਸਿੱਖਦਾ ਬਹੁਤ ਕੁਝ ਮੈਂ ਵੀ ਸਿੱਖਿਆ ਹਾਂ ਚਲੋ ਮਿਲਦੇ ਹਾਂ ਜਲਦੀ ਥੈਂਕ ਯੂ ਭਾਜੀ ਬੜਾ ਚੰਗਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ ਔਰ ਤੁਹਾਡੇ ਜੇ ਬਾਈ ਜੀ ਨੂੰ ਲੈ ਕੇ ਕੋਈ ਸਵਾਲ ਜਵਾਬ ਹੈਗੇ ਨੇ ਤਾਂ ਜਰੂਰ ਕਮੈਂਟ ਕਰੋ ਮੈਂ ਕੋਸ਼ਿਸ਼ ਕਰੂੰਗਾ ਅਗਲਾ ਪੋਡਕਾਸਟ ਫੇਰ ਕਰੀਏ ਕੈਰੀਅਰ ਵਿਦ ਅਨਮੋਲ ਕਰੀਏ ਔਰ ਆਪਣੇ ਆਪਣੇ opinion ਨੇ ਹਰ ਇਨਸਾਨ ਦੇ ਤੁਸੀਂ ਵੀ ਸੁਣੇ ਆਨੰਦ ਆਇਆ ਨਹੀਂ ਆਇਆ ਤਾਂ ਵੀ ਕੋਈ ਸਿੱਖਿਆ ਦਾ ਜਰੂਰ ਹੋਊਗਾ ਬਹੁਤ ਧੰਨਵਾਦ ਤੁਸੀਂ ਸਾਡਾ ਸ਼ੋਅ ਦੇਖਿਆ ਐਦਾਂ ਹੀ ਸਾਡੇ ਨਾਲ ਜੁੜੇ ਰਹੋ ਔਰ ਬਾਈ ਜੀ ਨੂੰ ਲੈ ਕੇ ਕੋਈ ਸਵਾਲ ਇਹ ਅਸੀਂ ਆਪ ਰਿਪਲਾਈ ਕਰਾਂਗੇ। ਥੈਂਕ ਯੂ। ਥੈਂਕ ਯੂ ਬਜੀ। ਥੈਂਕ ਯੂ।